ਹੁਣ ਸੁਣੋ ਬੀ ਸੋਸ਼ਲ ਕੰਟੈਂਟ ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਜਿਹੜੇ ਪਹਿਲਾਂ ਹੀ ਫੇਮਸ ਹੋ ਚੁੱਕੇ ਨੇ ਚਿਹਰੇ ਜਾਂ ਜਿਹੜੇ ਸਿੰਗਰ ਡੋਮੀਨੇਟਿੰਗ ਇੰਡਸਟਰੀ ਆਪਣੀ ਹੈਗੀ ਹੈ। ਸੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਹੱਕ ਨਹੀਂ ਹੈ, ਸਭ ਨੂੰ ਹੱਕ ਹੈ ਕੰਮ ਕਰਨ ਦਾ, ਬਟ ਇੱਕ ਐਕਟਰ ਲਈ ਸਥਾਪਿਤ ਹੋਣਾ ਬਹੁਤ ਔਖਾ ਕੰਮ ਸੀ। ਆਪਣੇ ਆਪ ਨੂੰ ਡਿਫਰੈਂਟ ਜੇ ਐਕਟਰ ਦੇ ਤੌਰ 'ਤੇ ਨਹੀਂ ਦਿਖਾ ਸਕੇ ਫਿਰ ਤੁਹਾਡਾ ਥੀਏਟਰ ਕੀਤੇ ਦਾ ਫਿਰ ਕੋਈ ਫਾਇਦਾ ਨਹੀਂ ਹੈ। ਜਿਹੜੀ ਤੁਸੀਂ ਪਹਿਲੀ ਬਾਇਓਪਿਕ ਕੀਤੀ ਸੀਗੀ ਰੁਪਿੰਦਰ ਗਾਂਧੀ ਹੋਰਾਂ ਦੀ, ਅਤੇ ਮੰਗੇ ਹੋਣੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਨੈਕਟਡ ਰਹੇ ਹੋਏ ਨੇ, ਕਿਉਂਕਿ ਐਕਸ਼ਨ ਮੇਰੇ ਨਾਲ ਜੁੜਿਆ ਹੋਇਆ ਇਹ ਚੀਜ਼ਾਂ, ਕਿਉਂਕਿ ਮੈਂ ਚੱਲਿਆ ਇਸ ਕਰਕੇ ਆ। ਹਰ ਇੱਕ ਐਕਟਰ ਜਿਹਦੇ ਕਰਕੇ ਚੱਲਦਾ ਨਾ, ਜਿੱਦਾਂ ਦੀ ਉਹਦੀ ਛਵੀ ਬਣ ਜਾਂਦੀ ਆ, ਉਹ ਕਿਤੇ ਨਾ ਕਿਤੇ ਉਹਨੂੰ ਨਾਲ ਲੈ ਕੇ ਚੱਲਦਾ, ਕੈਰੀ ਕਰਦਾ। ਮੇਰੇ ਲਈ ਇਹ ਹੁੰਦਾ ਜ਼ਰੂਰੀ ਕਿ ਪਹਿਲਾਂ ਮੇਰਾ ਪ੍ਰੋਡਿਊਸਰ ਸੇਫ ਹੋ ਜੇ ਤਾਂ ਕਿ ਅਸੀਂ ਕੰਮ ਅੱਗੇ ਅੱਗੇ ਕਰਦੇ ਰਹੀਏ, ਨਹੀਂ ਤਾਂ ਸਾਡੇ 'ਤੇ ਤਾਂ ਮੈਨੂੰ ਲੱਗਦਾ ਕਿ ਇੱਕ ਦੋ ਫਿਲਮਾਂ 'ਚ ਮੇਰੀਆਂ ਨਾ ਚੱਲੀਆਂ, ਲੋਕਾਂ ਨੇ ਕਹਿਣਾ ਇਹ ਤਾਂ ਗਿਆ, ਖਤਮ ਹੋ ਗਿਆ, ਇਹ ਖਤਮ ਕਹਿਣ ਨੂੰ ਤਿਆਰ ਬੈਠੇ ਆ। ਪਰ ਇਹ ਫਿਲਮ ਦਾ ਟਾਈਟਲ ਡਾਕੂਆਂ ਦਾ ਮੁੰਡਾ 2 ਕਿਉਂ ਰੱਖਿਆ ਗਿਆ? ਆਪਾਂ ਕਹਿ ਰਹੇ ਹਾਂ ਕਿ ਨਸ਼ੇ ਛੱਡ ਦਿਉ ਛੱਡ ਦਿਉ, ਬਟ ਇਟਸ ਵੈਰੀ ਵੈਰੀ ਟਫ, ਕਿਉਂਕਿ ਤੁਹਾਡਾ ਬੈਟਲ ਆਪਣੇ ਆਪ ਨਾਲ ਤੁਹਾਡੀ ਲੜਾਈ ਆ। ਉਹ ਖੁਦ ਕਹਿੰਦੇ ਨੇ ਮੰਗਾ ਜੀ ਕਿ ਮੈਂ ਹਰ ਰੋਜ਼ ਸੋਚਦਾ ਸੀ ਅੱਜ ਛੱਡਦਾ ਨਸ਼ੇ, ਬੇਟੀ ਦੇ ਬਰਥਡੇ ਵਾਲੇ ਦਿਨ ਛੱਡ ਦੂੰ, ਨਵੇਂ ਸਾਲ ਤੋਂ ਛੱਡ ਦੂੰ, ਪਰ ਉਹ ਦਿਨ ਕਦੀ ਆਉਂਦਾ ਹੀ ਨਹੀਂ ਸੀ। ਸੇਮ ਟਾਈਟਲ 'ਤੇ ਹੀ ਇਹ ਫਿਲਮ ਆ ਰਹੀ ਸੀ ਕਿ ਮੈਨੂੰ ਸਕਰੀਨ 'ਤੇ ਲੋਕ ਮਿੰਟੂ ਅਤੇ ਮੰਗੇ ਦੇ ਵਿੱਚ ਕਨਫਿਊਜ਼ਨ ਨਾ ਕ੍ਰੀਏਟ ਹੋਈ ਜਾਵੇ, ਕਿ ਉਹਨਾਂ ਨੂੰ ਇਹ ਲੱਗਣਾ ਚਾਹੀਦਾ ਕਿ ਉਹ ਮਿੰਟੂ ਮਿੰਟੂ ਸੀਗਾ ਅਤੇ ਹੁਣ ਇਹ ਮੰਗਾ ਆ। ਬਹੁਤ ਵੱਡਾ ਚੈਲੇਂਜ ਸੀ ਜੀ, ਬਹੁਤ ਡਰਾਇਆ ਮੈਂ। ਈਵਨ ਕਿ ਰਾਤਾਂ ਨੂੰ ਵੀ ਜਦੋਂ ਜਾਗ ਖੁੱਲ ਜਾਂਦੀ ਸੀ ਨਾ, ਮੈਂ ਮੰਗੇ ਬਾਰੇ ਸੋਚਦਾ ਹੁੰਦਾ ਸੀ ਕਿ ਮੈਂ ਮੰਗਾ ਕਿਵੇਂ ਪਲੇ ਕਰੂੰਗਾ, ਤਾਂ ਮੈਨੂੰ ਇਹ ਲੱਗਦਾ ਸੀ ਇਸ ਵਾਰ ਤੇਰਾ ਕ੍ਰਿਟੀਸਿਜ਼ਮ ਹੋਣ ਵਾਲਾ ਹੈ। ਤਾਂ ਲੱਗਦਾ ਹੈ ਕਿ ਜਦੋਂ ਆਪਾਂ ਕਿਸੇ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਫਿਲਮ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ ਤਾਂ ਅਸੀਂ ਉਹਦੀ ਸਾਦਗੀ ਨੂੰ ਖਤਮ ਕਰ ਦਿੰਦੇ ਹਾਂ। ਮੇਰੇ ਗੂਸ ਬੰਪਸ ਆ ਗਏ ਸੀ, ਮੈਂ ਸੋਚਣ ਲੱਗ ਗਿਆ ਸੀ 1.5 ਸਾਲ ਦੀ ਬੱਚੀ ਰੋ ਰਹੀ ਹੈ, ਚੀਕਾਂ ਮਾਰ ਰਹੀ ਹੈ, ਅਤੇ ਉਹਨੂੰ ਨਸ਼ੇ ਤੱਕ ਮਤਲਬ ਹੈ, ਅਤੇ ਜਦੋਂ ਘਰੇ ਵਾਪਸ ਜਾਂਦਾ ਅਤੇ ਘਰ ਵਾਲੀ ਕਹਿੰਦੀ ਬੱਚੀ ਕਿੱਥੇ ਹੈ, ਕਹਿੰਦਾ ਕਿਹੜੀ ਬੱਚੀ, ਕਹਿੰਦੀ ਤੇਰੀ ਆਪਣੀ ਬੱਚੀ ਜਿਹੜੀ ਤੂੰ ਲੈ ਗਿਆ ਸੀ, ਕਹਿੰਦਾ ਉਹ ਹਾਂ ਮੈਨੂੰ ਵੀ ਲੱਗਦਾ ਮੈਂ ਕੁਛ ਭੁੱਲਿਆ ਆ। ਮੈਕਸੀਮਮ ਜਦੋਂ ਅਸੀਂ ਬੈਕਗਰਾਊਂਡ ਚੈੱਕ ਕਰਦੇ ਹਾਂ ਕਿਸੇ ਵੀ ਡਰੱਗ ਅਡਿਕਟ ਦੀ, ਤਾਂ ਉਹਨਾਂ ਦੀ ਬੈਕਗਰਾਊਂਡ ਸਪੋਰਟਸ ਰਹੀ ਹੁੰਦੀ, ਤੁਸੀਂ ਇਹ ਫੈਕਟ ਫੜ ਸਕੇ। ਹੁਣ ਉਹ ਬੰਦਾ ਜਿਹੜਾ ਇੱਕ ਪਾਸੇ ਕਾਲਜ 'ਚ ਵਾਰਨ ਕਰ ਰਿਹਾ ਆਪਣੀ ਵਾਈਫ ਲਈ, ਅਤੇ ਉਹ 500 ਨਸ਼ੇ ਪਿੱਛੇ ਇੱਕ ਟੁੱਟੇ ਜਿਹੇ ਨਸ਼ਾੜੀ ਤੋਂ ਸੁਣ ਰਿਹਾ ਕਿ ਆਪਣੀ ਵਾਈਫ ਭੇਜ ਦੇ ਜਿੰਨਾ ਮਰਜ਼ੀ ਨਸ਼ਾ ਲੈ ਲਈ। ਲੋਕ ਲਿਖਣ ਲੱਗ ਗਏ ਕਿ ਤੁਸੀਂ ਰੱਜ ਕੇ ਨਸ਼ਾ ਕਰੋ, ਰੱਜ ਕੇ ਗੁੰਡਾਗਰਦੀ ਕਰੋ, ਫਿਰ ਉਸ ਤੋਂ ਬਾਅਦ ਦੇਵ ਖਰੌੜ ਕੋਲ ਆ ਜਾਓ ਅਤੇ ਉਹ ਤੁਹਾਡੇ 'ਤੇ ਇੱਕ ਫਿਲਮ ਬਣਾਏਗਾ ਜਿਹ 'ਚੋਂ ਤੁਹਾਨੂੰ ਹੀਰੋ ਪੇਸ਼ ਕਰੇਗਾ। ਇਹ ਕਹਿਣਾ ਚਾਹੀਦਾ ਜੇ ਕੋਈ ਨਸ਼ੇ ਕਰਦਾ ਕਿ ਦੇਖ ਯਾਰ ਅੱਜ ਮੰਗਾ ਸਿੰਘ ਅੰਟਾਲ ਟੀਚਰ ਹੈ, ਅੱਜ ਉਹ ਕਬੱਡੀ ਦੀ ਅਕੈਡਮੀ ਚਲਾਉਂਦਾ ਅਤੇ ਅੱਜ ਉਹ ਪਲੇਅਰ ਪੈਦਾ ਕਰ ਰਿਹਾ ਕਬੱਡੀ ਦੇ, ਅਤੇ ਉਹ ਕਿਸੇ ਨਸ਼ੈੜੀ ਨੂੰ ਕਹਿ ਸਕਦੇ ਨੇ ਕਿ ਇਹ ਬੰਦਾ ਜੇ ਵਾਪਸ ਆਇਆ ਤਾਂ ਤੂੰ ਵੀ ਆ ਸਕਦਾ ਹੈ। ਜੇ ਮੇਰੇ ਕਰਕੇ ਸਮਾਜ ਨੂੰ ਕੋਈ ਗਲਤ ਮੈਸੇਜ ਆ ਰਿਹਾ ਫਿਰ ਮੈਂ ਗੱਲਾਂ ਸੁਣਨ ਦਾ, ਗਾਲਾਂ ਖਾਣ ਦਾ ਹੱਕਦਾਰ ਹੈਗਾ। ਸੋ ਜਿਹੜੇ ਇੱਦਾਂ ਦੀ ਮਾਨਸਿਕਤਾ ਵਾਲੇ ਲੋਕ ਨੇ, ਇਹਨਾਂ ਨੂੰ ਹੁਣ ਮੈਂ ਸਿੱਖ ਗਏ, ਸਾਰੇ ਕਲਾਕਾਰ ਸਿੱਖ ਗਏ ਅੱਖੋਂ ਪਰੋਕੇ ਕਰਨਾ, ਇਹਨਾਂ ਨੂੰ ਕੋਈ ਤਵੱਜੋ ਨਹੀਂ ਦਿੰਦਾ ਹੁਣ ਜੀ। ਜਿਵੇਂ ਪੋਸਟਰ ਪ੍ਰੈਜ਼ੈਂਟ ਕਰ ਰਿਹਾ ਕਿ ਉੱਥੇ ਸਮੋਕ ਕਰਦਾ ਹੋਇਆ ਦਿਖਾਇਆ ਜਾਣਾ ਜ਼ਰੂਰੀ ਸੀਗਾ। ਅੱਜ ਮੋਬਾਈਲ ਸਭ ਤੋਂ ਮਾੜੀ ਚੀਜ਼ ਹੈ, ਬੁਰੀ ਚੀਜ਼ ਆ, ਉਹ ਸਭ ਤੋਂ ਪਹਿਲਾਂ ਬੱਚੇ ਦੇ ਹੱਥ 'ਚ ਧਮਾ ਦਿੱਤੀ ਜਾਂਦੀ ਹੈ ਕਿ ਲੈ ਤੂੰ ਇੱਧਰ ਲੱਗ, ਮੈਂ ਆਪਣੇ ਕੰਮ 'ਚ ਬਿਜ਼ੀ ਹੋਵਾਂ। ਫਿਲਮ ਦੇ ਟ੍ਰੇਲਰ ਦੇਖਣ ਤੋਂ ਬਾਅਦ, ਸਿਰਫ ਟ੍ਰੇਲਰ ਦੇਖਣ ਤੋਂ ਬਾਅਦ ਉਹਨਾਂ ਦਾ ਇਹ ਫੀਡਬੈਕ ਆ, ਉਹ ਕਹਿੰਦੇ ਵੀ ਮੰਗਾ ਗੈਂਗਸਟਰ ਨਹੀਂ ਸੀਗਾ, ਮੰਗਾ ਡਰੱਗ ਐਡਿਕਟਿਡ ਸੀਗਾ। ਇੱਦਾਂ ਆਪਣੀ ਫਰਸਟ੍ਰੇਸ਼ਨ ਕੱਢਣ ਲਈ ਤੁਸੀਂ ਕਿਸੇ ਨੂੰ ਪੋਕ ਨਹੀਂ ਕਰ ਸਕਦੇ ਬਿਨਾਂ ਫਿਲਮ ਦੇਖੇ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ, ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। 2019 ਨੂੰ ਇੱਕ ਕਿਤਾਬ ਆਈ ਸੀ ਸ਼ਰਾਰਤੀ ਤੱਤ, ਇਹ ਕਿਤਾਬ ਮੰਗਾ ਸਿੰਘ ਅੰਟਾਲ ਹੋਰਾਂ ਨੇ ਆਪਣੀ ਜ਼ਿੰਦਗੀ 'ਤੇ ਲਿਖੀ ਸੀ, ਅਤੇ ਉਹਨਾਂ ਨੇ ਇਸ ਕਿਤਾਬ ਨੂੰ ਸ਼ਰਾਰਤੀ ਤੱਤ ਦੇ ਨਾਲ ਨਾਲ ਇੱਕ ਸਬ ਟਾਈਟਲ ਦਿੱਤਾ ਸੀ ਕਿ ਮੌਤ ਤੋਂ ਜੀਵਨ ਵੱਲ। ਸੋ ਇਸੇ ਫਿਲਮ 'ਤੇ ਆਧਾਰਿਤ ਫਿਲਮ ਆ ਰਹੀ ਹੈ, ਇਸੇ ਕਹਾਣੀ 'ਤੇ ਆਧਾਰਿਤ ਇੱਕ ਫਿਲਮ ਆ ਰਹੀ ਹੈ, ਡਾਕੂਆਂ ਦਾ ਮੁੰਡਾ 2। 27 ਮਈ ਇਸੇ ਸ਼ੁੱਕਰਵਾਰ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਆ। ਫਿਲਮ ਨੂੰ ਡਾਇਰੈਕਟ ਕੀਤਾ ਮਨਦੀਪ ਬੈਲੀਪਾਲ ਹੋਰਾਂ ਨੇ, ਫਿਲਮ ਦਾ ਸਕਰੀਨ ਪਲੇਅ ਨਰਿੰਦਰ ਅੰਬਰਸਰੀਆ ਹੋਰਾਂ ਨੇ ਲਿਖਿਆ, ਅਤੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਡ੍ਰੀਮ ਰਿਐਲਿਟੀ ਮੂਵੀਜ਼ ਅਤੇ ਓਮ ਜੀ ਸਟਾਰ ਸਟੂਡੀਓਜ਼ ਨੇ। ਫਿਲਮ ਦੀ ਸਟਾਰਕਾਸਟ ਦੇ ਵਿੱਚ ਮੁੱਖ ਚਿਹਰੇ ਅੱਜ ਸਾਡੇ ਨਾਲ ਨੇ, ਦੇਵ ਖਰੌੜ ਹੋਰੀ ਮੰਗਾ ਸਿੰਘ ਅੰਟਾਲ ਦਾ ਕਿਰਦਾਰ ਨਿਭਾ ਰਹੇ ਨੇ, ਅਤੇ ਉਹਨਾਂ ਦੀ ਪਤਨੀ ਦਾ ਕਿਰਦਾਰ ਜਪਜੀ ਖਹਿਰਾ ਨਿਭਾ ਰਹੇ ਨੇ। ਸੋ ਕੀ ਹੈ ਇਹ ਫਿਲਮ ਬਾਰੇ ਪੂਰੀ ਗੱਲਬਾਤ, ਜਾਂ ਇਸ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਆਮ ਲੋਕਾਂ ਦੇ ਵਿੱਚ ਕਿਹੋ ਜਿਹੀ ਚਰਚਾ ਛਿੜੀ ਹੋਈ ਆ, ਉਸ ਬਾਬਤ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਦੋਨਾਂ ਦਾ ਇੱਕ ਵਾਰ ਫਿਰ ਤੋਂ ਦੁਬਾਰਾ ਵੀ ਸੋਸ਼ਲ 'ਤੇ ਸਵਾਗਤ ਹੈ। ਥੈਂਕ ਯੂ ਜੀ, ਧੰਨਵਾਦ। ਸੋ ਮੂਵੀ ਦਾ ਇਹ ਪਾਰਟ ਤੁਸੀਂ ਇੰਜੋਏ ਕਰਦੇ ਹੁੰਦੇ ਹੋ, ਪ੍ਰਮੋਸ਼ਨਲ ਪਾਰਟ? ਪ੍ਰਮੋਸ਼ਨਲ ਪਾਰਟ ਇੰਜੋਏ ਕਰੀਦਾ ਜੀ, ਖੁਸ਼ੀ ਵੀ ਹੁੰਦੀ ਹੈ ਕਿ ਹੁਣ ਚਲੋ ਫਿਲਮ ਰਿਲੀਜ਼ ਹੋਊਗੀ। ਖਾਸ ਕਰ ਹੁਣ ਇਸ ਕਰਕੇ ਇੰਜੋਏ ਕਰ ਰਹੇ ਕਿਉਂਕਿ 2 ਸਾਲ ਦਾ ਲੰਬਾ ਵਕਫਾ ਪੈ ਗਿਆ ਹੈ ਨਾ,
ਕੋਵਿਡ ਤੋਂ ਬਾਅਦ ਤਾਂ ਇਹ ਸੀਗਾ ਯਾਰ ਕਿ ਇੰਨਾ ਸੋਹਣਾ ਕੰਮ ਕੀਤਾ ਹੋਇਆ, ਇੰਨੇ ਸੋਹਣੇ ਵਿਸ਼ਿਆਂ ਦੇ ਉੱਤੇ ਫਿਲਮਾਂ ਬਣਾਈਆਂ ਹੋਈਆਂ ਨੇ, ਉਹ ਆਈ ਨਹੀਂ ਰਹੀਆਂ ਲੋਕਾਂ ਦੇ ਸਾਹਮਣੇ, ਅਤੇ ਇਹ ਮੇਰੇ ਖਿਆਲ 'ਚ 2020 'ਚ ਆਪਾਂ ਫਿਲਮ ਇਹ ਕੰਪਲੀਟ ਕਰ ਲਈ ਸੀਗੀ ਅਸੀਂ, ਤਾਂ ਸਾਨੂੰ ਸੀਗਾ ਕਿ 2021 'ਚ ਆਊਗੀ, ਬਟ ਉਹ ਕੋਵਿਡ ਕਰਕੇ ਅੱਗੇ 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 ਤਾਂ ਉਹ ਸੀਗਾ, ਹੁਣ ਇਹ ਚੀਜ਼ਾਂ ਇੰਜੋਏ ਕਰ ਰਹੇ ਹਾਂ ਬਟ ਕਿਤੇ ਨਾ ਕਿਤੇ ਥਕਾ ਵੀ ਦਿੰਦੀਆਂ ਨੇ ਚੀਜ਼ਾਂ। ਸੋ ਤੁਸੀਂ ਪ੍ਰਮੋਸ਼ਨਲ ਪਾਰਟ ਇੰਜੋਏ ਕਰਦੇ ਹੋ? ਯੈਸ, ਕਿਉਂਕਿ ਜਿੱਦਾਂ ਆਪਾਂ ਇਗਜ਼ਾਮ ਦੀ ਤਿਆਰੀ ਕਰੀ ਦੀ, ਰਿਜ਼ਲਟ ਦੀ ਵੇਟ ਕਰੀ ਦੀ ਆ, ਸੋ ਇਹ ਫਾਈਨਲੀ ਉਹ ਪਲਾ ਪ੍ਰੋਸੈਸ ਹੁੰਦਾ। ਇਹ ਹੁੰਦਾ ਕਿ ਪ੍ਰੋਡਕਟ ਬਣਾ ਲਿਆ, ਹੁਣ ਦਰਸ਼ਕਾਂ ਤੱਕ ਲੈ ਕੇ ਆਉਣਾ, ਸੋ ਇਹ ਬਹੁਤ ਇੰਪੋਰਟੈਂਟ ਪਾਰਟ ਆ ਪ੍ਰਮੋਸ਼ਨ ਵਾਲਾ, ਜਿਹੜਾ ਪਾਰਟ ਹੁੰਦਾ। ਹੈਕਟਿਕ ਹੁੰਦਾ, ਐਗਜ਼ੌਸਟਿੰਗ ਹੁੰਦਾ, ਨੋ ਡਾਊਟ, ਬਟ ਬਹੁਤ ਇੰਪੋਰਟੈਂਟ ਪਾਰਟ ਹੈਗਾ ਆ। ਜਦੋਂ ਮੈਂ ਜਿੱਦਾਂ ਕਿਹਾ ਕਿ ਪ੍ਰੋਡਕਟ ਜਦੋਂ ਤਿਆਰ ਹੋ ਜਾਂਦਾ ਤਾਂ ਫਿਰ ਉਹਨੂੰ ਮਾਰਕੀਟ 'ਚ ਲੈ ਕੇ ਆਉਣਾ, ਉਹਦੀ ਪ੍ਰੋਪਰ ਪ੍ਰੈਜੈਂਟੇਸ਼ਨ ਕਰਨੀ, ਯੂ ਨੋ, ਡਿਫਰੈਂਟ ਡਿਫਰੈਂਟ ਲੋਕਾਂ ਨੂੰ ਮਿਲਣਾ, ਪ੍ਰਮੋਟ ਕਰਨਾ ਫਿਲਮ ਨਾਲ, ਫਿਰ ਜਿੱਦਾਂ ਹੁਣ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਹਾਂ, ਸੋ ਇਹ ਬਹੁਤ ਇੰਪੋਰਟੈਂਟ ਆ ਕਿ ਸਾਰਿਆਂ ਤੱਕ ਇਹ ਜਿਹੜਾ ਪ੍ਰੋਜੈਕਟ ਅਸੀਂ ਬਣਾਇਆ ਇਹ ਲੈ ਕੇ ਆਈਏ, ਉਹਨਾਂ ਤੱਕ ਪਹੁੰਚੇ। ਸੋ ਜਦੋਂ ਪਰਸਨਲੀ ਆਪਾਂ ਕੰਟਰੀਬਿਊਟ ਕਰਦੇ ਹਾਂ, ਹੈ ਨਾ, ਆਈ ਥਿੰਕ ਉਹ ਕਿਤੇ ਨਾ ਕਿਤੇ ਪ੍ਰਭਾਵ ਛੱਡਦੀ ਹੈ ਲੋਕਾਂ 'ਤੇ ਕਿ ਉਹ ਕਨੈਕਟ ਕਰ ਪਾਉਂਦੇ ਨੇ, ਰਾਦਰ ਦੈਨ ਜਸਟ ਲੀਵਿੰਗ ਦਾ ਹੋਰਡਿੰਗਸ, ਹੈ ਨਾ, ਸਾਰੇ ਲੱਗੇ ਹੋਣ ਤਾਂ ਪੋਸਟਰਸ ਲੱਗੇ ਹੋਣ, ਉਹਦੇ ਨਾਲੋਂ ਜ਼ਿਆਦਾ ਆਈ ਥਿੰਕ ਜ਼ਿਆਦਾ ਇੱਕ ਵੈਲਿਊ ਐਡ ਹੋ ਜਾਂਦੀ ਹੈ ਜਦੋਂ ਆਰਟਿਸਟ ਆਪ ਜਾ ਕੇ ਥਾਵਾਂ 'ਤੇ ਲੋਕਾਂ ਨੂੰ ਮਿਲਦਾ, ਇੰਟਰੈਕਟ ਕਰਦਾ, ਪ੍ਰਮੋਟ ਕਰਦਾ। ਆਈ ਥਿੰਕ ਉਹ ਬਹੁਤ ਇੰਪੋਰਟੈਂਟ ਬਟ ਬਹੁਤ ਹੈਕਟਿਕ। ਪਰ ਤੁਹਾਨੂੰ ਲੱਗਦਾ ਇਹ ਚੀਜ਼ਾਂ ਕਿ ਫਿਲਮ ਪ੍ਰਮੋਸ਼ਨ ਦੇ ਵਿੱਚ ਉਹੀ ਸਟੀਰੀਓਟਾਈਪ ਚੀਜ਼ਾਂ ਨੇਗੀਆਂ, ਜਾਂ ਤੁਸੀਂ ਵੀ ਜਦੋਂ ਤੋਂ ਫਿਲਮਾਂ ਕਰਦੇ ਆ ਰਹੇ ਹੋ ਵੀ ਪਹਿਲੀ ਫਿਲਮ ਵੀ ਮੈਂ ਇਹੀ ਪ੍ਰਮੋਟ ਕੀਤੀ ਸੀ ਅਤੇ ਹੁਣ ਮੇਰੀ ਕਿੰਨਵੀਂ ਫਿਲਮ ਦੀ ਉਹ ਵੀ ਮੈਂ ਉਦਾਂ ਹੀ, ਸਾਡੇ ਤਰੀਕੇ ਨਹੀਂ ਬਦਲੇ ਫਿਲਮ ਪ੍ਰਮੋਟ ਕਰਨ ਦੇ, ਮੈਨੂੰ ਲੱਗਦਾ ਨਵੇਂ ਨਵੇਂ ਢੰਗ ਹੋਣੇ ਚਾਹੀਦੇ ਨੇ ਫਿਲਮ ਪ੍ਰਮੋਟ ਕਰਨ ਲਈ, ਖਾਸ ਕਰ ਜਿਵੇਂ ਹੁਣ ਤੁਹਾਡੇ ਨਾਲ ਇੰਟਰਵਿਊ ਕਰ ਰਹੇ ਹਾਂ, ਇੰਟਰਵਿਊ ਕਰਨ ਦਾ ਸਾਨੂੰ ਮਜ਼ਾ ਆ ਰਿਹਾ, ਸਾਨੂੰ ਇਹ ਹੋਣਾ ਚਾਹੀਦਾ ਕਿ ਜਿਹੜਾ ਬੰਦਾ ਸਾਡੇ ਨਾਲ ਸਾਨੂੰ ਕੁਐਸਚਨ ਪੁੱਟ ਕਰ ਰਿਹਾ ਉਹਨੂੰ ਸਾਡੇ ਫਿਲਮ ਬਾਰੇ, ਫਿਲਮ ਦੇ ਵਿਸ਼ੇ ਬਾਰੇ ਜਾਂ ਸ਼ਰਾਰਤੀ ਤੱਤ ਕਿਤਾਬ ਬਾਰੇ ਪਤਾ ਹੋਣਾ ਚਾਹੀਦਾ ਹਰ ਇੱਕ ਚੀਜ਼ ਦਾ। ਸੋ ਮੈਨੂੰ ਪਤਾ ਕਿ ਸਾਡੀ ਇੱਕ ਬੜੀ ਵਧੀਆ ਇੰਟਰਵਿਊ ਤੁਹਾਡੇ ਨਾਲ ਹੁਣ ਹੋਊਗੀ, ਹੈ ਨਾ, ਸੋ ਇੱਦਾਂ ਦੇ ਬਹੁਤ ਘੱਟ ਨੇ, ਤਾਂ ਫਿਰ ਇੰਜੋਏ ਵੀ ਕਰੀਦੀ ਆ ਉੱਦਾਂ ਦੀ ਮੂਵਮੈਂਟ ਜਿਵੇਂ ਤੁਸੀਂ ਹੋ ਗਏ ਜਾਂ ਦੋ ਚਾਰ ਤੁਹਾਡੇ ਵਰਗੇ ਹੋਰ ਨੇ ਜਿਨ੍ਹਾਂ ਨੂੰ ਹਰ ਇੱਕ ਚੀਜ਼ ਬਾਰੇ ਪਤਾ। ਬਟ ਕਈ ਵਾਰ ਇੱਦਾਂ ਵੀ ਹੁੰਦਾ ਕਿ ਬਹੁਤ ਸਾਰੇ ਲੋਕ ਇੱਦਾਂ ਦੇ ਕੁਛ ਫਿਲਮ ਬਾਰੇ ਕੁਛ ਨਹੀਂ ਪਤਾ ਹੁੰਦਾ, ਬਟ ਉਹ ਸਵਾਲ ਅਜੀਬ ਜਿਹੇ ਹੁੰਦੇ ਨੇ, ਤਾਂ ਉਦੋਂ ਬੰਦਾ ਫਿਰ ਸੋਚਦਾ ਕਿ ਯਾਰ ਅਸੀਂ ਆਪਣੀ ਆਡੀਅੰਸ ਨੂੰ ਕੀ ਸੁਨੇਹਾ ਦੇਣਾ ਚਾਹ ਰਹੇ ਹਾਂ ਅਤੇ ਇਹ ਕਿੱਦਾਂ ਦੇ ਸਾਤੋਂ ਜਿਹੜੇ ਕੁਐਸਚਨ ਨੇ ਪੁੱਟ ਕਰੀ ਕਰ ਰਹੇ ਨੇ, ਤਾਂ ਉਹ ਚੀਜ਼ਾਂ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਅਜੀਬ ਲੱਗਦੀਆਂ ਨੇ। ਬਟ ਮੈਨੂੰ ਲੱਗਦਾ ਕਿ ਜਿਹੜੇ ਫਿਲਮ ਪ੍ਰਮੋਸ਼ਨ ਦੇ ਤਰੀਕੇ ਨੇ ਉਹੀ ਚੱਲੇ ਆ ਰਹੇ ਨੇ ਹੁਣ, ਇੱਕ ਇੰਨਾ ਕੁ ਜ਼ਰੂਰ ਹੈ ਪਿਛਲੇ 5-7 ਸਾਲ ਤੋਂ ਕਿ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਐਡ ਹੋ ਗਿਆ, ਜਿਵੇਂ ਇੰਸਟਾ ਦੇ ਉੱਤੇ ਤੁਹਾਡੇ ਫੋਲੋਅਰ ਤੁਹਾਡੇ ਨਾਲ ਜੁੜ ਜਾਂਦੇ ਨੇ, ਤਾਂ ਜਿਵੇਂ ਅਸੀਂ ਕਹਿ ਦਈਏ ਕਿ ਮਿਲੀਅਨ ਦੇ ਨੇੜੇ ਤੇੜੇ ਬੰਦੇ ਤੱਕ ਤੁਹਾਡਾ ਮੈਸੇਜ ਪਹੁੰਚ ਜਾਂਦਾ, ਹੈ ਨਾ, ਤੁਸੀਂ ਈਜ਼ੀਲੀ ਉਹਨੂੰ ਪ੍ਰਮੋਟ ਕਰ ਲੈਂਦੇ ਹੋ। ਬਾਕੀ ਤਾਂ ਮੈਨੂੰ ਲੱਗਦਾ ਸਾਰਾ ਕੁਛ, ਉਵੇਂ ਪਹਿਲਾਂ ਪੋਸਟਰ ਲੱਗਦੇ ਸੀ ਹੁਣ ਹੋਰਡਿੰਗਸ ਲੱਗਦੇ ਨੇ, ਟੀਵੀ ਪ੍ਰਮੋਸ਼ਨ ਚੱਲਦੀ ਹੈ, ਸੋ ਤਰੀਕੇ ਉਹੀ ਨੇ ਜੀ ਸਾਰੇ। ਅਤੇ ਮੈਨੂੰ ਐਂ ਵੀ ਮਹਿਸੂਸ ਹੁੰਦਾ ਜਿਵੇਂ ਪਿਛਲੇ ਥੋੜ੍ਹੇ ਜਿਹੇ ਦਿਨਾਂ ਤੋਂ ਮੈਨੂੰ ਜ਼ਿਆਦਾ ਹੀ ਮਹਿਸੂਸ ਹੋ ਰਿਹਾ ਕਿ ਹਰ ਫਿਲਮ ਦੇ ਲਈ ਇੱਕੋ ਤਰ੍ਹਾਂ ਦੀ ਪ੍ਰਮੋਸ਼ਨ ਨਹੀਂ ਕੀਤੀ ਜਾ ਸਕਦੀ। ਅਗਰ ਕੋਈ ਰੋਮਕੌਮ ਆ ਰਹੀ ਆ ਉਹਦੀ ਇੱਕ ਅਲੱਗ ਤਰ੍ਹਾਂ ਦੀ ਪ੍ਰਮੋਸ਼ਨ ਹੋਊਗੀ ਕਿਉਂਕਿ ਉਹਦੀ ਟਾਰਗੇਟ ਆਡੀਅੰਸ ਅਲੱਗ ਹੋਊਗੀ। ਕੋਈ ਬਾਇਓਪਿਕ ਆ ਰਹੀ ਆ ਤਾਂ ਉਹਦੇ ਤਰੀਕੇ ਕੁਛ ਹੋਰ ਹੋਣੇ ਚਾਹੀਦੇ ਨੇਗੇ ਕਿਉਂਕਿ ਉਹਦੀ ਟਾਰਗੇਟ ਆਡੀਅੰਸ ਹੋਰ ਹੋਊਗੀ। ਕੁਛ ਨਵੀਆਂ ਚੀਜ਼ਾਂ ਸਾਨੂੰ ਹੋਣੇ ਚਾਹੀਦੀਆਂ, ਮਤਲਬ ਜੋ ਤੁਹਾਡਾ ਤੁਸੀਂ ਪ੍ਰੋਡਕਟ ਤਿਆਰ ਕੀਤਾ ਉਹਦੇ ਅਕੋਰਡਿੰਗਲੀ ਪ੍ਰੋਪਰ ਪ੍ਰਮੋਸ਼ਨ ਮਾਰਕੀਟਿੰਗ ਹੋਣੀ ਚਾਹੀਦੀ ਹੈ। ਜਿੱਦਾਂ ਰੋਮਕੌਮ ਦੀ ਗੱਲ ਕਰ ਰਹੇ ਹੋ ਤਾਂ ਉਸ ਤਰੀਕੇ ਨਾਲ ਉਹਨੂੰ ਡਿਜ਼ਾਈਨ ਕੀਤਾ ਜਾਵੇ ਕਿ ਲੋਕਾਂ ਨੂੰ ਅਪੀਲ ਕਰੇ, ਰਾਈਟ। ਹੁਣ ਜੇ ਐਕਸ਼ਨ ਆ ਰਹੀ ਆ ਜਾਂ ਬਾਇਓਪਿਕ ਆ ਰਹੀ ਆ, ਇਹਦਾ ਆਪਣਾ ਇੱਕ ਆਪਣਾ ਜੋਨਰ ਆ, ਸੋ ਉਸ ਤਰੀਕੇ ਨਾਲ ਅਗਰ ਇਹਨੂੰ ਮਾਹੌਲ ਦਿੱਤਾ ਜਾਵੇ ਪ੍ਰਮੋਸ਼ਨ ਨੂੰ ਤਾਂ ਲੋਕ ਮੈਨੂੰ ਲੱਗਦਾ ਜ਼ਿਆਦਾ ਅਟਰੈਕਟ ਹੋਣਗੇ, ਜ਼ਿਆਦਾ ਕਨੈਕਟ ਕਰਨਗੇ। ਹੁਣ ਬੜਾ ਜਨੈਰਿਕ ਹੋਇਆ ਪਿਆ ਸਾਰਾ ਕੁਛ, ਨਾ, ਇਟਸ ਜਸਟ ਇੱਕੋ ਹੀ ਲਹਿਰ 'ਚ ਸਾਰੀਆਂ ਫਿਲਮ ਦੀਆਂ ਪ੍ਰਮੋਸ਼ਨਸ, ਪਤਾ ਹੀ ਨਹੀਂ ਡਿਫਰੈਂਸ ਜਾਂ ਜਿੱਦਾਂ ਤੁਸੀਂ ਕਹਿ ਰਹੇ ਹੋ ਨਹੀਂ ਪਤਾ ਚੱਲਦਾ। ਸੋ ਬਹੁਤ ਇੰਪੋਰਟੈਂਟ ਆ ਕਿ ਆਪਾਂ ਨਵੀਆਂ ਟੈਕਨੀਕਸ ਲੈ ਕੇ ਆਈਏ ਇੰਡਸਟਰੀ ਦੇ ਵਿੱਚ ਟੂ ਪ੍ਰਮੋਟ ਆਹ ਫਿਲਮਸ ਅਕੋਰਡਿੰਗ ਟੂ ਦ ਸਬਜੈਕਟ। ਯੈਸ। ਸੋ ਭਾਅ ਜੀ, ਇੱਕ ਹੋਰ ਬਾਇਓਪਿਕ? ਹਾਂ, ਮੇਰੇ ਹਿੱਸੇ ਇੱਕ ਹੋਰ ਬਾਇਓਪਿਕ, ਮੈਨੂੰ ਲੱਗਦਾ ਇੱਕ ਅੱਧੀ ਅਸੀਂ ਹੋਰ ਸੋਚੀ ਬੈਠੇ ਹਾਂ। ਅੱਛਾ, ਇੱਦਾਂ ਦਾ ਸਿਨੇਮਾ ਕਰਨ 'ਚ ਮਜ਼ਾ ਵੀ ਆਉਂਦਾ ਜੀ, ਐਜ਼ ਐਨ ਐਕਟਰ ਕਿਤੇ ਨਾ ਕਿਤੇ ਚੈਲੰਜ ਬਣ ਜਾਂਦਾ ਹੈ, ਗਰੋਥ ਵੀ ਹੁੰਦੀ ਹੈ ਤੁਹਾਡੀ, ਹੈ ਨਾ, ਕਿ ਯਾਰ ਪਿੱਛੇ ਰੁਪਿੰਦਰ ਗਾਂਧੀ ਤੋਂ ਸ਼ੁਰੂ ਹੋਇਆ ਸੀਗਾ ਤਾਂ ਉਹ ਅਲੱਗ ਤਰ੍ਹਾਂ ਦਾ ਕਿਰਦਾਰ ਸੀ, ਫਿਰ ਮੰਗਾ ਬਾਈ ਦਾ, ਹੁਣ ਫਿਰ ਮਿੰਟੂ ਗੁਰਸੂਰੀਆ ਬਾਈ ਦਾ, ਪ੍ਰੀਵੀਅਸ ਫਿਲਮ ਦੀ ਗੱਲ ਕਰੀਏ ਮੰਗਾ ਸਿੰਘ ਅੰਟਾਲ ਦਾ, ਉਹ ਇੱਕ ਡਰ ਹੁੰਦਾ ਕਿ ਯਾਰ ਪਰਦੇ 'ਤੇ ਹਰ ਕਿਰਦਾਰ ਨਾਲੋਂ ਇੱਕ ਵੱਖਰਾ ਕਿਵੇਂ ਦੇਖਣਾ, ਉਹ ਡਰ ਤੋਂ ਉੱਤੋਂ ਮਿਹਨਤ ਕਰਾਉਂਦਾ। ਮੈਨੂੰ ਲੱਗਦਾ ਐਜ਼ ਐਨ ਐਕਟਰ ਤੁਹਾਡੀ ਗਰੋਥ ਵੀ ਹੁੰਦੀ ਹੈ ਉਹ ਡਰ ਕਰਕੇ, ਤੁਸੀਂ ਜ਼ਿਆਦਾ ਮਿਹਨਤ ਕਰਦੇ ਹੋ, ਕਿਉਂਕਿ ਮੈਂ ਹੁਣ ਥੀਏਟਰ ਤੋਂ ਆਇਆ ਤਾਂ ਮੈਨੂੰ ਲੱਗਦਾ ਕਿ
ਸਾਨੂੰ ਪਹਿਲਾਂ ਤਾਂ ਇੱਥੇ ਤੱਕ ਪਹੁੰਚਣਾ ਹੀ ਬਹੁਤ ਮੁਸ਼ਕਿਲ ਕੰਮ ਸੀਗਾ। ਬਿਲਕੁਲ ਹੈ ਨਾ ਜੀ, ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਜ਼ਿਆਦਾਤਰ ਜਿਹੜੇ ਪਹਿਲਾਂ ਹੀ ਫੇਮਸ ਹੋ ਚੁੱਕੇ ਨੇ ਚਿਹਰੇ ਜਾਂ ਜਿਹੜੇ ਸਿੰਗਰ ਡੋਮੀਨੇਟਿੰਗ ਇੰਡਸਟਰੀ ਆਪਣੀ ਹੈਗੀ ਹੈ। ਸੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਹੱਕ ਨਹੀਂ ਹੈ, ਸਭ ਨੂੰ ਹੱਕ ਹੈ ਕੰਮ ਕਰਨ ਦਾ, ਬਟ ਇੱਕ ਐਕਟਰ ਲਈ ਸਥਾਪਿਤ ਹੋਣਾ ਬਹੁਤ ਔਖਾ ਕੰਮ ਸੀ। ਬਿਲਕੁਲ ਹੈ ਨਾ, ਇਹ ਵਾਹਿਗੁਰੂ ਨੇ ਸੁਣ ਲਈ। ਸੋ ਸਾਡੇ ਕਰਕੇ ਬਾਕੀ ਵੀ ਲੋਕਾਂ ਦਾ ਰਾਹ ਖੁੱਲ੍ਹਿਆ, ਲੋਕਾਂ ਨੂੰ ਯਕੀਨ ਹੋਇਆ, ਬਟ ਉਹਦੇ ਕਰਕੇ ਫਿਰ ਲੱਗਦਾ ਕਿ ਯਾਰ ਮਿਹਨਤ ਹੋਰ ਕਰੀਏ ਹੋਰ ਕਰੀਏ, ਤਾਂ ਕਿ ਦੂਜਿਆਂ ਨਾਲੋਂ ਆਪਣੇ ਆਪ ਨੂੰ ਯਾਰ ਡਿਫਰੈਂਟ ਜੇ ਐਕਟਰ ਦੇ ਤੌਰ 'ਤੇ ਨਹੀਂ ਦਿਖਾ ਸਕੇ ਫਿਰ ਤੁਹਾਡਾ ਥੀਏਟਰ ਕੀਤੇ ਦਾ ਫਿਰ ਕੋਈ ਫਾਇਦਾ ਨਹੀਂ ਹੈ। ਸੋ ਇਸੇ ਕਰਕੇ ਮੈਂ ਕਹਿਣਾ ਹੁੰਦਾ ਕਿ ਜਿਹੜੀ ਆ ਡਾਕੂਆਂ ਦਾ ਮੁੰਡਾ ਵਰਗੀ ਫਿਲਮ ਹੈ ਤਾਂ ਕੋਈ ਸੋਚਦਾ ਨਹੀਂ ਸੀ ਹੁੰਦਾ। ਹਰ ਬੰਦਾ ਭੱਜਦਾ ਹੁੰਦਾ ਸੀ ਕਿ ਯਾਰ ਇਹ ਡਾਰਕ ਸਿਨਮਾ, ਯਾਰ ਇਹ ਨਸ਼ਿਆਂ ਦੇ ਉੱਤੇ ਸਿਨਮਾ, ਇਹ ਨਹੀਂ ਚੱਲੂਗਾ। ਬਟ ਜੇ ਉਹਦੇ ਵਿੱਚ ਮੈਨੂੰ ਲੱਗਦਾ ਥੀਏਟਰ ਦੇ ਕਲਾਕਾਰ ਨਾ ਹੁੰਦੇ, ਪਰਫੋਰਮੈਂਸਿਸ ਨਾ ਹੁੰਦੀਆਂ, ਤਾਂ ਸ਼ਾਇਦ ਇਹ ਕੰਮ ਨਹੀਂ ਸੀ ਕਰਨਾ। ਸੋ ਅਸੀਂ ਆਪਣੀ ਪਰਫੋਰਮੈਂਸ ਨਾਲ ਜਾਂ ਪਿੱਛੋਂ ਜੋ ਥੀਏਟਰ ਤੋਂ ਸਿੱਖ ਕੇ ਆਏ ਉਹਦੇ ਜ਼ਰੀਏ ਸਭ ਦਾ ਪਿਆਰ ਮਿਲਿਆ, ਸਤਿਕਾਰ ਮਿਲਿਆ, ਤਾਂ ਅੱਜ ਇੱਥੇ ਬੈਠੇ। ਇਹ ਸਾਡੀ ਨਾ ਇੰਡਸਟਰੀ 'ਚ ਮੰਨਿਆ ਜਾਣ ਲੱਗ ਗਿਆ, ਜਾਂ ਕਹਿ ਲਓ ਕਿ ਮਨਾਇਆ ਜਾਣ ਲੱਗ ਗਿਆ ਵੀ ਜਿਹਦੀ ਇੱਕ ਤਰ੍ਹਾਂ ਦੀ ਕੋਈ ਫਿਲਮ ਚੱਲ ਜਾਂਦੀ ਹੈ ਵੀ ਫਿਰ ਉਹ ਬੰਦਾ ਉੱਦਾਂ ਦੀਆਂ ਫਿਲਮਾਂ ਬਣਾਉਣ ਲੱਗ ਜਾਂਦਾ ਹੈ। ਹੋ ਸਕਦਾ ਗੁਰਨਾਮ ਹੋਰਾਂ ਨੇ ਉਸ ਇੰਟੈਂਸ਼ਨ ਨਾਲ ਨਾ ਕਿਹਾ ਹੋਵੇ। ਮੇਰੀ ਇੱਕ ਰੀਸੈਂਟ ਇੰਟਰਵਿਊ ਸੀਗੀ ਤਾਂ ਉਹਨਾਂ ਨੇ ਕਿਹਾ ਵੀ ਜਿੱਦਾਂ ਦੇਵ ਬਾਈ ਦੀਆਂ ਐਕਸ਼ਨ ਫਿਲਮਾਂ ਚੱਲ ਗਈਆਂ, ਪਹਿਲਾਂ ਕਿਸੇ ਨੇ ਨਹੀਂ ਸੋਚਿਆ ਸੀ ਵੀ ਐਕਸ਼ਨ ਫਿਲਮਾਂ ਚੱਲਣਗੀਆਂ, ਪਰ ਬਾਈ ਉਹਨਾਂ ਦੀਆਂ ਚੱਲ ਗਈਆਂ ਅਤੇ ਬਾਈ ਹੁਣੇ ਹੁਣ ਉੱਦਾਂ ਦੀਆਂ ਫਿਲਮਾਂ ਬਣਾਉਂਦੇ ਨੇ, ਪਰ ਉਹਨਾਂ ਨੇ ਤਾਂ ਇੱਕ ਪੋਜ਼ਿਟਿਵ ਵੇਚ ਕਿਹਾ, ਇੱਕ ਐਗਜ਼ਾਮਪਲ ਦੇਣਾ ਚਾਹੁੰਦੇ ਸੀ। ਪਰ ਤੁਸੀਂ ਕਦੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਫਿਲਮ ਬਣਾਈ ਆ ਜਾਂ ਫਿਲਮ ਸਾਈਨ ਕੀਤੀ ਹੈ ਕਿ ਮੇਰੀ ਇੱਦਾਂ ਦੀ ਫਿਲਮ ਚੱਲੀ ਸੀ ਅਤੇ ਹੁਣ ਮੈਂ ਅਗਲੀਆਂ ਵੀ ਇੱਦਾਂ ਦੀਆਂ ਹੀ ਕਰਨੀਆਂ ਨੇ? ਨਹੀਂ, ਇੱਦਾਂ ਦਾ ਕੁਛ ਨਹੀਂ ਹੈ ਕਿ ਮੇਰੀ ਜੇ ਗਾਂਧੀ ਚੱਲ ਗਈ ਤਾਂ ਮੈਨੂੰ ਕਿੰਨੀਆਂ ਗੈਂਗਸਟਰ ਮੂਵੀਜ਼ ਔਫਰ ਹੋਈਆਂ, ਉਹ ਤੋਂ ਬਾਅਦ ਕਿੰਨੀਆਂ ਔਫਰ ਹੋਈਆਂ, ਮੈਨੂੰ ਕਿਹਾ ਕਰ ਲਓ, ਮੈਂ ਸਭ ਨੂੰ ਮਨਾ ਕੀਤਾ ਕਿ ਮੈਂ ਨਹੀਂ ਕਰਨੀਆਂ। ਹੁਣ ਵੀ ਮੈਂ ਪਰਸੋਂ ਸ਼ਾਇਦ ਤੁਹਾਡੇ ਨਾਲ ਵੀ ਗੱਲ ਕਰ ਰਿਹਾ ਸੀਗਾ ਕਿ ਹੁਣ ਮੈਂ ਆਟੋਬਾਇਓਗ੍ਰਾਫੀ ਕੀਤੀ ਪਹਿਲਾਂ ਮਿੰਟੂ ਬਾਈ ਦੀ, ਉਹ ਵੀ ਨਸ਼ਿਆਂ ਦੇ ਉੱਤੇ ਸੀਗੀ, ਆ ਵੀ ਕਿ ਹੁਣ ਮੈਂ ਨਹੀਂ ਕਰਨੀ, ਜੋ ਮੈਸੇਜ ਮੈਂ ਦੇਣਾ ਚਾਹੁੰਦਾ ਸੀ ਉਹ ਮੈਂ ਸਮਾਜ ਨੂੰ ਦੇ ਚੁੱਕਾ ਹੈ ਨਾ। ਨਹੀਂ ਤਾਂ ਸਾਰਿਆਂ ਦੀ ਲਾਈਫ ਇੱਕੋ ਜਿੱਕੀ ਹੁੰਦੀ ਹੈ। ਇਹ ਇਸ ਕਰਕੇ ਵੀ ਕੀਤੀ ਹੈ ਕਿ ਕਿਤੇ ਨਾ ਕਿਤੇ ਮੰਗਾ ਸਿੰਘ ਅੰਟਾਲ ਦੀ ਜਿਹੜੀ ਲਾਈਫ ਸੀ ਨਾ ਉਹ ਮਿੰਟੂ ਨਾਲੋਂ ਅਲੱਗ ਸੀਗੀ। ਮਿੰਟੂ ਬਾਈ ਨਾਲੋਂ ਅਲੱਗ ਕਿਉਂ ਸੀ? ਕਿਉਂਕਿ ਉਹ ਕਾਲਜ ਲਾਈਫ 'ਚ ਇੱਕ ਮੁੰਡਾ ਸੀਗਾ, ਕਾਲਜ 'ਚ ਨਸ਼ੇ ਕਰਨ ਲੱਗ ਗਿਆ, ਘਰ ਆ ਗਿਆ, ਬਟ ਇੱਥੇ ਉਹਦੀ ਫੈਮਿਲੀ ਸਫ਼ਰ ਕਰਦੀ ਹੈ, ਉਹਦੀ ਵਾਈਫ, ਉਹਦਾ ਬੱਚਾ, ਅਤੇ ਉਹਦੇ ਵਿੱਚ ਇੱਕ ਚੀਜ਼ ਹੋਰ ਬੜੀ ਇਹਦੇ ਵਿੱਚ ਬਹੁਤ ਵਧੀਆ ਹੈ, ਉਹ ਇਹ ਹੈ ਕਿ ਉਹ ਨਸ਼ੇੜੀ ਕਿਵੇਂ ਝੂਠ ਬੋਲ ਕੇ ਨਸ਼ੇ ਕਰਦਾ, ਕਿਵੇਂ ਉਹ ਬੇਵਕੂਫ ਬਣਾਉਂਦਾ ਆਪਣੀ ਵਾਈਫ ਨੂੰ ਜਾਂ ਆਪਣੀ ਮਦਰ ਨੂੰ। ਜਿਵੇਂ ਸਾਡਾ ਹੁਣ ਪਿੱਛੇ ਜੇ ਪ੍ਰੋਮੋ ਰਿਲੀਜ਼ ਹੋਇਆ, ਮਾਂ ਕਹਿੰਦੀ ਕੀ ਖਾਧਾ, ਅੱਖਾਂ ਲਾ ਲਓ, ਜਿਹਨੇ ਕਹਿੰਦਾ ਮੱਛਰ ਪੈ ਗਿਆ, ਤੂੰ ਕਿਸੇ ਨੇ ਕੀ ਖਾਧਾ, ਹੋਰ ਮੈਂ ਕੀ ਖਾਣਾ। ਸੋ ਕਿੰਨਾ ਕਲੈਵਰ ਹੋ ਜਾਂਦਾ ਨਸ਼ੇੜੀ। ਸੋ ਉਹ ਜਿਹੜਾ ਉਹ ਵਾਲਾ, ਜਿਵੇਂ ਹੁਣ ਕਾਲਜ ਦੇ ਮੈਂ ਗੱਲ ਕਰਦਾ, ਕਾਲਜ ਮੈਂ ਮੇਰੇ ਖਿਆਲ 'ਚ ਗਾਂਧੀ 'ਚ ਵੀ ਕੀਤਾ। ਮਿੰਟੂ ਬਾਈ ਦੀ ਜਿਹੜੀ ਸਾਡੀ ਲਾਸਟ ਫਿਲਮ ਸੀ ਡਾਕੂਆਂ ਦਾ ਮੁੰਡਾ, ਉਹਦੇ ਵਿੱਚ ਵੀ ਕਾਲਜ ਵਾਲਾ ਪਾਰਟ ਪਲੇ ਕੀਤਾ, ਇਹ 'ਚ ਵੀ ਕੀਤਾ। ਤਾਂ ਮੈਨੂੰ ਲੱਗਿਆ ਕਿ ਯਾਰ ਕਾਲਜ ਠੀਕ ਹੈ, ਸੇਮ ਹੋਊਗਾ ਕਿਤੇ ਨਾ ਕਿਤੇ। ਮੈਂ ਆਪਣੇ ਆਪ 'ਚ ਆਪਣੇ ਦੇ ਕੰਮ ਕਰਕੇ ਜਾਂ ਇੱਕ ਵਾਕ ਕੈਰੀ ਕਰਕੇ ਜਾਂ ਸਟਾਈਲ ਲਾ ਕਰਕੇ ਥੋੜ੍ਹਾ ਬਹੁਤ ਡਿਫਰੈਂਟ ਕਰ ਲੂੰਗਾ, ਬਟ ਕਾਲਜ ਸੇਮ ਹੀ ਹੋਊਗਾ। ਮੇਰੇ ਲਈ ਸਭ ਤੋਂ ਵੱਡਾ ਚੈਲੰਜ ਸੀਗਾ ਉਹ ਨਸ਼ੈੜੀ ਵਾਲਾ ਕਿਰਦਾਰ ਪਲੇ ਕਰਨਾ। ਇੱਕ ਉਹ ਬੰਦਾ ਜਿਹੜਾ ਕਾਲਜ ਦੇ ਵਿੱਚ ਡੋਮੀਨੇਟ ਕਰਦਾ, ਸਭ ਨੂੰ ਝੂਮ ਕੇ ਤੁਰਦਾ, ਪੂਰਾ ਸਭ ਕਿਤੇ ਰਾਹ ਚੱਲਦਾ। ਇੱਕ ਉਹ ਬੰਦਾ ਜਿਹੜਾ ਅੱਜ ਨਸ਼ੇ 'ਚ ਗਰਕ ਹੋ ਚੁੱਕਾ, ਇੱਕ ਉਹ ਬੰਦਾ ਜਿਹੜਾ ਕਿ ਟ੍ਰੇਲਰ 'ਚ ਕਹਿ ਰਿਹਾ ਕਿ ਮੇਰੀ ਅੰਮ੍ਰਿਤਾ ਜੀ ਨੇ ਦੇਖਿਆ ਡੈਥ ਸਰਟੀਫਿਕੇਟ ਲੈ ਕੇ ਜਾਊਗਾ। ਇੱਕ ਉਹ ਬੰਦਾ ਜਿਹਨੂੰ ਇੱਕ ਨਸ਼ੈੜੀ ਕਹਿ ਰਿਹਾ, ਨਸ਼ਾ ਵੇਚਣ ਵਾਲਾ ਟੁੱਚਾ ਜਿਹਾ ਬੰਦਾ ਕਿ ਨਸ਼ਾ ਜਿੰਨਾ ਮਰਜ਼ੀ ਲੈ ਜਾਈਂ ਆਪਣੀ ਘਰਵਾਲੀ ਭੇਜ ਦੇ, ਅਤੇ ਬੰਦਾ ਕਿੱਥੋਂ ਕਿੱਥੇ ਤੱਕ ਗਰਕ ਹੋ ਚੁੱਕਾ, ਉਹਦੀ ਜਰਨੀ ਪ੍ਰੋਪਰ। ਇਸ ਕਰਕੇ ਮੇਰੇ ਲਈ ਚੈਲੰਜ ਸੀ, ਔਰ ਚੈਲੰਜ ਇਸ ਕਰਕੇ ਵੀ ਸੀ ਕਿ ਮੈਂ ਚਾਹੁੰਦਾ ਸੀ ਕਿ ਮੈਂ ਮਿੰਟੂ ਨੂੰ ਮੰਗੇ ਨਾਲੋਂ ਅਲੱਗ ਪਲੇ ਕਰਕੇ ਦੇਖਾਂ, ਐਜ਼ ਐਨ ਐਕਟਰ ਮੇਰੀ ਗਰੋਥ ਹੋਵੇ। ਮੈਂ ਤਾਂ ਇੱਦਾਂ ਦਾ ਸਿਨੇਮਾ ਕਰਦਾ ਜਿਹੜਾ ਚੈਲੇਂਜਿੰਗ ਹੋਵੇ ਮੇਰੇ ਲਈ, ਅਦਰਵਾਈਜ਼ ਨਹੀਂ। ਹੁਣ ਜਿਵੇਂ ਸ਼ਰੀਕ ਆਊਗੀ ਤੋਂ ਬਾਅਦ ਤੁਸੀਂ ਦੇਖੋਗੇ ਉਹ 'ਚ ਮੈਂ ਲੁਕਸ ਦੇ ਉੱਤੇ ਕਿੰਨਾ ਕੰਮ ਕੀਤਾ, ਡਿਫਰੈਂਟ ਤਰ੍ਹਾਂ ਦਾ, ਉਹ 'ਚ ਇੰਨਾ ਐਕਸ਼ਨ ਨਹੀਂ ਹੈਗਾ, ਉਹ ਥ੍ਰਿਲ ਹੈ ਮੂਵੀ। ਇਸ ਤੋਂ ਬਾਅਦ ਮੇਰੀ ਬਾਈ ਜੀ ਕੁੱਟਣਗੇ ਆਉਣਗੇ, ਉਹਦੇ ਵਿੱਚ ਮੈਂ ਇੱਕ ਕਾਮੇਡੀ ਕਿਰਦਾਰ ਹੈਗਾ, ਬਟ ਉਹ ਐਕਸ਼ਨ ਹੈਗਾ ਕਿਉਂਕਿ ਐਕਸ਼ਨ ਮੇਰੇ ਨਾਲ ਜੁੜਿਆ ਹੋਇਆ ਇਹ ਚੀਜ਼ਾਂ, ਕਿਉਂਕਿ ਮੈਂ ਚੱਲਿਆ ਇਸ ਕਰਕੇ ਆ। ਹਰ ਇੱਕ ਐਕਟਰ ਜਿਹਦੇ ਕਰਕੇ ਚੱਲਦਾ ਨਾ, ਜਿੱਦਾਂ ਦੀ ਉਹਦੀ ਛਵੀ ਬਣ ਜਾਂਦੀ ਆ, ਉਹ ਕਿਤੇ ਨਾ ਕਿਤੇ ਉਹਨੂੰ ਨਾਲ ਲੈ ਕੇ ਚੱਲਦਾ, ਕੈਰੀ ਕਰਦਾ। ਬਟ ਮੈਂ ਆਉਣ ਵਾਲੇ ਟਾਈਮ 'ਚ ਐਕਸਪੈਰੀਮੈਂਟ ਕਰੂੰਗਾ, ਹੋ ਸਕਦਾ ਮੈਂ ਕੋਈ ਫੈਮਿਲੀ ਮੂਵੀ ਕਰਾਂ, ਰੋਮੈਂਟਿਕ, ਬਟ ਐਕਸ਼ਨ ਮੇਰੇ ਨਾਲ ਕਿਤੇ ਨਾ ਕਿਤੇ ਜੁੜਿਆ ਰਹੂਗਾ, ਕਿਉਂਕਿ ਜਿਹੜਾ ਐਕਟਰ ਹੁੰਦਾ ਨਾ ਆਡੀਅੰਸ ਦਾ ਹੁੰਦਾ, ਮੇਰੀ ਆਡੀਅੰਸ ਮੇਰੇ ਤੋਂ ਇਹ ਚਾਹੁੰਦੀ ਹੈ, ਕਿਉਂਕਿ ਜਿਹੜੀ ਮੇਰੀ ਇੱਕ ਆਡੀਅੰਸ ਦੀ ਵੱਡੀ ਗਿਣਤੀ ਹੈ, ਵੱਡਾ ਦਾਇਰਾ ਹੈ, ਜਿਹੜਾ ਕਿ ਮੇਰੇ ਪ੍ਰੋਡਿਊਸਰ ਨੂੰ ਸੇਫ ਕਰਦਾ ਕਿਤੇ ਨਾ ਕਿਤੇ, ਤਾਂ ਉਹ ਮੇਰੇ ਤੋਂ ਜ਼ਿਆਦਾਤਰ ਐਕਸ਼ਨ ਮੰਗਦਾ। ਸੋ ਮੇਰੇ ਲਈ ਇਹ ਹੁੰਦਾ ਜ਼ਰੂਰੀ ਕਿ ਪਹਿਲਾਂ ਮੇਰਾ ਪ੍ਰੋਡਿਊਸਰ ਸੇਫ ਹੋ ਜਾਵੇ, ਤਾਂ ਕਿ ਅਸੀਂ ਕੰਮ ਅੱਗੇ ਅੱਗੇ ਕਰਦੇ ਰਹੀਏ, ਨਹੀਂ ਤਾਂ ਸਾਡੇ 'ਤੇ ਤਾਂ ਮੈਨੂੰ ਲੱਗਦਾ ਕਿ ਇੱਕ ਦੋ ਫਿਲਮਾਂ ਜੇ ਮੇਰੀਆਂ ਨਾ ਚੱਲੀਆਂ, ਲੋਕਾਂ ਨੇ ਕਹਿਣਾ ਇਹ ਤਾਂ ਗਿਆ, ਖਤਮ ਹੋ ਗਿਆ, ਇਹ ਖਤਮ ਹੋ, ਕਹਿਣ ਨੂੰ ਤਿਆਰ ਬੈਠੇ ਆ ਬਹੁਤ ਸਾਰੇ ਲੋਕ, ਇਸ ਕਰਕੇ ਥੋੜ੍ਹਾ ਸੇਫ ਸਾਈਡ ਲੈ ਕੇ ਚੱਲਦੇ। ਅਗਲੇ ਸਵਾਲ ਲਈ ਮੈਨੂੰ
ਤਾਂ ਮੇਰੀ ਉਹਨਾਂ ਨਾਲ ਪੰਜਵੀਂ ਛੇਵੀਂ ਫਿਲਮਾਂ ਉਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਟਾਈਟਲ ਹੈ ਬ੍ਰਾਂਡ ਬਣ ਗਿਆ ਨੋ ਡਾਊਟ ਤਾਂ ਲੋਕਾਂ ਨੂੰ ਇਹ ਚੀਜ਼ ਦੱਸਣੀ ਈਜ਼ੀ ਹੋ ਜੂਗੀ ਔਰ ਦੂਜੀ ਗੱਲ ਇਹ ਹੈ ਕਿ ਉਹ ਵੀ ਇੱਕ ਆਟੋਬਾਇਓਗ੍ਰਾਫੀ ਸੀ ਨਸ਼ੇ ਦੇ ਉੱਤੇ ਸੀ ਉਹ 'ਚ ਵੀ ਬੰਦਾ ਮੇਨ ਸਟ੍ਰੀਮ 'ਚ ਵਾਪਸ ਆਇਆ ਸੀ ਇਹ 'ਚ ਵੀ ਵਾਪਸ ਆਇਆ ਤਾਂ ਕਿਉਂ ਨਾ ਆਪਾਂ ਡਾਕੂਆਂ ਦਾ ਮੁੰਡਾ ਟਾਈਟਲ ਥੱਲੇ ਹੀ ਫਿਲਮ ਕਰੀਏ ਤਾਂ ਮੈਨੂੰ ਲੱਗਦਾ ਕਿ ਜੇ ਕੋਈ ਨੈਕਸਟ ਡਾਕੂਆਂ ਦਾ ਮੁੰਡਾ ਜੇ ਰਿਲੇਟ ਨਾ ਕਰਦਾ ਹੋਇਆ ਫਿਰ ਰੱਖਣਾ ਮੈਨੂੰ ਲੱਗਦਾ ਜ਼ਿਆਦਾ ਹੋ ਜੂਗੀ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਰਿਲੇਟ ਕਰਦਾ ਤਾਂ ਉਹ ਫਿਰ ਮਨਦੀਪ ਬੈਨੀਪਾਲ ਬਾਈ ਜੀ ਹੁਣ ਡਾਇਰੈਕਟਰ ਉਹ ਵੀ ਸਿਆਣੇ ਨੇ ਉਹਨਾਂ ਨੂੰ ਵੀ ਲੱਗਿਆ ਕਿ ਹਾਂ ਇਹ ਚੀਜ਼ਾਂ ਰਿਲੇਟ ਕਰਦੀਆਂ ਨੇ ਕਿਤੇ ਨਾ ਕਿਤੇ ਇਹਦੇ ਕੰਮ ਹੈਗੇ ਨੇ ਉੱਦਾਂ ਦੇ ਜਿੱਦਾਂ ਦੇ ਆਪਾਂ ਕਹਿ ਸਕਦੇ ਹਾਂ ਕਿ ਮਿੰਟੂ ਬਾਈ ਦੇ ਸੀਗੇ ਬਟ ਇਹ ਅਲੱਗ ਟਾਈਪ ਨਾਲ ਇੱਕ ਕ੍ਰਾਈਮ ਦੀ ਦੁਨੀਆ 'ਚ ਗਿਆ ਫਿਰ ਨਸ਼ੇ 'ਚ ਗਿਆ ਤਾਂ ਉਹਨਾਂ ਨੂੰ ਲੱਗਿਆ ਕਿ ਚੀਜ਼ਾਂ ਰਿਲੇਟ ਕਰਦੀਆਂ ਨੇ ਤਾਂ ਇਹਨਾਂ ਨੇ ਡਾਕੂਆਂ ਦਾ ਮੁੰਡਾ ਰੱਖਿਆ ਮੰਗੇ ਉਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਸੀ ਮੰਗੇ ਬਾਈ ਦਾ ਮੈਨੂੰ ਮੈਂ ਇਸ ਚੀਜ਼ 'ਤੇ ਉਹਨਾਂ ਤੋਂ ਪੁੱਛਿਆ ਨਹੀਂ ਹੈਗਾ ਕਿ ਤੁਹਾਨੂੰ ਇਸ ਚੀਜ਼ 'ਤੇ ਓਬਜੈਕਸ਼ਨ ਹੈ ਜਾਂ ਨਹੀਂ ਹੈ ਬਾਕੀ ਮੈਨੂੰ ਇਹ ਲੱਗਦਾ ਹੋਊਗਾ ਕਿ ਕਈ ਵਾਰ ਇਹ ਵੀ ਹੁੰਦਾ ਬੰਦਾ ਇਸ ਇਨਫਲੂਐਂਸ 'ਚ ਵੀ ਆ ਜਾਂਦਾ ਕਿ ਯਾਰ ਐਡੀ ਵੱਡੀ ਟੀਮ ਨਾਲ ਮੈਂ ਜੁੜ ਰਿਹਾ ਇਹ ਬੰਦੇ ਫਿਲਮ ਬਣਾਉਣਗੇ ਤਾਂ ਚੰਗੀ ਫਿਲਮ ਬਣਾਉਣਗੇ ਔਰ ਮੈਂ ਇੱਕ ਕਿਤਾਬ ਤੋਂ ਸਿੱਧਾ ਪਰਦੇ 'ਤੇ ਪਹੁੰਚੂਗਾ ਜਾਂ ਮੇਰੀ ਕਹਾਣੀ ਉਹਨਾਂ ਲੋਕਾਂ ਤੱਕ ਪਹੁੰਚੂਗੀ ਜੇ ਮੇਰੀ ਕਿਤਾਬ ਪੜ੍ਹ ਕੇ ਕੁਛ ਲੋਕ ਵਾਪਸ ਆਏ ਨੇ ਤਾਂ ਪਰਦੇ 'ਤੇ ਦੇਖਣ ਨਾਲ ਤਾਂ ਲੋਕ ਜ਼ਿਆਦਾ ਆਉਣਗੇ ਸ਼ਾਇਦ ਇਸ ਕਰਕੇ ਵੀ ਉਹਨਾਂ ਨੇ ਨਾ ਕਿੰਤੂ ਪਰੰਤੂ ਕੀਤਾ ਹੋਵੇ ਟਾਈਟਲ ਦੇ ਉੱਤੇ ਬਿਲਕੁਲ ਸੋਰੀ ਇੱਕ ਤੁਸੀਂ ਹੋਰ ਵੀ ਬਹੁਤ ਸੋਹਣੀ ਗੱਲ ਕਹਿੰਦੇ ਹੁੰਦੇ ਹੋ ਕਿ ਯੂ ਨੋ ਇਸ ਟਾਈਟਲ ਦੇ ਨੀਚੇ ਦੇ ਵਾਂਟ ਟੂ ਬ੍ਰਿੰਗ ਜਿਹੜੇ ਅੱਜ ਕੱਲ੍ਹ ਦੇ ਮੁੱਦੇ ਇਸ਼ੂਜ਼ ਚੱਲ ਰਹੇ ਨੇ ਇਸ਼ੂ ਚੱਲ ਰਹੇ ਹਾਂ ਉਹ ਇਹਨਾਂ ਨੇ ਇਹਨਾਂ ਦਾ ਹੈਗਾ ਹੈ ਸਾਡੇ ਪ੍ਰੋਡਿਊਸਰਸ ਦਾ ਇਹ ਕਿ ਆਪਾਂ ਕਿਉਂ ਨਾ ਹਰ ਵਾਰ ਇੱਕ ਫਿਲਮ ਇਦਾਂ ਦੀ ਕਰੀਏ ਇਸ ਟਾਈਟਲ ਦੇ ਥੱਲੇ ਜਿਹੜੀ ਸਮਾਜ ਦੀ ਬੁਰਾਈ ਜਿਹੜੀ ਕੋਈ ਚੱਲ ਰਹੀ ਹੈ ਕੋਈ ਵੀ ਕੁਰੀਤੀ ਹੈ ਸਮਾਜ ਦੀ ਉਹਨੂੰ ਆਪਾਂ ਲੋਕਾਂ ਅੱਗੇ ਲੈ ਕੇ ਆਈਏ ਅਤੇ ਕੋਈ ਮੈਸੇਜ ਕਨਵੇ ਕਰੇ ਇਹ ਉਹਨਾਂ ਦਾ ਇਹਦੇ ਪਿੱਛੇ ਇੱਕ ਮੋਟਿਵ ਹੈਗਾ ਅੱਛਾ ਹਾਂਜੀ ਬਿਲਕੁਲ ਸਹੀ ਸੋ ਤੁਹਾਡੇ ਤੱਕ ਇਹ ਕਹਾਣੀ ਕਿਵੇਂ ਪਹੁੰਚੀ ਐਂਡ ਅੰਮ੍ਰਿਤ ਦਾ ਕਿਰਦਾਰ ਤੁਸੀਂ ਕਿਵੇਂ ਸਮਝਿਆ ਅਡੋਪਟ ਕਿਵੇਂ ਕੀਤਾ ਜਦੋਂ ਮੈਨੂੰ ਪਹਿਲਾਂ ਸਰ ਨੇ ਸੁਣਾਇਆ ਮਨਦੀਪ ਜੀ ਨੇ ਤਾਂ ਬਹੁਤ ਸਾਰੇ ਚੈਲੇਂਜਸ ਅੱਗੇ ਟੇਬਲ 'ਤੇ ਰੱਖਦੇ ਕਿ ਆਹ ਚੀਜ਼ਾਂ ਮਤਲਬ ਵੀ ਕਿਉਂਕਿ ਬਹੁਤ ਪਰਫੋਰਮੈਂਸ ਬੇਸਡ ਉਹਨਾਂ ਨੇ ਕਿਹਾ ਕੈਰੈਕਟਰ ਹੈਗਾ ਅਤੇ ਚੈਲੇਂਜਿੰਗ ਫਿਜ਼ੀਕਲੀ ਵੀ ਬਹੁਤ ਸੀ ਕਿਉਂਕਿ 16 ਕਿਲੋਜ਼ ਵੇਟ ਲੂਜ਼ ਕਰਨਾ ਸੀਗਾ ਸਰ ਨੇ 12 ਕਿਲੋ ਕਿਹਾ ਸੀ ਬਟ ਆਈ ਵਾਜ਼ ਲਾਈਕ ਜਿੰਨਾ ਕਿ ਉਹ ਤੋਂ ਵੀ ਜ਼ਿਆਦਾ ਕਰਨਾ ਜਿੰਨਾ ਜ਼ਿਆਦਾ ਕਰਾਂਗੇ ਉਨਾ ਜ਼ਿਆਦਾ ਸਕਰੀਨ 'ਤੇ ਯੂ ਨੋ ਇਟਸ ਬੈਟਰ ਕਨਵਿੰਸਿੰਗ ਲੱਗੇਗਾ ਕੈਰੈਕਟਰ ਵਾਲੀਬਾਲ ਪਲੇਅਰ ਦਾ ਅਤੇ ਨਸ਼ੇੜੀ ਦੀ ਵਾਈਫ ਬਣਨਾ ਕੋਈ ਸੌਖੀ ਗੱਲ ਨਹੀਂ ਹੈਗੀ ਐਂਡ ਜਦੋਂ ਸੈੱਟ 'ਤੇ ਸੀ ਨੋ ਡਾਊਟ ਦੇ ਬਹੁਤ ਅੱਛੇ ਐਕਟਰ ਨੇ ਔਰ ਜਦੋਂ ਪਰਫੋਰਮ ਕਰ ਰਹੇ ਸੀ ਮੇਰੇ ਸਾਹਮਣੇ ਤਾਂ ਮੈਨੂੰ ਵਾਕਈ ਮੈਂ ਕਨਵਿੰਸ ਹੋ ਗਈ ਸੀ ਕਿ ਓਕੇ ਦਿਸ ਪਰਸਨ ਇਜ਼ ਨਸ਼ੇੜੀ ਬਟ ਦੈਟ ਮੀਨਸ ਇਟਸ ਅ ਕੰਪਲੀਮੈਂਟ ਕਿ ਇਜ਼ ਅ ਗੁੱਡ ਐਕਟਰ ਕਿ ਉਹ ਕੈਰੈਕਟਰ 'ਚ ਇੰਨਾ ਖੁੱਭ ਗਏ ਸੀ ਕਿ ਸਾਹਮਣੇ ਵਾਲੇ ਨੂੰ ਵੀ ਲੱਗ ਰਿਹਾ ਸੀ ਕਿ ਤਾਂ ਵਾਕਈ ਯੂ ਨੋ ਬਹੁਤ ਅੱਛਾ ਪਰਫੋਰਮ ਕਰ ਰਹੇ ਨੇ ਸੋ ਜਿਹੜੀ ਉਹ ਚੈਲੇਂਜ ਸੀਗਾ ਜਿਹੜੀ ਉਹ ਟਫਨੈਸ ਸੀ ਉਹ ਥੋੜ੍ਹੀ ਈਜ਼ੀ ਇਸ ਕਰਕੇ ਹੋ ਗਈ ਕਿਉਂਕਿ ਸਾਹਮਣੇ ਜੇ ਐਕਟਰ ਅੱਛਾ ਹੋਵੇ ਤਾਂ ਤੁਹਾਡਾ ਰਿਐਕਸ਼ਨ ਵੀ ਅੱਛਾ ਨਿਕਲਦਾ ਆ ਸੋ ਇਹਦੇ 'ਤੇ ਮਿਹਨਤ ਕੀਤੀ ਮੇਰੀ ਅੰਮ੍ਰਿਤ ਜੀ ਨਾਲ ਗੱਲ ਵੀ ਹੋਈ ਸੀਗੀ ਉਹਨਾਂ ਨਾਲ ਮੁਲਾਕਾਤ ਵੀ ਹੋਈ ਸੀ ਮੈਂ ਜਾਣਨਾ ਚਾਹੁੰਦੀ ਸੀਗੀ ਕਿ ਉਹਨਾਂ ਦੇ ਜ਼ਹਿਨ 'ਚ ਉਹਨਾਂ ਦੇ ਦਿਮਾਗ 'ਚ ਉਸ ਟਾਈਮ 'ਤੇ ਕੀ ਚੱਲ ਰਿਹਾ ਸੀ ਜਦੋਂ ਇਹ ਸੰਘਰਸ਼ ਵਾਲੇ ਪੀਰੀਅਡ 'ਚ ਲੰਘ ਰਹੇ ਸੀ ਆਪਣੇ ਹਸਬੈਂਡ ਨੂੰ ਲੈ ਕੇ ਕਿ ਉਹ ਡਰੱਗਸ ਛੱਡ ਦੇਣ ਪਰ ਉਹ ਨਹੀਂ ਸੀ ਛੱਡ ਰਹੇ ਤੋ ਕਿਉਂਕਿ ਫਿਲਮ ਦੇ ਵਿੱਚ ਹੂ ਬਹੂ ਉਹਨਾਂ ਦੇ ਵੀ ਸੀਨ ਫਿਲਮਾਏ ਗਏ ਨੇ ਜੋ ਉਹਨਾਂ ਦੀ ਰੀਅਲ ਲਾਈਫ ਦੇ ਵਿੱਚ ਹੋਏ ਨੇ ਸੋ ਆਈ ਵਾਂਟਿਡ ਦੈਟ ਥੋਟ ਪ੍ਰੋਸੈਸ ਜਿਹੜਾ ਉਹਨਾਂ ਦਾ ਰੀਅਲ ਲਾਈਫ 'ਚ ਚੱਲਦਾ ਸੀ ਕਿ ਮੈਂ ਉਹ ਕੈਰੀ ਕਰਾਂ ਤਾਂ ਕਿ ਮੇਰੇ ਇਮੋਸ਼ਨਸ ਕਨਵਿੰਸਿੰਗ ਲੱਗਣ ਔਰ ਬਾਹਰ ਉੱਦਾਂ ਹੀ ਸਾਹਮਣੇ ਆਉਣ ਨਾ ਸੋ ਆਈ ਫੀਲ ਬਲੈਸਡ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ ਕਿਉਂਕਿ ਮੈਂ ਜਿਹੜੇ ਵੀ ਡਰੱਗ ਐਡਿਕਟਸ ਹੈਗੇ ਨੇ ਉਹਨਾਂ ਲਈ ਹਮੇਸ਼ਾ ਮੈਂ ਕਹਿੰਦੀ ਹਾਂ ਕਿ ਮੈਂ ਕੁਛ ਕਰਨਾ ਚਾਹੁੰਦੀ ਸੀ ਅਵੇਅਰਨੈਸ ਫੈਲਾਉਣਾ ਚਾਹੁੰਦੀ ਸੀ ਕਿ ਇਹ ਬਹੁਤ ਗਲਤ ਰਸਤੇ ਨੇ ਇਹਨਾਂ 'ਤੇ ਨਾ ਤੁਰਿਆ ਜਾਵੇ ਰਾਈਟ ਐਂਡ ਥਰੂ ਮਾਈ ਆਰਟ ਐਂਡ ਕਰਾਫਟ ਮੈਨੂੰ ਇਹ ਕਰਨ ਦਾ ਮੌਕਾ ਮਿਲ ਰਿਹਾ ਇਸ ਪੂਰੀ ਟੀਮ ਦੇ ਨਾਲ ਸੋ ਆਈ ਫੀਲ ਵੈਰੀ ਵੈਰੀ ਬਲੈਸਡ ਕਿ ਮੈਂ ਸਮਾਜ ਨੂੰ ਕੋਈ ਆਪਣੇ ਆਰਟ ਐਂਡ ਕਰਾਫਟ ਥਰੂ ਇੱਦਾਂ ਦਾ ਮੈਸੇਜ ਦੇ ਰਹੀ ਹਾਂ ਜਿਹੜੀ ਜਿਹਦੀ ਅੱਜ ਬਹੁਤ ਲੋੜ ਹੈਗੀ ਆਪਣੇ ਨੌਜਵਾਨਾਂ ਨੂੰ ਜਿਹੜੇ ਨਸ਼ਿਆਂ ਦੇ ਪੀੜਤ ਲੋਕ ਹੈਗੇ ਨੇ ਉਹਨਾਂ ਨੂੰ ਉਹਨਾਂ ਦੀਆਂ ਫੈਮਲੀਜ਼ ਨੂੰ ਕਿਉਂਕਿ ਫੈਮਲੀ ਬਹੁਤ ਵੱਡਾ ਸਪੋਰਟ ਸਿਸਟਮ ਹੁੰਦੀ ਆ ਔਰ ਅੰਮ੍ਰਿਤ ਬਹੁਤ ਵੱਡਾ ਸਪੋਰਟ ਸਿਸਟਮ ਸੀ ਮੰਗਾ ਜੀ ਨੂੰ ਉਹ ਖੁਦ ਕਹਿੰਦੇ ਨੇ ਕਿ ਜੇ ਇਹ ਨਾ ਹੁੰਦੇ ਤਾਂ ਇਹਨਾਂ ਦੀ ਬਦੌਲਤ ਅੱਜ ਮੈਨੂੰ ਇਹ ਜੀਵਨ ਦੇਖਣ ਨੂੰ ਮਿਲਿਆ ਕਿਉਂਕਿ ਇਹ ਲੇਡੀ ਨੇ ਹਾਰ ਨਹੀਂ ਮੰਨੀ ਕਿ ਮੇਰਾ ਹਸਬੈਂਡ ਠੀਕ ਹੋ ਜਾਏਗਾ ਨਸ਼ਿਆਂ ਤੋਂ ਬਾਹਰ ਆ ਜਾਏਗਾ ਸੌਖੀ ਗੱਲ ਨਹੀਂ ਆ ਆਪਾਂ ਕਹਿ ਰਹੇ ਹਾਂ ਕਿ ਨਸ਼ੇ ਛੱਡ ਦਿਉ ਬਟ ਇਟਸ ਵੈਰੀ ਵੈਰੀ ਟਫ ਕਿਉਂਕਿ ਤੁਹਾਡਾ ਬੈਟਲ ਆਪਣੇ ਆਪ ਨਾਲ ਤੁਹਾਡੀ ਲੜਾਈ ਆ ਉਹ ਖੁਦ ਕਹਿੰਦੇ ਨੇ ਮੰਗਾ ਜੀ ਕਿ ਮੈਂ ਹਰ ਰੋਜ਼ ਸੋਚਦਾ ਸੀ ਅੱਜ ਛੱਡਦਾ ਨਸ਼ੇ ਬੇਟੀ ਦੇ ਬਰਥਡੇ ਵਾਲੇ ਦਿਨ ਛੱਡ ਦੂੰ ਨਵੇਂ ਸਾਲ ਤੋਂ ਛੱਡ ਦੂੰ ਪਰ ਉਹ ਦਿਨ ਕਦੀ ਆਉਂਦਾ ਹੀ ਨਹੀਂ ਸੀ ਪ੍ਰੋਕਾਸਟੀਨੇਟ ਕਰਦੇ ਰਹਿੰਦੇ ਸੀਗੇ ਬਟ ਰੱਬ ਦੀ ਮਿਹਰ ਹੋਈ ਔਰ ਅੰਮ੍ਰਿਤ ਜੀ ਦਾ ਗੁਰਬਾਣੀ ਦੇ ਵਿੱਚ ਬਹੁਤ ਵਿਸ਼ਵਾਸ ਆ ਉਹ ਕਹਿੰਦੇ ਇਹ ਵਾਹਿਗੁਰੂ ਨੇ ਮੈਂ ਉਹਨਾਂ ਦਾ ਡਰ ਨਹੀਂ ਛੱਡਿਆ ਕਿ ਇਸ ਬੰਦੇ ਨੂੰ ਤਾਂ ਠੀਕ ਮੈਂ ਕਰਕੇ ਵਾਪਸ ਲੈ ਕੇ ਆਊਂਗੀ ਸੋ ਵਾਈਫ ਦਾ ਬਹੁਤ ਵੱਡਾ ਰੋਲ ਸੀ ਔਰ ਉਹਨਾਂ ਦੇ ਕੈਰੈਕਟਰ ਤੋਂ ਮੈਂ ਇਹ ਸਿੱਖਿਆ ਕਿ ਲਾਈਫ 'ਚ ਕਦੀ ਵੀ ਗਿਵ ਅਪ ਨਹੀਂ ਕਰਨਾ ਚਾਹੀਦਾ ਔਰ ਅੰਮ੍ਰਿਤ ਜੀ ਦਾ ਜਿੰਨਾ ਦਾ ਮੈਂ ਕੈਰੈਕਟਰ ਪਲੇ ਕਰ ਰਹੀ ਹਾਂ ਉਹਨਾਂ ਦਾ ਕੋਈ ਸੈਲਫਿਸ਼ ਮੋਟਿਵ ਨਹੀਂ ਸੀ ਆਪਣੇ ਲਈ ਨਹੀਂ ਸੀ ਮੰਗ ਰਹੇ ਇਟ ਵਾਜ਼ ਫੋਰ ਦਾ ਸੈਕਿੰਡ ਪਰਸਨ ਫੋਰ ਯੋਰ ਹਸਬੈਂਡ ਰਾਈਟ
ਅਤੇ ਇੱਕ ਦੂਸਰੇ ਇਨਸਾਨ ਨੂੰ ਲਾਈਫ ਦੇ ਰਹੇ ਸੀਗੇ ਉਹ ਸੋ ਉਹਨਾਂ ਨੇ ਗਿਵ ਅਪ ਨਹੀਂ ਕੀਤਾ ਐਂਡ ਆਈ ਫੀਲ ਬਲੈਸਡ ਐਂਡ ਗ੍ਰੇਟ ਸਾਈਕੋਲੋਜੀਕਲੀ ਤਿਆਰੀ ਕੀ ਰਹਿੰਦੀ ਆ ਵੀ ਤੁਸੀਂ ਉਸ ਕਰੈਕਟਰ ਦੇ ਨੇੜੇ ਹੋ ਸਕੋ ਉਹ ਕਰੈਕਟਰ ਨਹੀਂ ਤੁਸੀਂ ਹੋ ਸਕਦੇ ਪਰ ਉਸ ਕਰੈਕਟਰ ਦੇ ਤੁਸੀਂ ਬੇਹੱਦ ਨੇੜੇ ਹੋ ਸਕੋ ਇਹਦੇ ਲਈ ਸਾਈਕੋਲੋਜੀਕਲ ਕੀ ਤਿਆਰੀ ਰਹਿੰਦੀ ਆ ਸਾਈਕੋਲੋਜੀਕਲੀ ਬਹੁਤ ਇਹਦੇ 'ਤੇ ਹੋਮਵਰਕ ਕਰਨਾ ਪੈਂਦਾ ਆ ਮੈਂ ਤਾਂ ਹੀ ਉਹਨਾਂ ਨਾਲ ਮੁਲਾਕਾਤ ਵੀ ਕੀਤੀ ਸੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਨੋਟਸ ਬਣਾਏ ਬਕਾਇਦਾ ਬਾਕੀ ਦੇਖੋ ਇਮੋਸ਼ਨਸ ਤਾਂ ਆਪਣੇ ਹਿਊਮਨਸ 'ਚ ਸਾਰਿਆਂ ਦੇ ਉਹੋ ਜਿਹੇ ਹੀ ਹੁੰਦੇ ਆ ਨਾ ਕਿ ਜੇ ਹੁਣ ਡਰ ਵਾਲੀ ਸਿਚੁਏਸ਼ਨ ਆ ਤਾਂ ਆਪਾਂ ਯੂ ਨੋ ਉੱਦਾਂ ਰਿਐਕਟ ਕਰਾਂਗੇ ਖੁਸ਼ੀ ਵਾਲਾ ਮਾਹੌਲ ਆ ਅਤੇ ਆਪਾਂ ਹੱਸਾਂਗੇ ਬਟ ਇਟਸ ਜਸਟ ਡਿਫਰੈਂਟ ਤਰੀਕੇ ਨਾਲ ਕਿ ਲੈਵਲ ਉੱਪਰ ਨੀਚੇ ਹੋਏਗਾ ਬਟ ਆਈ ਮੀਨ ਟੂ ਸੇ ਕਿ ਜਿਹੜੀ ਹਿਊਮਨ ਆਪਣੇ ਇੱਕ ਨੇਚਰ ਬਣੀ ਹੋਈ ਹੈ ਜਿਹੜੇ ਇਮੋਸ਼ਨਸ ਨੇ ਉਹ ਆਲਮੋਸਟ ਸਾਰਿਆਂ ਦੇ ਲਗਭਗ ਸੇਮ ਹੀ ਹੁੰਦੇ ਹੁਣ ਕੋਈ ਇੱਥੇ ਜੋਕ ਸੁਣਾ ਦੇ ਤਾਂ ਆਪਾਂ ਸਾਰੇ ਹੱਸਣ ਲੱਗ ਜਾਂਗੇ ਸੋ ਜਦੋਂ ਉਸ ਲੇਡੀ 'ਤੇ ਇੰਨਾ ਦਰਦ ਸੀਗਾ ਇਸੀ ਚੀਜ਼ 'ਤੇ ਮੈਂ ਨੋਟਸ ਬਣਵਾਏ ਸੀਗੇ ਕਿ ਉਹ ਕਿੱਦਾਂ ਰਿਐਕਟ ਕਰਦੇ ਸੀਗੇ ਹਾਲਾਂਕਿ ਮੈਨੂੰ ਮਨਦੀਪ ਸਰ ਜੀ ਨੇ ਕਿਹਾ ਸੀਗਾ ਕਿ ਯੂ ਤੁਸੀਂ ਆਪਣੇ ਤਰੀਕੇ ਨਾਲ ਵੀ ਕਰ ਸਕਦੇ ਹੋ ਕਿਉਂਕਿ ਮੇਨ ਸਟੋਰੀ ਇਜ਼ ਮੰਗਸ ਸੋ ਵੀ ਆਰ ਟਰਾਇੰਗ ਟੂ ਪੋਰਟਰੇ ਦੈਟ ਬਟ ਦਿਸ ਲੇਡੀਜ਼ ਉਹਦਾ ਹੈਲਪਿੰਗ ਹੈਂਡ ਹੈਗੀ ਆ ਸੋ ਕਾਫੀ ਲਿਬਰਟੀ ਵੀ ਲਈ ਸੀ ਐਂਡ ਬਹੁਤ ਹੱਦ ਤੱਕ ਆਈ ਟ੍ਰਾਈਡ ਕਿ ਮੈਂ ਜਿੰਨਾ ਕਲੋਜ਼ ਟੂ ਅੰਮ੍ਰਿਤ ਦਾ ਕੈਰੈਕਟਰ ਰੀਅਲ ਲਾਈਫ 'ਚ ਹੈਗਾ ਉਹਨਾਂ ਰਵਾਂ ਐਂਡ ਇਹਦੇ ਲਈ ਸਾਈਕੋਲੋਜੀਕਲੀ ਜੋ ਤੁਸੀਂ ਪੁੱਛ ਰਹੇ ਹੋ ਆਈ ਥਿੰਕ ਕਾਫੀ ਤੁਹਾਨੂੰ ਸੈਂਸਿਟਿਵ ਕਰ ਦਿੰਦੀ ਹੈ ਕਿਉਂਕਿ ਮੈਂ ਕਦੀ ਕਿਸੇ ਨਸ਼ੇੜੀ ਨੂੰ ਮਿਲੀ ਨਹੀਂ ਕਦੀ ਦੇਖਿਆ ਨਹੀਂ ਔਰ ਜਦੋਂ ਇਹ ਸਾਹਮਣੇ ਕਰ ਰਹੇ ਸੀਗੇ ਤਾਂ ਮੇਰੇ ਉਹ ਵਾਕਿਓ ਅੰਦਰੋਂ ਹਾਵ ਭਾਵ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਸੀਗੇ ਕਿ ਮਾਈ ਗੁੱਡਨੈਸ ਇੰਨਾ ਟਫ ਹੁੰਦਾ ਹੈ ਨਸ਼ੇੜੀ ਦੀ ਵਾਈਫ ਬਣਨਾ ਔਰ ਮੈਂ ਇਹਨੂੰ ਸਹੀ ਕਰਨਾ ਆ ਕਿਉਂਕਿ ਇਹੀ ਮੇਰਾ ਕੈਰੈਕਟਰ ਦਾ ਜਿਹੜਾ ਮੇਨ ਉਹ ਸੀਗਾ ਕਿ ਹਾਰ ਨਹੀਂ ਮੰਨੀ ਇਹਨੂੰ ਸਹੀ ਕਰਨਾ ਹੈ ਵਨਰੇਬਲ ਸੀਗੀ ਉਹ ਲੇਡੀ ਕਿਤੇ ਨਾ ਕਿਤੇ ਬਟ ਉਹਨੇ ਆਪਣੀ ਹਿੰਮਤ ਨਹੀਂ ਛੱਡੀ ਸੋ ਸਾਈਕੋਲੋਜੀਕਲੀ ਪਲੇ ਕਰਦਾ ਆ ਕਾਫੀ ਰੋਲ ਕਿਉਂਕਿ ਤੁਸੀਂ ਇੰਨਾ ਇਮੋਸ਼ਨਸ ਦਿਖਾ ਰਹੇ ਹੋ ਇੰਨਾ ਇੰਟੈਂਸ ਹੁੰਦਾ ਆ ਸਾਰਾ ਕੁਛ ਲੜਾਈ ਹੋਈ ਆ ਝਗੜੇ ਹੋਏ ਆ ਥੱਪੜ ਮਾਰਿਆ ਤਾਂ ਉਹ ਆਪਣੇ ਆਪ ਹੀ ਨਿਕਲ ਆਉਂਦਾ ਆ ਮੈਂ ਸਰ ਨੂੰ ਪੁੱਛਿਆ ਸੀ ਮੈਂ ਬੁੱਕ ਪੜ੍ਹਨਾ ਉਹਨਾਂ ਨੇ ਕਿਹਾ ਸੀ ਨਹੀਂ ਬੁੱਕ ਨਹੀਂ ਪੜ੍ਹਨੀ ਬੁੱਕ ਦੇ ਵੀ ਪੜ੍ਹਨਗੇ ਕਿਉਂਕਿ ਇਹ ਉਹਨਾਂ ਦੀ ਹੂਬਹੂ ਨਸ਼ਿਆਂ 'ਚੋਂ ਬਾਹਰ ਕਿੱਦਾਂ ਆਉਣਾ ਆ ਸੋ ਮੌਤ ਤੋਂ ਜੀਵਨ ਵੱਲ ਉਹਨਾਂ ਨੇ ਉਹਨਾਂ ਲੋਕਾਂ ਲਈ ਦੱਸਿਆ ਕਿ ਜਿਹੜੇ ਉੱਥੇ ਕੀ ਵਿਚਾਰੇ ਫਸ ਕੇ ਰਹਿ ਜਾਂਦੇ ਆ ਉਹਨਾਂ ਨੂੰ ਇੱਕ ਇੱਕ ਸਟੈਪ ਦਿਖਾਇਆ ਇੱਕ ਸਟੈਪਿੰਗ ਸਟੋਨ ਦਿਖਾਇਆ ਕਿ ਇਸ ਤੋਂ ਅੱਗੇ ਵੀ ਹੈ ਜ਼ਿੰਦਗੀ ਕਿਤਾਬ ਦੇ ਵਿੱਚ ਸੋ ਸਰ ਨੇ ਕਿਹਾ ਸੀ ਕਿ ਯੂ ਡੋਂਟ ਨੀਡ ਟੂ ਰੀਡ ਦ ਬੁੱਕ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਉਹਦੇ 'ਤੇ ਨੋਟਸ ਕਰ ਲਓ ਤੁਸੀਂ ਯੂ ਨੋ ਉਹਨੂੰ ਚੰਗੀ ਤਰ੍ਹਾਂ ਸਮਝ ਲਓ ਅੰਮ੍ਰਿਤ ਦੇ ਕੈਰੈਕਟਰ ਨੂੰ ਤਾਂ ਕਿ ਜਦੋਂ ਇਹ ਐਕਟ ਕਰਨ ਤਾਂ ਮੇਰਾ ਰਿਐਕਸ਼ਨ ਬਿਲਕੁਲ ਉੱਦਾਂ ਨਿਕਲਵੇ ਬਿਲਕੁਲ ਸੋ ਭਾਅ ਜੀ ਤੁਹਾਡੇ ਲਈ ਇੱਕ ਦਿਮਾਗੀ ਤੌਰ 'ਤੇ ਸੰਘਰਸ਼ ਰਿਹਾ ਕਿਉਂਕਿ ਤੁਸੀਂ ਸਿਮਿਲਰ ਫਿਲਮ ਮਿੰਟੂ ਹੋਰਾਂ ਦੀ ਕਰ ਚੁੱਕੀ ਸੀ ਉਸ ਤੋਂ ਪਹਿਲਾਂ ਐਂਡ ਸੇਮ ਟਾਈਟਲ 'ਤੇ ਹੀ ਇਹ ਫਿਲਮ ਆ ਰਹੀ ਸੀ ਕਿ ਮੈਨੂੰ ਸਕਰੀਨ 'ਤੇ ਲੋਕ ਮਿੰਟੂ ਅਤੇ ਮੰਗੇ ਦੇ ਵਿੱਚ ਕਨਫਿਊਜ਼ਨ ਨਾ ਕ੍ਰੀਏਟ ਹੋਈ ਜਾਵੇ ਕਿ ਉਹਨਾਂ ਨੂੰ ਇਹ ਲੱਗਣਾ ਚਾਹੀਦਾ ਕਿ ਉਹ ਮਿੰਟੂ ਸੀਗਾ ਅਤੇ ਹੁਣ ਇਹ ਮੰਗਾ ਆ ਬਹੁਤ ਵੱਡਾ ਚੈਲੇਂਜ ਸੀ ਜੀ ਬਹੁਤ ਡਰਾਇਆ ਮੈਂ ਈਵਨ ਕਿ ਰਾਤਾਂ ਨੂੰ ਵੀ ਜਦੋਂ ਜਾਗ ਖੁੱਲ ਜਾਂਦੀ ਸੀ ਨਾ ਮੈਂ ਮੰਗੇ ਬਾਰੇ ਸੋਚਦਾ ਹੁੰਦਾ ਸੀ ਕਿ ਮੈਂ ਮੰਗਾ ਕਿਵੇਂ ਪਲੇ ਕਰੂੰਗਾ ਤਾਂ ਮੈਨੂੰ ਇਹ ਲੱਗਦਾ ਸੀ ਇਸ ਵਾਰ ਤੇਰਾ ਕ੍ਰਿਟੀਸਿਜ਼ਮ ਹੋਣ ਵਾਲਾ ਹੈ ਤੂੰ ਐਕਟਰ ਦੇ ਅੰਦਰ ਡਰ ਹੋਣਾ ਚਾਹੀਦਾ ਮੈਨੂੰ ਲੱਗਦਾ ਓਵਰ ਕੌਨਫੀਡੈਂਟ ਐਕਟਰ ਨਹੀਂ ਹੋਣਾ ਚਾਹੀਦਾ ਮਾਰਿਆ ਜਾਊਗਾ ਜੇ ਉਹ ਡਰ ਨਾ ਹੁੰਦਾ ਤਾਂ ਮੈਂ ਸ਼ਾਇਦ ਮਿਹਨਤ ਨਾ ਕਰਦਾ ਮੈਂ ਸ਼ੀਸ਼ੇ ਅੱਗੇ ਖੜ੍ਹਦਾ ਹੁੰਦਾ ਸੀਗਾ ਜਦੋਂ ਸਵੇਰੇ ਉੱਠਣਾ ਹੈ ਨਾ ਤਾਂ ਉੱਠ ਕੇ ਇਹ ਕੰਮ ਹੁੰਦਾ ਸੀਗਾ ਕਿ ਯਾਰ ਮੈਂ ਕੀ ਕਰੂੰਗਾ ਨਵਾਂ ਕੀ ਕਰੂੰਗਾ ਜਾਂ ਮੈਂ ਇੱਕ ਵਾਕ ਕੈਰੀ ਕੀਤੀ ਹੈ ਜਦੋਂ ਬਿਲਕੁਲ ਹੀ ਫੈਮਿਲੀ ਦੇ ਵਿੱਚ ਨਸ਼ਿਆਂ 'ਚ ਗ੍ਰਸਤ ਹੋ ਜਾਂਦਾ ਈਵਨ ਕਿ ਕਾਲਜ ਕਾਲਜ ਨੂੰ ਵੀ ਮੈਂ ਮਿੰਟੂ ਤੋਂ ਵੱਖ ਕੀਤਾ ਉਹ ਡਾਇਲੋਗ ਡਿਲੀਵਰੀ 'ਚ ਡਾਇਲੋਗ ਡਿਲੀਵਰੀ ਸੇਮ ਨਹੀਂ ਰੱਖੀ ਮੈਂ ਉਹ ਤੋਂ ਵੱਖ ਕੀਤਾ ਉਹਨੂੰ ਬੜਾ ਮੈਂ ਇੱਕ ਲਾਈਵਲੀ ਜਾਂ ਬੜਾ ਇੱਕ ਲਾਈਟ ਜਿਹਾ ਮੁੰਡਾ ਰੱਖਿਆ ਨਾ ਹੱਸਣ ਖੇਡਣ ਵਾਲਾ ਉਸ ਤਰੀਕੇ ਨਾਲ ਪਲੇ ਕੀਤਾ ਸੋ ਜਿਹੜਾ ਨਸ਼ਾ ਕਰਦਾ ਸਿਗਰਟ ਪੀਂਦਾ ਜਾਂ ਰਿਐਕਟ ਕਰਦਾ ਡਾਇਲੋਗ ਉਹ ਵੀ ਵੱਖਰੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਮੈਂ ਕੋਈ ਵੀ ਡਾਇਲੋਗ ਬੋਲਦਾ ਹੁੰਦਾ ਸੀਗਾ ਜਾ ਕੇ ਕਾਲਜ ਟਾਈਮ ਵੀ ਜਾਂ ਜਦੋਂ ਫੈਮਿਲੀ ਵਾਲਾ ਉਦੋਂ ਮੈਂ ਯਾਦ ਕਰਦਾ ਹੁੰਦਾ ਸੀ ਮਿੰਟੂ ਬਾਈ ਨੂੰ ਯਾਰ ਤੇਰੇ 'ਚ ਮਿੰਟੂ ਨਹੀਂ ਆਉਣਾ ਚਾਹੀਦਾ ਉਹਨੂੰ ਮੈਂ ਬਾਰ ਬਾਰ ਵੈਨਿਟੀ ਤੋਂ ਪ੍ਰਪੇਅਰ ਹੋ ਕੇ ਨਿਕਲਦਾ ਸੀ ਮਿੰਟੂ ਨਹੀਂ ਕਰਨਾ ਮੰਗਾ ਕਰਨਾ ਮਿੰਟੂ ਨਹੀਂ ਕਰਨਾ ਮੰਗਾ ਕਰਨਾ ਉਹ ਸੋਚ ਕੇ ਔਰ ਜਿਹੜੀ ਉਹ ਮੈਂ ਵਾਕ ਵਾਲੀ ਗੱਲ ਕਰਦਾ ਉਹ ਮੈਂ ਪਹਿਲਾਂ ਹੀ ਘਰ ਤੋਂ ਰਿਹਰਸਲ ਕਰਕੇ ਮੈਂ ਬਾਈ ਨੂੰ ਫਿਰ ਮੈਂ ਆਇਆ ਇੱਕ ਦਿਨ ਮਨਦੀਪ ਬਾਈ ਨੂੰ ਮੋਹਾਲੀ ਮਿਲਣ ਮੈਂ ਕਿਹਾ ਬਾਈ ਜੀ ਮੈਂ ਨਾ ਕੁਛ ਤਿਆਰ ਕੀਤਾ ਅਤੇ ਮੈਂ ਤੁਹਾਨੂੰ ਦਿਖਾਉਣਾ ਅਤੇ ਮੈਂ ਫਿਰ ਉਹ ਪੂਰੀ ਤਿਆਰੀ ਕਰਕੇ ਆਇਆ ਸੀ ਬਾਈ ਜੀ ਨੂੰ ਮੈਂ ਦੱਸਿਆ ਕਿ ਮੈਂ ਇੱਦਾਂ ਦੀ ਵਾਕ ਕੈਰੀ ਕਰਨ ਲੱਗਾ ਜਦੋਂ ਉਹ ਨਸ਼ੇ ਦੀ ਦੁਨੀਆ 'ਚ ਬਿਲਕੁਲ ਹੀ ਗ੍ਰਸਤ ਹੋ ਗਿਆ ਅਤੇ ਉਹ ਦਲਦਲ 'ਚ ਫਸ ਗਿਆ ਅਤੇ ਹੁਣ ਉਹ ਇੰਨਾ ਕੁ ਹੋ ਗਿਆ ਕਿ ਉਹਦੀ ਵਾਈਫ ਨੂੰ ਵੀ ਸ਼ੱਕ ਹੋ ਗਿਆ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਨਸ਼ੇ ਕਰਦਾ ਅਤੇ ਉਹ ਵਾਲਾ ਜਿਹੜਾ ਮੈਂ ਪਾਰਟ ਹੈਗਾ ਉਹ 'ਤੇ ਬਹੁਤ ਮਿਹਨਤ ਕੀਤੀ ਕਾਲਜ 'ਤੇ ਵੀ ਜੇ ਮੇਰੇ ਅੰਦਰ ਇਹ ਡਰ ਨਾ ਹੁੰਦਾ ਜਿਹੜਾ ਤੁਸੀਂ ਸਵਾਲ ਪੁੱਛਿਆ
ਤਾਂ ਸ਼ਾਇਦ ਮੈਂ ਮਿੰਟੂ ਹੀ ਪਲੇ ਕਰ ਜਾਂਦਾ ਪਰਦੇ 'ਤੇ। ਹੁਣ ਮੈਨੂੰ ਕੰਪਲੀਮੈਂਟ ਮਿਲ ਰਹੇ ਨੇ ਸਾਰਿਆਂ ਤੋਂ, ਬਾਹਰੋਂ ਵੀ ਲੋਕ, ਈਵਨ ਕਿ ਮੰਗੇ ਬਾਈ ਦਾ ਫੋਨ ਆਇਆ ਜਦੋਂ ਸਾਡਾ ਗਾਣਾ ਰਿਲੀਜ਼ ਹੋਇਆ ਬੱਲੇ ਬੱਲੇ, ਤਾਂ ਉਹ ਮੈਸੇਜ ਮੇਰੇ ਅੱਜ ਵੀ ਫੋਨ 'ਚ ਪਿਆ, ਉਹਨਾਂ ਨੇ ਮੈਨੂੰ ਵੋਇਸ ਨੋਟ ਭੇਜਿਆ ਔਰ ਉਹ ਬੰਦਾ ਇਮੋਸ਼ਨਲ ਸੀਗਾ। ਕਹਿੰਦਾ ਮੈਂ ਬਾਈ ਮੇਰੇ ਕੋਲ ਵਰਡਸ ਨਹੀਂ ਹੈਗੇ ਕਿ ਮੈਂ ਕੀ ਐਕਸਪਲੇਨ ਕਰਾਂ। ਕਹਿੰਦਾ ਮੈਂ ਪਹਿਲੀ ਫਿਲਮ ਵੀ ਦੇਖੀ ਹੈ ਹੂ ਬਹੂ। ਕਹਿੰਦਾ ਮੈਨੂੰ ਮੇਰੀ ਵਾਈਫ ਨੇ, ਅੰਮ੍ਰਿਤ ਨੇ ਵੀ ਕਿਹਾ ਕਿ ਦੇਵ ਨੇ ਜਮਾਂ ਤੁਹਾਡੇ ਵਾਲਾ ਕਰੈਕਟਰ ਪਲੇ ਕਰਤਾ। ਈਵਨ ਕਿ ਜਦੋਂ ਇੱਕ ਸੀਨ ਹੋਊਗਾ ਉਦੋਂ ਵੀ ਮੰਗੇ ਬਾਈ ਦਾ ਫੋਨ ਆਇਆ ਮੈਨੂੰ, ਜਦੋਂ ਲੈ ਕੇ ਜਾਂਦੀ ਹੈ ਡਾਕਟਰ ਦੇ, ਤਾਂ ਡਾਕਟਰ ਕਹਿੰਦੀ ਹੈ ਕਿ ਇਹ ਤਾਂ ਸ਼ਕਲ ਤੋਂ ਹੀ ਨਿਸ਼ਾੜੀ ਲੱਗਦਾ। ਕਹਿੰਦਾ ਬਾਈ ਜਿਹੜਾ ਉਹ ਰਿਐਕਟ ਕੀਤਾ ਨਾ, ਸਾਰਾ ਕੁਝ ਕੀਤਾ, ਕਹਿੰਦਾ ਮੇਰੀ ਵਾਈਫ ਨੇ ਕਿਹਾ ਕਿ ਮੰਗੇ ਜਮਾਂ ਤੂੰ ਹੈ ਸਾਹਮਣੇ ਤੂੰ, ਜਦੋਂ ਕਿ ਮੈਂ ਨਹੀਂ ਸੀ ਦੇਖਿਆ। ਮੈਂ ਮੰਗੇ ਬਾਈ ਨੂੰ ਪਹਿਲਾਂ ਮਿਲਿਆ ਸੀਗਾ, ਮੈਂ ਓਬਜ਼ਰਵ ਕੀਤਾ ਉਹ ਬੰਦੇ ਨੂੰ, ਬੰਦਾ ਮੇਰੇ ਸਾਹਮਣੇ ਬੈਠਾ ਚਾਹ ਪੀ ਰਿਹਾ ਸੀਗਾ ਜਿਹਦੇ ਆਪਾਂ ਇੰਟਰਵਿਊ, ਸ਼ਾਇਦ ਤੁਸੀਂ ਵੀ ਆਏ ਸੀਗੇ ਉੱਥੇ, ਉਸ ਤੋਂ ਪਹਿਲਾਂ ਜਦੋਂ ਫਿਲਮ ਦੀ ਸ਼ੂਟਿੰਗ 'ਚ ਮੈਂ ਉਦੋਂ ਦੇਖੀ ਜਾਂਦਾ ਸੀ ਮੰਗੇ ਵਾਲ, ਮੈਂ ਘੱਟੋ ਘੱਟ ਉਹਦੇ ਦੇਖ ਰਿਹਾ ਕਿਵੇਂ ਕਰਦਾ, ਹਾਓ ਪਾਓ ਕੀ ਚਿਹਰੇ ਦੇ ਹੋਣਗੇ, ਕੁਛ ਉੱਥੋਂ ਮਾੜਾ ਮੋਟਾ ਓਬਜ਼ਰਵ ਕੀਤਾ। ਬਾਕੀ ਆਪਣੇ ਆਪ 'ਤੇ ਵਰਕ ਕੀਤਾ, ਜਿਵੇਂ ਜਪਜੀ ਜੀ ਨੇ ਕਿਹਾ ਕਿ ਕਈ ਚੀਜ਼ਾਂ ਸੇਮ ਰਿਐਕਟ ਕਰਦੇ ਹਾਂ ਅਸੀਂ, ਹੱਸਣਾ, ਇਮੋਸ਼ਨਸ, ਬਟ ਨਸ਼ੇ ਦੀ ਤੋੜ ਨੂੰ ਰਿਐਕਟ ਕਰਨਾ ਉਹ ਮੈਂ ਯੂਟਿਊਬ ਤੋਂ ਨਸ਼ੈੜੀ ਦੇਖ ਕੇ, ਅਲੱਗ ਅਲੱਗ ਨਸ਼ੈੜੀ ਦੇਖ ਕੇ ਉੱਥੋਂ ਮੈਂ ਉਹ ਚੀਜ਼ਾਂ ਲਈਆਂ। ਪਰ ਫਿਰ ਵੀ ਲੋਕ ਇੱਦਾਂ ਕਿਉਂ ਕਹਿ ਰਹੇ ਨੇ, ਕੁਛ ਲੋਕ ਰਿਵਿਊ ਦੇ ਰਹੇ ਨੇਗੇ ਇਸ ਟ੍ਰੇਲਰ ਦਾ ਕਿ ਸੇਮ ਚੀਜ਼ ਆ, ਸੇਮ ਹੀ ਲੱਗ ਰਿਹਾ। ਨਹੀਂ, ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਪਰਦੇ 'ਤੇ ਜਾ ਕੇ ਪਤਾ ਲੱਗਣਗੀਆਂ, ਕੁਛ ਚੀਜ਼ਾਂ ਮੈਂ ਵੀ ਸੇਮ ਕਹਿਣਾ ਕਿ ਸੇਮ ਨੇ। ਹੁਣ ਜੇ ਆਪਾਂ ਕਹਾਣੀਆਂ ਦੀ ਗੱਲ ਕਰੀਏ, ਬਹੁਤ ਸਾਰੀਆਂ ਰੋਮੈਂਟਿਕ ਸਟੋਰੀ ਸੇਮ ਹੁੰਦੀਆਂ ਨੇ, ਬਟ ਉਹ 'ਚ ਨਵਾਂਪਣ ਕਿਵੇਂ ਆਉਂਦਾ, ਉਹ ਫਿਲਮ ਆਉਣ ਨਾਲ ਆਉਂਦਾ, ਜਾਂ ਟੈਕਨੀਕਲੀ ਚੀਜ਼ਾਂ ਤੁਸੀਂ ਕਿਵੇਂ ਟ੍ਰੀਟਮੈਂਟ ਕਿਵੇਂ ਕਰਦੇ ਹੋ ਫਿਲਮ ਨੂੰ, ਇਸ ਦਾ ਜਿਹੜਾ ਸਭ ਤੋਂ ਖੂਬਸੂਰਤ ਪਾਰਟ ਹੈ ਫਿਲਮ ਦਾ। ਇੱਕ ਸਾਈਡ 'ਤੇ ਚੱਲ ਰਹੀ ਹੈ, ਇਹ ਲੋਕ ਹਲੇ ਟ੍ਰੇਲਰ ਤੋਂ ਜੱਜ ਕਰ ਰਹੇ ਨੇ, ਜਦੋਂ ਕਿ ਜਿਹੜੀ ਉਹ ਇੰਡਸਟਰੀ ਦੇ ਲੋਕ ਨੇ ਜਿਨ੍ਹਾਂ ਨੇ ਤੁਹਾਨੂੰ ਹਮੇਸ਼ਾ ਕ੍ਰਿਟੀਸਾਈਜ਼ ਕਰਨਾ। ਜੇ ਤੁਸੀਂ ਇੱਕ ਆਮ ਬੰਦੇ ਤੋਂ ਪੁੱਛੋਗੇ ਤਾਂ ਉਹ ਤਾਂ ਬਹੁਤ ਕਨੈਕਟ ਹੋ ਚੁੱਕੇ ਨੇ, ਸੋ ਉਹਦਾ ਫਿਲਮ ਦੀ ਵੇਟ ਕਰ ਰਹੇ ਨੇ। ਇਹਦੇ ਵਿੱਚ ਜਿਹੜਾ ਖੂਬਸੂਰਤ ਪਾਰਟ ਹੈ ਕਿ ਇੱਕ ਪਾਸੇ ਕਾਲਜ ਚੱਲ ਰਿਹਾ, ਇੱਕ ਪਾਸੇ ਉਹਦੀ ਫੈਮਿਲੀ ਲਾਈਫ ਚੱਲ ਰਹੀ ਹੈ, ਇੱਕ ਪਾਸੇ ਦਿਖਾਇਆ ਗਿਆ ਕਿ ਉਹ ਬੰਦਾ ਜਿਹੜੇ ਦੇ ਅੱਗੇ ਕਿਸੇ ਨੇ ਪੈਸੇ ਰੱਖ ਤੇ, ਚੱਕ ਤੇਰਾ ਤੂੰ ਆਹ ਕੰਮ ਕਰਨਾ, ਨਸ਼ਾ ਪੈਸਾ ਕੁਛ, ਇੱਕ ਪਾਸੇ ਉਹ ਬੰਦਾ ਜਿਹੜਾ ਗੁਰਦੁਆਰੇ ਅੱਗੇ ਹੱਥ ਜੋੜ ਕੇ ਖੜਾ ਵੀ ਮੈਂ 500 ਰੁਪਈਆ ਕੀ ਤੋਂ ਮੰਗਾਂ। ਸੋ ਇਹ ਸੇਮ ਚੀਜ਼ ਨਹੀਂ ਹੈਗੀ। ਇੱਕ ਉਹ ਬੰਦਾ ਜਿਹੜਾ ਆਪਣੀ ਬੱਚੀ ਨੂੰ ਰਵਾਉਂਦਾ ਝੂਠ ਬੋਲ ਕੇ, ਬਹਾਨਾ ਮਾਰ ਕੇ ਉਹਨੇ ਨਸ਼ਾ ਕਰਨਾ ਅਤੇ ਬੱਚੀ ਨੂੰ ਬਾਹਰ ਲੈ ਕੇ ਜਾਂਦਾ ਕਿ ਮੈਨੂੰ ਚੋਕਲੇਟ ਦਵਾ ਕੇ ਲਿਆਇਆ, ਅਤੇ ਜਦੋਂ ਉਹ ਬੱਚੀ ਨੂੰ ਬਿਠਾਉਂਦਾ ਤਾਂ ਉਹ ਕਹਿੰਦਾ ਸਾਹਮਣੇ ਰੇਡ ਪਈ ਹੈ, ਹਲੇ ਨਹੀਂ ਨਸ਼ਾ ਮਿਲ ਸਕਦਾ, ਅਤੇ ਉਹ ਤੜਪ ਰਿਹਾ ਨਸ਼ੇ ਨਾਲ, ਉਹ ਜਦੋਂ ਕਹਿੰਦਾ ਆ ਜਾ ਤਾਂ ਆਪਣੀ ਬੱਚੀ ਭੁੱਲ ਜਾਂਦਾ ਅਤੇ ਉਹ ਭੱਜ ਕੇ ਐਂ ਜਾਂਦਾ, ਟੁੱਟ ਕੇ ਡਿੱਗਦਾ ਉੱਥੇ ਜਾ ਕੇ। ਸੋ ਤੁਸੀਂ ਦੇਖੋ, ਮਤਲਬ ਮੇਰੇ ਗੂਸ ਬੰਬਸ ਆ ਗਏ ਸੀ, ਮੈਂ ਸੋਚਣ ਲੱਗ ਗਿਆ ਸੀ 1.5 ਸਾਲ ਦੀ ਬੱਚੀ ਰੋ ਰਹੀ ਹੈ, ਚੀਕਾਂ ਮਾਰ ਰਹੀ ਹੈ, ਅਤੇ ਉਹਨੂੰ ਨਸ਼ੇ ਤੱਕ ਮਤਲਬ ਹੈ, ਅਤੇ ਜਦੋਂ ਘਰੇ ਵਾਪਸ ਜਾਂਦਾ ਅਤੇ ਘਰ ਵਾਲੀ ਕਹਿੰਦੀ ਬੱਚੀ ਕਿੱਥੇ ਹੈ, ਕਹਿੰਦਾ ਕਿਹੜੀ ਬੱਚੀ, ਕਹਿੰਦੀ ਤੇਰੀ ਆਪਣੀ ਬੱਚੀ ਜਿਹੜੀ ਤੂੰ ਲੈ ਗਿਆ ਸੀ। ਕਹਿੰਦਾ ਉਹ ਹਾਂ ਮੈਨੂੰ ਵੀ ਲੱਗਦਾ ਮੈਂ ਕੁਛ ਭੁੱਲਿਆ ਆ। ਹੁਣ ਦੱਸੋ ਤੁਸੀਂ ਇਹਨੂੰ ਉਹਦੇ ਨਾਲ ਕਿਵੇਂ ਰਿਲੇਟ ਕਰ ਸਕਦੇ ਹੋ। ਹੁਣ ਉਹ ਬੰਦਾ ਜਿਹੜਾ ਇੱਕ ਪਾਸੇ ਕਾਲਜ 'ਚ ਵਾਰਨ ਕਰ ਰਿਹਾ ਆਪਣੀ ਵਾਈਫ ਲਈ, ਅਤੇ ਉਹ 500 ਇੱਕ ਨਸ਼ੇ ਪਿੱਛੇ ਇੱਕ ਟੁੱਟੇ ਜਿਹੇ ਨਸ਼ੈੜੀ ਤੋਂ ਸੁਣ ਰਿਹਾ ਕਿ ਆਪਣੀ ਵਾਈਫ ਭੇਜ ਦੇ ਜਿੰਨਾ ਮਰਜ਼ੀ ਨਸ਼ਾ ਲੈ ਲਈ। ਸੋ ਕੀ ਜਿਹੜਾ ਆਪਣੀ ਮਾਂ ਨੂੰ ਬਹਾਨੇ, ਔਰ ਉਹਦੀ ਵਾਈਫ ਸ਼ਰਿਆਂ ਫੜ ਲੈਂਦੀ ਹੈ ਕਿ ਆਹ ਨਸ਼ੇ ਨੇ। ਸਮਾਰਟ ਨਸ਼ੈੜੀ ਕਿਵੇਂ, ਨਸ਼ੈੜੀ ਕਲੈਵਰ ਕਿਵੇਂ ਬਣ ਜਾਂਦਾ, ਉਹ ਮੈਂ ਅੱਜ ਤੱਕ ਪਲੇ ਨਹੀਂ ਕੀਤਾ। ਮਿੰਟੂ ਕਸੂਰੀਆ 'ਚ ਤਾਂ ਬਾਈ 'ਚ ਤੋਂ ਤਾਂ ਬਿਲਕੁਲ ਵੀ ਨਹੀਂ ਸੀਗੀ ਉਹ ਚੀਜ਼, ਉਹ 'ਚ ਤਾਂ ਕਾਲਜ ਸੀਗਾ, ਲੜਦੇ ਸੀਗੇ, ਟੀਕੇ ਲਾਏ, ਲੜਾਈਆਂ ਹੋਈਆਂ, ਝਗੜੇ ਲਾਏ, ਅਤੇ ਉਹ ਰੀਹੈਬ 'ਚ ਗਿਆ, ਅਤੇ ਫਿਰ ਮਾਂ ਦਾ ਵਾਲਾ ਪਾਰਟ ਆ ਗਿਆ, ਉਹ ਚੀਜ਼ਾਂ ਗਈਆਂ। ਇਹ 'ਚ ਤਾਂ ਕਿਵੇਂ ਕਲੈਵਰ ਬੰਦਾ ਦਿਖਾਇਆ, ਨਸ਼ੈੜੀ ਕਿੰਨਾ ਕਲੈਵਰ ਹੋ ਜਾਂਦਾ, ਈਵਨ ਕਿ ਡਾਕਟਰ ਦੇ ਜਦੋਂ ਚੈੱਕਅਪ ਕਰਾਉਣ ਜਾਂਦਾ ਤਾਂ ਡਾਕਟਰ ਤੋਂ ਵੀ ਬਚ ਕੇ ਨਿਕਲ ਜਾਂਦਾ ਉਹ ਬੰਦਾ। ਤਾਂ ਡਾਕਟਰ ਨੂੰ ਇਹ ਕਹਿਣਾ ਪੈਂਦਾ ਕਿ ਇਹਨੇ ਤਾਂ ਅੱਜ ਤੱਕ ਕਦੇ ਨਸ਼ੇ ਨਹੀਂ ਕੀਤਾ ਜ਼ਿੰਦਗੀ 'ਚ, ਜਦੋਂ ਕਿ ਉਹ ਬੰਦਾ ਗਰਕ ਚੁੱਕਾ ਨਸ਼ੇ 'ਚ ਫਸਿਆ ਹੋਇਆ। ਸੋ ਉਹ ਵਾਲਾ ਜਿਹੜਾ ਪਾਰਟ ਹੈ ਉਹ 'ਤੇ ਲੋਕ ਹੱਸਣਗੇ ਬਹੁਤ, ਔਰ ਉਹ ਤਰਸ ਦਾ ਪਾਤਰ ਵੀ ਬਣੂਗਾ। ਅਤੇ ਫਿਰ ਕਿਵੇਂ ਕਿਵੇਂ ਸਰਕਮਸਟੈਂਸਿਸ, ਹਾਲਾਤ ਚੇਂਜ ਹੁੰਦੇ ਜਾਂਦੇ ਨੇ, ਤਾਂ ਉਹ ਜਾ ਕੇ ਤੁਹਾਨੂੰ ਫਿਲਮ 'ਚ ਪਤਾ ਲੱਗਣਾ। ਤੁਸੀਂ ਇਹ ਦੋ ਫਿਲਮਾਂ ਕਰਨ ਤੋਂ ਬਾਅਦ ਇਫੈਕਟ ਫੜ ਸਕੇ ਵੀ ਜਿਹੜੇ ਪਲੇਅਰ ਹੁੰਦੇ ਨੇ, ਆਪਾਂ ਕਹਿੰਦੇ ਨੇ ਕਿ ਉਹਨਾਂ ਦਾ ਮੋਰੈਲ ਬਹੁਤ ਹਾਈ ਹੁੰਦਾ, ਹੈ ਨਾ, ਸਪਿਰਿਟ ਬਹੁਤ ਚੰਗੀ ਹੁੰਦੀ ਆ, ਪੋਜ਼ਿਟਿਵ ਰਹਿੰਦੇ ਨੇ, ਅਤੇ ਮੈਕਸੀਮਮ ਜਦੋਂ ਅਸੀਂ ਬੈਕਗਰਾਊਂਡ ਚੈੱਕ ਕਰਦੇ ਹਾਂ ਕਿਸੇ ਵੀ ਡਰੱਗ ਅਡਿਕਟ ਦੀ, ਤਾਂ ਉਹਨਾਂ ਦੀ ਬੈਕਗਰਾਊਂਡ ਸਪੋਰਟਸ ਰਹੀ ਹੁੰਦੀ, ਤੁਸੀਂ ਇਫੈਕਟ ਫੜ ਸਕੇ? ਬਿਲਕੁਲ, ਮੈਂ ਤੁਹਾਨੂੰ ਮੈਂ ਆਪ ਦੱਸਦਾ ਕਿ ਮੈਂ ਖੁਦ ਸਪੋਰਟਸ ਕਰ ਰਿਹਾ, ਮੈਂ ਵਾਲੀਬਾਲ ਹੈ ਹੈ ਨਾ ਜੀ, ਆਲ ਇੰਡੀਆ ਯੂਨੀਵਰਸਿਟੀ ਦਾ ਖੇਡਿਆ, ਤਾਂ ਮੇਰੇ ਨਾਲ ਦੇ ਮੁੰਡੇ ਨਸ਼ਿਆਂ ਚੱਲ ਗਏ, ਉਹਨਾਂ 'ਚੋਂ ਇੱਕ ਦੋ ਮੁੰਡੇ ਹੈ ਨਹੀਂ ਇਸ ਦੁਨੀਆ 'ਤੇ, ਤਾਂ ਉਹ ਇਹ ਵੀ ਹਾਲਾਤ ਹੋ ਗਏ ਕਿ ਇੱਕ ਵਾਰ ਮੇਰੇ ਘਰ ਆਇਆ ਨੰਗੇ ਪੈਰ ਖੜਾ, ਅਤੇ ਮਦਰ ਮੈਂ ਹੈ ਨਹੀਂ ਸੀਗਾ, ਬੁਰੇ ਹਾਲਾਤ ਉਹਦੇ, ਸ਼ਹਿਰੀ ਮੁੰਡੇ ਦਾ ਨਾਂ ਸੀਗਾ, ਪੈਸੇ ਦੇ ਦਿਓ, ਇੱਕ ਦੋ ਵਾਰ ਪੈਸੇ ਦਿੱਤੇ ਵੀ ਕਰੋ, ਅਤੇ ਬਟ ਉਹ ਕ੍ਰਾਈਮ ਦੀ ਦੁਨੀਆ ਚੱਲ ਗਿਆ, ਅਤੇ ਉਹ ਨਸ਼ੇ ਕਰਕੇ ਹੀ ਉਹ ਵਿਚਾਰਾ ਦੁਨੀਆ ਤੋਂ ਚਲਾ ਗਿਆ। ਸੋ ਬਹੁਤ ਸਾਰੇ ਮੁੰਡੇ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ, ਕਿਉਂਕਿ ਇੱਕ ਤਾਂ ਸਪੋਰਟਸ ਵਾਲਿਆਂ ਨੂੰ ਮੈਨੂੰ ਲੱਗਦਾ ਜਦੋਂ ਅਸੀਂ ਵਿੰਗ 'ਚ ਸੀਗੇ ਤਾਂ ਜਿੰਨੇ ਲੜਾਈ ਝਗੜੇ ਹੁੰਦੇ ਸੀਗੇ ਤਾਂ ਉਹਨਾਂ 'ਚ ਸਾਨੂੰ ਬੁਲਾਇਆ ਜਾਂਦਾ ਸੀਗਾ ਵੀ ਜ਼ੋਰ ਵਾਲੇ ਨੇ, ਜ਼ੋਰ ਵਾਲੇ ਨੇ ਲੜਨ ਨੂੰ, ਹੈ ਨਾ,
ਅਤੇ ਹੋਰ ਜਾਂ ਏ ਸੀ ਮਾਰਕੀਟ ਹੈਗੀ ਤਾਂ ਉੱਥੇ ਜਦੋਂ ਬੋਲੀਆਂ ਹੁੰਦੀਆਂ ਸੀ ਤਾਂ ਉੱਥੇ ਮੁੰਡੇ ਸਿਰਫ ਕਾਲਜ ਵਾਲੇ ਆਉਂਦੇ ਹੁੰਦੇ ਸੀਗੇ ਸਪੋਰਟਸ ਵਾਲੇ ਅਤੇ ਉੱਦਾਂ ਫਿਰ ਇੱਦਾਂ ਕਰਦੇ ਕਰਦੇ ਕਦੋਂ ਉਹ ਕ੍ਰਾਈਮ ਦੀ ਦੁਨੀਆ 'ਚ ਕਿੱਦਾਂ ਪਰਚਾ ਪੈ ਗਿਆ ਅੱਗੇ ਚਲੇ ਗਏ ਜਾਂ ਫਿਰ ਐਂ ਵੀ ਲਾ ਸਕਦੇ ਹੋ ਕਿ ਮਿਹਨਤ ਇੰਨੀ ਕਰਦਾ ਸਪੋਰਟਸਮੈਨ ਇੰਨੀ ਜ਼ਿਆਦਾ ਮਿਹਨਤ ਕਰਦਾ ਕਿ ਉਹਦੇ ਲਈ ਓਪਰਚੁਨਿਟੀਜ਼ ਹੀ ਨਹੀਂ ਹੁੰਦੀਆਂ ਜੋਬ ਦੀਆਂ ਜਾਂ ਉਹਨੂੰ ਉਹਦਾ ਬਣਦਾ ਹੱਕ ਨਹੀਂ ਮਿਲਦਾ ਬਿਲਕੁਲ ਜਿਹਦੇ ਲਈ ਬੰਦਾ ਹੁਣ ਮੈਂ ਜੇ ਆਪਣੀ ਗੱਲ ਕਰਾਂ ਤਾਂ ਮੈਂ ਸਵੇਰੇ 5 ਵਜੇ ਗਰਾਊਂਡ ਆ ਜਾਂਦਾ ਸੀਗਾ ਅਸੀਂ 8-9 ਵਜੇ ਤੱਕ ਮਿਹਨਤ ਕਰਨੀ ਫਿਰ ਅਸੀਂ ਕਾਲਜ ਜਾਣਾ ਕਾਲਜ ਤੋਂ ਬਾਅਦ ਸ਼ਾਮ ਨੂੰ ਫਿਰ ਗਰਾਊਂਡ ਆਉਣਾ ਧੁੱਪ ਦੇ ਵਿੱਚ ਪਿੰਡ ਤੋਂ ਆਉਂਦਾ ਹੁੰਦਾ ਸੀ ਇੰਨੀ ਮਿਹਨਤ ਕਰਦੇ ਹੁੰਦੇ ਸੀ ਬਟ ਓਪਰਚੁਨਿਟੀਜ਼ ਬਹੁਤ ਘੱਟ ਸੀਗੀਆਂ ਬਿਲਕੁਲ ਮੈਨੂੰ ਵੀ ਜੇ ਜੋਬ ਆਫਰ ਹੋਈ ਤਾਂ ਮੇਰੇ ਮਾਸਟਰ ਜੀ ਦੈਟ ਟਾਈਮ SP ਸੀਗੇ ਉਹਨਾਂ ਦੀ ਸਿਫਾਰਿਸ਼ ਨਾਲ ਉਹਨਾਂ ਨੇ ਮੈਨੂੰ ਕਿਤੇ ਕਿਹਾ ਕਿ ਇਹ ਮੇਰਾ ਭਾਣਜਾ ਅਤੇ ਗੇਮ ਵਧੀਆ ਤਾਂ ਕਰਕੇ ਨਹੀਂ ਅਦਰਵਾਈਜ਼ ਤਾਂ ਮੁੰਡੇ ਇੱਦਾਂ ਹੀ ਵਿਚਾਰੇ ਰਹਿ ਜਾਂਦੇ ਸੀਗੇ ਤਾਂ ਫਿਰ ਉਹ ਮੁੰਡਿਆਂ ਨੂੰ ਲੱਗਦਾ ਯਾਰ ਇੰਨੀ ਮਿਹਨਤ ਕੀਤੀ ਉਹਨਾਂ ਲਈ ਫਿਰ ਰਸਤੇ ਇੱਦਾਂ ਨਿਕਲ ਜਾਂਦੇ ਆ ਉਹ ਕਿਸੇ ਨਾ ਕਿਸੇ ਤਰੀਕੇ ਜੇ ਸਾਡੇ ਮਤਲਬ ਕੰਟਰੀ ਦੇ ਵਿੱਚ ਗੌਰਮੈਂਟ ਜਿਹੜੇ ਮੁੰਡੇ ਵਧੀਆ ਸਪੋਰਟਸਮੈਨ ਹੈਗੇ ਨੇ ਜਾਂ ਜੇ ਉਹਨਾਂ ਲਈ ਓਪਰਚੁਨਿਟੀਜ਼ ਹੋਣ ਉਹਨਾਂ ਨੂੰ ਸਹੂਲਤਾਂ ਮਿਲਣ ਤਾਂ ਕਿਉਂ ਨਾ ਮੁੰਡੇ ਚੰਗੇ ਰਸਤਿਆਂ ਵੱਲ ਜਾਣਗੇ ਐਬਸੋਲੂਟਲੀ ਜਦੋਂ ਮਿਹਨਤ ਦਾ ਮੁੱਲ ਨਹੀਂ ਪੈਂਦਾ ਨਾ ਫਿਰ ਬੰਦਾ ਟੁੱਟ ਜਾਂਦਾ ਕਿਤੇ ਨਾ ਕਿਤੇ ਬਿਲਕੁਲ ਕਿ ਯਾਰ ਮੈਂ ਆਹ ਰਸਤਾ ਇਖਤਿਆਰ ਕਰ ਲਾਂ ਤਾਂ ਸਾਡੀ ਫੀਲਡ ਦੇ ਵਿੱਚ ਵੀ ਮੈਂ ਕਹਿੰਦਾ ਕਿ ਬਹੁਤ ਸਾਰੇ ਐਕਟਰ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ 'ਚ ਪੂਰਾ ਕੈਲੀਬਰ ਹੁੰਦਾ ਬਟ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਓਪਰਚੁਨਿਟੀਜ਼ ਨਹੀਂ ਮਿਲਦੀਆਂ ਤਾਂ ਫਿਰ ਕਈ ਵਾਰ ਵਿਚਾਰਾ ਸੋਚਦਾ ਯਾਰ ਮੈਂ ਡਾਇਰੈਕਸ਼ਨ 'ਚ ਆ ਜਾਂ ਕਈ ਵਾਰ ਯਾਰ ਮੈਂ ਸੋਚਦਾ ਮੈਂ ਕੁਛ ਹੋਰ ਕਰ ਲਾਂ ਹਨਾ ਤਾਂ ਫਿਰ ਉਹ ਰਸਤੇ ਲੱਭਣੇ ਸ਼ੁਰੂ ਕਰ ਦਿੰਦੇ ਕਿਉਂਕਿ ਰੋਟੀ ਤਾਂ ਸਾਰਿਆਂ ਦੇ ਘਰੇ ਪੱਕਣੀ ਹੁੰਦੀ ਹੈ ਰੋਟੀ ਹੀ ਹੈ ਜੀ ਮੇਨ ਰੋਟੀ ਹੋਈ ਹੈ ਜਦੋਂ ਅਗਲੇ ਨੂੰ ਲੱਗਦਾ ਨਾ ਕਿ ਯਾਰ ਮੇਰਾ ਮੁੱਲ ਨਹੀਂ ਪਾ ਰਿਹਾ ਕੋਈ ਜਾਂ ਅੱਜ ਮੇਰੀ ਜਗ੍ਹਾ 'ਤੇ ਇੱਕ ਸਿਫਾਰਸ਼ੀ ਐਕਟਰ ਦੇਖੋ ਕੰਮ ਕਰੀ ਜਾਂਦਾ ਅਤੇ ਮੈਂ ਇਹਦੇ ਨਾਲੋਂ ਵੱਧ ਟੈਲੈਂਟਡ ਹਾਂ ਤਾਂ ਫਿਰ ਬੰਦਾ ਕਰਦਾ ਤਾਂ ਫਿਰ ਉਹ ਰਸਤੇ ਲੱਭਣੇ ਸ਼ੁਰੂ ਕਰ ਦਿੰਦਾ ਫਿਰ ਕੋਈ ਮੈਨੂੰ ਲੱਗਦਾ ਕਿ ਮੈਂ ਬਹੁਤ ਸਾਰੇ ਇਹੋ ਜਿਹੇ ਐਕਟਰਾਂ ਨੂੰ ਜਾਣਦਾ ਜਿਹੜੇ ਮੈਂ ਕਰਦਾ ਯਾਰ ਤੂੰ ਤਾਂ ਐਕਟਰ ਸੀਗਾ ਤੂੰ ਡਾਇਰੈਕਸ਼ਨ ਦੇ ਵਿੱਚ ਆ ਹਾਂਜੀ ਭਾਅ ਜੀ ਅਸਿਸਟੈਂਟ ਆ ਮੈਂ ਇਸ ਲਾਈਨ 'ਚ ਆ ਗਿਆ ਭਾਅ ਜੀ ਮੌਕਾ ਨਹੀਂ ਮਿਲਦਾ ਹੈਗਾ ਭਾਅ ਜੀ ਜਾਂ ਇਹ ਨਹੀਂ ਮਿਲਦਾ ਹੈਗਾ ਤਾਂ ਇਹ ਚੀਜ਼ਾਂ ਬਹੁਤ ਹੁੰਦੀਆਂ ਨੇ ਬਿਲਕੁਲ ਸੋ ਇਹ ਰੀਸੈਂਟ ਅਸੀਂ ਇੱਕ ਕਿਸੇ ਦੀ ਸਟੋਰੀ ਕਵਰ ਕਰਨੀ ਆ ਅਤੇ ਉਹ ਵੀ ਨੈਸ਼ਨਲ ਲੈਵਲ ਦੇ ਰੈਸਲਰ ਨੇਗੇ ਅਤੇ ਉਹ ਮੁੰਡਾ ਕੰਮ ਕੀ ਕਰ ਰਿਹਾ ਲੋਕਾਂ ਦੇ ਘਰਾਂ 'ਚ ਜਾ ਕੇ ਕਾਰਾਂ ਧੋ ਰਿਹਾ 3,000 ਪਰ ਮੰਥ ਮੈਂ ਕਿਹਾ ਉਹ ਤਾਂ ਮਤਲਬ ਕਿਸੇ ਨੂੰ ਕਹੂਗਾ ਹੀ ਨਹੀਂ ਆਪਦੇ ਭੈਣ ਭਰਾ ਨੂੰ ਵੀ ਤੁਸੀਂ ਗੇਮ ਕਰੋ ਹੈ ਨਾ ਕਿਉਂਕਿ ਫਿਊਚਰ ਨਹੀਂ ਮਿਲਿਆ ਉਹਨੂੰ ਕੋਈ ਵੀ ਅਤੇ ਉਹ ਨੈਸ਼ਨਲ ਪਲੇਅਰ ਹੋਣ ਦੇ ਬਾਵਜੂਦ ਲੋਕਾਂ ਦੇ ਘਰਾਂ 'ਚ ਜਾ ਕੇ ਕਾਰਾਂ ਧੋ ਰਿਹਾ ਸਾਡੇ ਕੰਟਰੀ ਦੇ ਵਿੱਚ ਜਾਂ ਪੰਜਾਬ ਦੀ ਗੱਲ ਕਰਾਂ ਜਿਹੜੀਆਂ ਖੇਡਾਂ ਨੇ ਉਹ ਵੀ ਅਮੀਰਾਂ ਦੀਆਂ ਹੋਈਆਂ ਹੁਣ ਬਿਲਕੁਲ ਸਹੀ ਆ ਹਨਾ ਜੇ ਤੁਸੀਂ ਕਿਸੇ ਨੂੰ ਸ਼ੂਟਿੰਗ 'ਚ ਪਾਉਣਾ ਤਾਂ ਉਹ 1.5-2 ਲੱਖ ਦੀ ਦਾਨ ਆਉਂਦੀ ਹੈ ਤਾਂ ਉਹ ਕਿਵੇਂ ਕੋਈ ਬੰਦਾ ਅਫੋਰਡ ਕਰ ਲਊਗਾ ਉਸ ਚੀਜ਼ ਨੂੰ ਹਨਾ ਜਾਂ ਤੁਸੀਂ ਜਿਹੜੀਆਂ ਹੋਰ ਗੇਮ ਕ੍ਰਿਕਟ ਦੇ ਵਿੱਚ ਵੀ ਜਾਂ ਕਿਤੇ ਵੀ ਲਾ ਲਓ ਤਾਂ ਮੈਨੂੰ ਲੱਗਦਾ ਬਹੁਤ ਘੱਟ ਨੇ ਕਿ ਸਾਡੇ ਪੰਜਾਬ ਦੇ ਵਿੱਚ ਆਉਂਦੇ ਆ ਬੱਚੇ ਇਦਾਂ ਸਾਹਮਣੇ ਨਿਕਲ ਕੇ ਇਹ ਵੀ ਇੱਕ ਇਤਫਾਕ ਕਹਿ ਲਓ ਜਿੰਨਾ ਕਿ ਮੈਂ ਇਸ ਕਿਤਾਬ 'ਚ ਪੜ੍ਹਿਆ ਜਿਹੜੀ ਤੁਸੀਂ ਪਹਿਲੀ ਬਾਇਓਪਿਕ ਕੀਤੀ ਸੀਗੀ ਰੁਪਿੰਦਰ ਗਾਂਧੀ ਹੋਰਾਂ ਦੀ ਅਤੇ ਮੰਗੇ ਹੋਣੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਨੈਕਟਡ ਰਹੇ ਹੋਏ ਨੇ ਹਾਂਜੀ ਇਹ ਪਾਠ ਤੁਹਾਨੂੰ ਪਤਾ ਹੈ ਮੈਨੂੰ ਬਿਲਕੁਲ ਪਤਾ ਜੀ ਕਿ ਮੰਗੇ ਬਾਈ ਨੇ ਹੀ ਕਿਵੇਂ ਮੈਂ ਮਿੰਟੂ ਬਾਈ ਜਾਂ ਮੰਗਾ ਬਾਈ ਨਹੀਂ ਮੰਗਾ ਕਿਸ ਦੇ ਨਾਲ ਰੁਪਿੰਦਰ ਗਾਂਧੀ ਹੋਰਾਂ ਦੇ ਨਾਲ ਰੁਪਿੰਦਰ ਗਾਂਧੀ ਨਾਲ ਥੋੜ੍ਹੀ ਜਿਹੀ ਗੱਲ ਕਹੀ ਸੀ ਉਹਨਾਂ ਨੇ ਕਿ ਅਸੀਂ ਉਸ ਟਾਈਮ ਸਾਡੇ ਕੋਲ ਹੋਸਟਲ 'ਚ ਆਉਂਦਾ ਹੁੰਦਾ ਸੀਗਾ ਗਾਂਧੀ ਹਾਂ ਉਹਨਾਂ ਕੁ ਪਾਠ ਹੈਗਾ ਵੀ ਸਾਡੇ ਕੋਲ ਉਸ ਟਾਈਮ ਗਾਂਧੀ ਹੋਸਟਲ ਦੇ ਵਿੱਚ ਆਉਂਦਾ ਹੁੰਦਾ ਸੀਗਾ ਅਤੇ ਉਦੋਂ ਅਸੀਂ ਜਾਣਦੇ ਹੁੰਦੇ ਸੀ ਕਿਉਂਕਿ ਇਹ ਵੀ ਲੜਾਈਆਂ ਝਗੜਿਆਂ 'ਚ ਕਾਫੀ ਪੈ ਗਏ ਸੀਗੇ ਤਾਂ ਇਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਥੋੜ੍ਹਾ ਬਹੁਤ ਹੈਗਾ ਸੀਗਾ ਇਹ ਗੱਲ ਮੈਂ ਉਹਨਾਂ ਨਾਲ ਕੀਤੀ ਸੀ ਸੋਸ਼ਲ ਮੀਡੀਆ 'ਤੇ ਜਦੋਂ ਇਹ ਪੋਸਟਰ ਆਇਆ ਡਾਕੂਆਂ ਦੇ ਮੁੰਡੇ ਦਾ ਜਿੱਥੇ ਤੁਸੀਂ ਸਮੋਕ ਕਰ ਰਹੇ ਹੋ ਅਤੇ ਹਾਂ ਉਹ ਬਣ ਰਹੇ ਨੇ ਕੀ ਕਹਿੰਦੇ ਨੇ ਛੱਲੇ ਬਣ ਰਹੇ ਨੇ ਤੂੰ ਤਾਂ ਲੋਕ ਲਿਖਣ ਲੱਗ ਗਏ ਕਿ ਤੁਸੀਂ ਰੱਜ ਕੇ ਨਸ਼ਾ ਕਰੋ ਰੱਜ ਕੇ ਗੁੰਡਾਗਰਦੀ ਕਰੋ ਫਿਰ ਉਸ ਤੋਂ ਬਾਅਦ ਦੇਵ ਖਰੌੜ ਕੋਲੇ ਆ ਜਾਓ ਅਤੇ ਉਹ ਤੁਹਾਡੇ 'ਤੇ ਇੱਕ ਫਿਲਮ ਬਣਾਏਗਾ ਜਿਸ 'ਚ ਤੁਹਾਨੂੰ ਹੀਰੋ ਪੇਸ਼ ਕਰੇਗਾ ਇੱਕ ਚੀਜ਼ ਹੋਰ ਆ ਚੈਨੀ ਚੋਰ ਵੀ ਲਿਖਿਆ ਸੀਗਾ ਚੈਨੀ ਚੋਰਾਂ ਦੇ ਉੱਤੇ ਦੇਵ ਖਰੌੜ ਫਿਲਮ ਬਣਾਊਗਾ ਅਤੇ ਉਹ ਪੇਸ਼ ਕਰੂਗਾ ਅਤੇ ਉਹ ਤੁਹਾਨੂੰ ਫਿਰ ਹੀਰੋ ਬਣਾ ਕੇ ਪੇਸ਼ ਕਰੂਗਾ ਹਾਂ ਅਤੇ ਹੀਰੋ ਬਣਾ ਕੇ ਪੇਸ਼ ਕਰੂਗਾ ਮੈਨੂੰ ਇੱਕ ਗੱਲ ਦੱਸੋ ਮੈਂ ਇਹਨਾਂ ਲੋਕਾਂ ਤੋਂ ਇੱਕ ਸਵਾਲ ਅੱਜ ਪੁੱਛਣਾ ਚਾਹੁੰਦਾ ਪਹਿਲੀ ਗੱਲ ਤਾਂ ਜਿਹੜਾ ਕੋਈ ਇੰਟਲੈਕਚੁਅਲ ਬੰਦਾ ਹੈਗਾ ਸਿਆਣਾ ਸਮਝਦਾਰ ਬੰਦਾ ਇਹੋ ਜਿਹੀ ਗੱਲ ਨਹੀਂ ਕਰਦਾ ਹੁਣ ਉਹ ਬੰਦੇ ਦੀ ਮੇਰੇ ਨਾਲ ਕੁਛ ਹੈ ਜਾਂ ਮੰਗੇ ਨਾਲ ਕੁਛ ਹੈ ਆਈ ਡੋਂਟ ਨੋ ਹੈ ਨਾ ਬਟ ਮੈਂ ਇਹਨਾਂ ਤੋਂ ਇੱਕ ਗੱਲ ਪੁੱਛਣਾ ਚਾਹੂੰਗਾ ਸਿਨੇਮਾ ਬਣਦਾ ਕਿੱਥੋਂ ਹੈ ਇਹ ਚੈਨੀ ਚੋਰ ਇਹ ਨਸ਼ੈੜੀ ਕੌਣ ਪੈਦਾ ਕਰਦਾ ਕਿੱਥੋਂ ਬਣਦਾ ਸਮਾਜ ਤੋਂ ਬਣਦਾ ਵੱਡੀਆਂ ਵੱਡੀਆਂ ਰੋਬਰੀਜ਼ ਜਿਨ੍ਹਾਂ ਦੇ ਉੱਤੇ ਫਿਲਮਾਂ ਬਣੀਆਂ ਨੇ ਉਹ ਕਿੱਥੋਂ ਹੋਈਆਂ ਨੇ ਉਹ ਪਹਿਲਾਂ ਸਮਾਜ ਦੇ ਲੋਕ ਕਰਦੇ ਨੇ ਫਿਰ ਮੇਕਰਸ ਨੂੰ ਲੱਗਦਾ ਯਾਰ ਬੜੀ ਇੰਟਰਸਟਿੰਗ ਕਹਾਣੀ ਹੈ ਅਤੇ ਫਿਲਮ ਬਣਾਈਏ ਗਾਂਧੀ ਪੈਦਾ ਹੋਇਆ ਸੀਗਾ ਫਿਲਮ ਬਣੀ ਸੀਗੀ ਸਾਡੀ ਫਿਲਮ ਨੇ ਗਾਂਧੀ ਨਹੀਂ ਸੀ ਬਣਾਇਆ ਮਿੰਟੂ ਗੁਰਸੂਰੀਆ ਪੈਦਾ ਹੋਇਆ ਸੀ ਤਾਂ ਫਿਲਮ ਬਣੀ ਸੀਗੀ ਫਿਲਮ ਨੇ ਨਹੀਂ ਸੀ ਬਣਾਇਆ ਸੀ ਤਾਂ ਸਗੋਂ ਮੈਸੇਜ ਦਿੱਤਾ ਲੋਕਾਂ ਨੂੰ ਕਿ ਬੰਦੇ ਦਾ ਹਸ਼ਰ ਬੰਦਾ ਕਿਵੇਂ ਅੱਜ ਉਹ ਸਗੋਂ ਜਿਹੜੇ ਨੂੰ ਤੁਸੀਂ ਚੈਨੀ ਚੋਰ ਕਹਿੰਦੇ ਹੋ ਜਾਂ ਅੱਜ ਉਹ ਟੀਚਰ ਹੈ ਕਿਵੇਂ ਉਹ ਲਾਈਫ ਦੇ ਵਿੱਚ ਵਾਪਸ ਆਇਆ ਹੈ ਨਾ ਬੇਸ਼ੱਕ ਉਹਨੇ ਕਈ ਵਾਰ ਬੰਦੇ ਸਰਕਮਸਟੈਂਸਿਸ ਇੱਦਾਂ ਦੇ ਹੁੰਦੇ ਨੇ ਕਿ ਬੰਦੇ ਗਲਤ ਰਸਤਿਆਂ 'ਤੇ ਚਲੇ ਜਾਂਦੇ ਨੇ ਬਟ ਉਹ ਇੱਕ ਕਹਾਵਤਾਂ ਵੀ ਨੇ ਨਾ ਕਿ ਜੇ
ਮੈਂ ਮੰਗਾ ਸਿੰਘ ਅੰਟਾਲ ਨਾਲ ਇੱਕ ਗੱਲ ਕੀਤੀ, ਮੈਂ ਕਿਹਾ ਬਾਈ ਜੀ ਅੱਜ ਤੁਹਾਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ? ਕਹਿੰਦਾ ਹਾਂ, ਸਭ ਤੋਂ ਪਹਿਲਾਂ ਤਾਂ ਮੇਰੇ ਘਰ ਦੇ ਸ਼ੱਕ ਕਰਦੇ ਨੇ, ਅੱਜ ਵੀ ਅੱਜ ਮੈਂ ਨਸ਼ਾ ਛੱਡ ਚੁੱਕਾ, ਮੇਰੀ ਅੱਖਾਂ ਵੱਲ ਦੇਖਦੇ ਨੇ ਕਿਤੇ ਨਸ਼ਾ ਕਰਕੇ ਤਾਂ ਨਹੀਂ ਆਇਆ, ਕਹਿੰਦਾ ਹੋਰ ਮੇਰੇ 'ਤੇ ਕੀ ਯਕੀਨ ਕਰਨਗੇ, ਬਾਹਰਲੇ ਲੋਕ ਅੱਜ ਵੀ ਕਹਿੰਦੇ ਨੇ ਨਸ਼ਾੜੀ ਹੈ, ਜਦੋਂ ਕਿ ਇਹ ਕਹਿਣਾ ਚਾਹੀਦਾ ਜੇ ਕੋਈ ਨਸ਼ੇ ਕਰਦਾ ਕਿ ਦੇਖ ਯਾਰ ਅੱਜ ਮੰਗਾ ਸਿੰਘ ਅੰਟਾਲ ਟੀਚਰ ਹੈ, ਅੱਜ ਉਹ ਕਬੱਡੀ ਦੀ ਅਕੈਡਮੀ ਚਲਾਉਂਦਾ ਅਤੇ ਅੱਜ ਉਹ ਪਲੇਅਰ ਪੈਦਾ ਕਰ ਰਿਹਾ ਕਬੱਡੀ ਦੇ, ਅਤੇ ਉਹ ਕਿਸੇ ਨਸ਼ੈੜੀ ਨੂੰ ਕਹਿ ਸਕਦੇ ਨੇ ਕਿ ਇਹ ਬੰਦਾ ਜੇ ਵਾਪਸ ਆਇਆ ਤਾਂ ਤੂੰ ਵੀ ਆ ਸਕਦਾ ਯਾਰ, ਤੂੰ ਕਿਉਂ ਨਹੀਂ ਆ ਸਕਦਾ? ਈਵਨ ਕਿ ਚੈਨੀ ਚੋਰਾਂ ਦੇ ਉੱਤੇ ਫਿਲਮਾਂ ਬਣਾਉਣੀਆਂ, ਉਹ ਵੀ ਸਾਡੇ ਸਮਾਜ ਦਾ ਹਿੱਸਾ ਨੇ, ਉਹ ਸਮਾਜ ਦਾ ਹਿੱਸਾ ਨੇ ਨਾ ਜੀ, ਸਾਡੇ ਸਮਾਜ ਤੋਂ ਬਾਹਰ ਤਾਂ ਨਹੀਂ। ਹਾਂ, ਜੇ ਮੈਨੂੰ ਕਿਤੇ ਚੋਰ ਦਾ, ਮੈਂ ਐਕਟਰ ਹਾਂ, ਮੇਰੀ ਜੋਬ ਐਜ਼ ਐਨ ਐਕਟਰ, ਜੇ ਮੈਨੂੰ ਲੱਗੂਗਾ ਕਿ ਯਾਰ ਮੈਂ ਚੋਰ ਦਾ ਕਿਰਦਾਰ ਕਰਨਾ, ਮੈਂ ਕਰੂੰਗਾ, ਮੈਨੂੰ ਕੌਣ ਰੋਕੂਗਾ, ਮੈਂ ਕਰੂੰਗਾ, ਮੇਰੀ ਆਪਣੀ ਭੁੱਖ ਹੈ ਉਹ ਐਜ਼ ਐਨ ਐਕਟਰ। ਬਟ ਉਹਦੇ ਨਾਲ ਇੱਕ ਚੀਜ਼ ਹੋਣੀ ਚਾਹੀਦੀ, ਕੋਈ ਗਲਤ ਮੈਸੇਜ ਨਹੀਂ ਕਿਸੇ ਨੂੰ ਜਾਣਾ ਚਾਹੀਦਾ। ਜੇ ਮੇਰੇ ਕਰਕੇ ਸਮਾਜ ਨੂੰ ਕੋਈ ਗਲਤ ਮੈਸੇਜ ਆ ਰਿਹਾ, ਫਿਰ ਮੈਂ ਗੱਲਾਂ ਸੁਣਨ ਦਾ, ਗਾਲਾਂ ਖਾਣ ਦਾ ਹੱਕਦਾਰ ਹੈਗਾ। ਸੋ ਜਿਹੜੇ ਇੱਦਾਂ ਦੀ ਮਾਨਸਿਕਤਾ ਵਾਲੇ ਲੋਕ ਨੇ, ਇਹਨਾਂ ਨੂੰ ਹੁਣ ਮੈਂ ਸਿੱਖ ਗਏ, ਸਾਰੇ ਕਲਾਕਾਰ ਸਿੱਖ ਗਏ ਅੱਖੋਂ ਪਰੋਕੇ ਕਰਨਾ, ਇਹਨਾਂ ਨੂੰ ਕੋਈ ਤਵੱਜੋ ਨਹੀਂ ਦਿੰਦਾ ਹੁਣ ਜੀ। ਸੋ ਕਿਤੇ ਨਾ ਕਿਤੇ ਥੋੜ੍ਹਾ ਜਿਹਾ, ਫਿਰ ਵੀ ਅਸੀਂ ਇਨਸਾਨ ਹਾਂ, ਕਿਤੇ ਨਾ ਕਿਤੇ ਪਿੰਚ ਜ਼ਰੂਰ ਹੁੰਦੀ ਹੈ ਗੱਲ। ਤੁਸੀਂ ਇਹਨਾਂ ਦੀ ਸਾਈਕੋਲੋਜੀ ਤਾਂ ਦੇਖੋ, ਇਹਨਾਂ ਨੇ ਕਿਹੜੀ ਚੀਜ਼ ਪਿੱਕ ਕੀਤੀ? ਨੈਗੇਟਿਵ ਨੈਗੇਟਿਵ, ਅਸੀਂ ਤਾਂ ਪੋਜ਼ਿਟਿਵ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਾ। ਪਹਿਲਾਂ ਫਿਲਮ ਤਾਂ ਦੇਖ ਲਓ, ਡੋਂਟ ਜੱਜ ਦ ਬੁੱਕ ਬਾਏ ਇਟਸ ਕਵਰ। ਉਹ ਜੇ ਸਮੋਕ ਕਰ ਰਹੇ ਆ, ਵੀ ਆਰ ਨੋਟ ਪ੍ਰਮੋਟਿੰਗ ਇਟ, ਅਸੀਂ ਉਹਨਾਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਉਹ ਅਗਰ ਆਹ ਚੀਜ਼ ਕਰਦੇ ਤਾਂ ਫਿਲਮ ਆਣ ਕੇ ਦੇਖੋ ਕੀ ਹਸ਼ਰ ਹੁੰਦਾ ਤੁਹਾਡਾ। ਔਰ ਉਹ ਲੋਕ ਉਹ ਬੈਠੇ ਨੇ ਜਿਹੜੇ ਸਿਰਫ ਨੈਗੇਟਿਵ ਚੀਜ਼ ਪਿੱਕ ਕਰ ਰਹੇ ਨੇ। ਪੋਜ਼ਿਟਿਵ ਕਿੰਨੀਆਂ ਮੈਨੂੰ ਦੱਸੋ, ਉਹਨਾਂ ਕੋਲ ਪਹਿਲਾਂ ਪੋਜ਼ਿਟਿਵ ਸੁਣਾਓ। ਮੈਂ ਤੁਹਾਨੂੰ ਦੱਸਦਾ, ਉਹਦਾ ਇਨਫਲੂਐਂਸ ਨਹੀਂ ਆ ਪੋਜ਼ਿਟਿਵ ਦਾ, ਸਿਰਫ ਨੈਗੇਟਿਵ ਦਾ ਹੀ ਇਨਫਲੂਐਂਸ ਆ। ਇਹੀ ਫਿਲਮ 'ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਜੇ ਤੁਸੀਂ ਆਹ ਕੰਮ ਕਰੋਗੇ ਤਾਂ ਤੁਹਾਡਾ ਹਸ਼ਰ ਦੇਖੋ ਕੀ ਹੋਇਆ, ਤੁਹਾਡਾ ਤੁਹਾਡੇ ਪਰਿਵਾਰ ਦੀ ਜ਼ਿੰਦਗੀ ਨਰਕ ਬਣ ਜਾਏਗੀ, ਨਰਕ ਬਣ ਜਾਏਗੀ। ਇਹੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ, ਇਹ ਨਹੀਂ ਕਹਿ ਰਹੇ ਕਿ ਆਓ ਲੱਗੋ ਅਤੇ ਤੁਹਾਡੇ 'ਤੇ ਫਿਲਮ ਬਣਦੀ, ਤੁਸੀਂ ਕਰੋ ਅਤੇ ਤੁਹਾਡੇ 'ਤੇ ਫਿਲਮਾਂ ਬਣਾਵਾਂਗੇ। ਅਸੀਂ ਇਹ ਕੰਮ ਕਰਨ ਲਈ ਨਹੀਂ ਬੈਠੇ, ਅਸੀਂ ਅਸੀਂ ਤਾਂ ਸਗੋਂ ਉਹਨਾਂ ਲੋਕਾਂ ਦਾ ਛੁਡਾਉਣਾ ਚਾਹੁੰਦੇ ਹਾਂ ਜਿਹੜੇ ਇਹਨਾਂ ਚੱਕਰਾਂ ਦੇ ਵਿੱਚ ਫਸੇ ਪਏ ਨੇ। ਹੁਣ ਤੁਸੀਂ ਦੇਖੋ, ਇੱਕ ਛੋਟੀ ਜਿਹੀ ਗੱਲ ਚੱਕ ਲਈ ਕਿਸੇ ਬੰਦੇ ਨੇ, ਪਰ ਉਹਨੇ ਇਹ ਨਹੀਂ ਦੇਖਿਆ ਟ੍ਰੇਲਰ ਸ਼ੁਰੂ ਕਿੱਥੋਂ ਹੁੰਦਾ, ਕਿ ਜਦੋਂ ਪੈਰ ਗਲਤ ਰਸਤਿਆਂ 'ਤੇ ਤੁਰਦੇ ਨੇ ਤਾਂ ਆਸੀਸਾਂ ਵੀ ਬਦਦੁਆਵਾਂ ਬਣ ਜਾਂਦੀਆਂ। ਸੋ ਦੂਜਾ ਜਿਹੜਾ ਉਹਦਾ ਟ੍ਰੇਲਰ ਦੇ ਵਿੱਚ ਆਉਂਦਾ, ਕਹਿੰਦਾ ਮੇਰੇ ਵੀਰੇ ਗੋਲੀ ਮਾਰ ਦੇ ਜੇ ਸਮਾਨ ਨਹੀਂ ਹੈਗਾ ਤਾਂ, ਮਤਲਬ ਨਸ਼ੈੜੀ ਮਰਨ ਦੀ ਹੱਦ ਤੱਕ ਚਲਾ ਜਾਂਦਾ ਵੀ ਮੈਂ ਗੋਲੀ ਖਾ ਲੂੰਗਾ ਪਰ ਮੈਨੂੰ ਨਸ਼ਾ ਦੇ ਦੇ, ਮੈਂ ਇੰਨਾ ਗੁਲਾਮ ਬਣ ਗਿਆ। ਉਹ ਕਹਿੰਦਾ ਇੰਨਾ ਖਾ ਕੇ ਵੀ ਤੇਰਾ ਢਿੱਡ ਨਹੀਂ ਭਰਿਆ। ਦੋਸਤ ਕਹਿੰਦਾ ਜੇ ਤੂੰ ਗਲਤ ਰਸਤਿਆਂ 'ਤੇ ਤੁਰੋਂਗੇ ਤਾਂ ਮੈਥੋਂ ਤੁਹਾਡਾ ਅੰਤ ਨਹੀਂ ਦੇਖਿਆ ਜਾਣਾ ਯਾਰ। ਇੰਨੇ ਮੈਸੇਜ ਅਸੀਂ ਭਰ ਭਰ ਕੇ ਟ੍ਰੇਲਰ 'ਚ ਹੀ ਦੇ ਤੇ। ਹੁਣ ਉਹ ਇੱਕ ਨਸ਼ੈੜੀ ਉਹਨੂੰ ਕਹਿ ਰਿਹਾ ਆਪਣੀ ਘਰਵਾਲੀ ਛੱਡ ਜਾ, ਨਸ਼ਾ ਲੈ ਜਾ, ਕੀ ਸੁਣਨਾ ਪੈ ਰਿਹਾ ਬੰਦੇ ਨੂੰ, ਕਿੱਥੇ ਤੱਕ ਗਰਕ ਚੁੱਕਾ ਬੰਦਾ। ਜੇ ਲੋਕ ਇਹ ਚੀਜ਼ਾਂ ਨਹੀਂ ਫੜ ਸਕਦੇ ਫਿਰ ਸਾਡਾ ਕਸੂਰ ਨਹੀਂ ਹੈ, ਫਿਰ ਉਹਨਾਂ ਦੀ ਮਾਨਸਿਕਤਾ ਦਾ ਕਸੂਰ। ਉਹੀ ਮੈਂ ਕਹਿ ਰਹੀ ਹਾਂ। ਪਰ ਜਿਵੇਂ ਚਲੋ ਮੈਂ ਇੱਕ ਪੱਤਰਕਾਰ ਹਾਂ, ਮੈਨੂੰ ਵੀ ਹਰ ਤਰ੍ਹਾਂ ਦਾ ਸਵਾਲ ਕਰਨਾ ਚਾਹੀਦਾ। ਇਹ ਜਿਹੜਾ ਕਿ ਤੁਸੀਂ ਅੱਜ ਸਾਹਮਣੇ ਹੋ ਤਾਂ ਮੈਂ ਸਿਰਫ ਤੁਹਾਡੇ ਪੱਖ ਦੀ ਗੱਲ ਕਰਾਂ ਜਾਂ ਮੈਂ ਆਪਦੇ ਮਨ ਦੀ ਕੋਈ ਕੋਈ ਸਵਾਲ ਤੁਹਾਨੂੰ ਨਾ ਕਰਾਂ, ਪਰ ਜਦੋਂ ਅਸੀਂ ਜਿਵੇਂ ਪੋਸਟਰ ਪ੍ਰੈਜ਼ੈਂਟ ਕਰ ਰਹੇ ਹਾਂ ਕਿ ਉੱਥੇ ਸਮੋਕ ਕਰਦਾ ਹੋਇਆ ਦਿਖਾਇਆ ਜਾਣਾ ਜ਼ਰੂਰੀ ਸੀਗਾ, ਉਹਦੀ ਰਿਕੁਆਇਰਮੈਂਟ ਸੀਗੀ? ਮੈਨੂੰ ਇੱਕ ਚੀਜ਼ ਲੱਗਦਾ ਕਿ ਜਿਹੜਾ ਕਰੈਕਟਰ ਹੈ ਉਹ ਕਰੈਕਟਰ ਦਿਖਾਉਣਾ ਬਹੁਤ ਜ਼ਰੂਰੀ ਆ, ਜੋ ਕਰੈਕਟਰ ਹੈਗਾ ਉਹ ਕਰੈਕਟਰ ਲੋਕਾਂ ਨੂੰ ਦਿਖਾਉਣਾ ਬਹੁਤ ਜ਼ਰੂਰੀ ਆ। ਔਰ ਇੱਕ ਮੇਰੀ ਸੋਚ ਇਹ ਵੀ ਸੀ ਕਿ ਜੇ ਤੁਸੀਂ ਕਿਸੇ ਨਸ਼ੈੜੀ ਬੰਦੇ ਨੂੰ ਅਟਰੈਕਟ ਕਰਨਾ ਤਾਂ ਉਹਨੂੰ ਨਸ਼ਾ ਦਿਖਾ ਕੇ ਅਟਰੈਕਟ ਕੀਤਾ ਜਾ ਸਕੂਗਾ। ਜੇ ਕਿਸੇ ਬੰਦੇ ਦੀ ਮੈਂ ਨਸ਼ੈੜੀ ਦੀ ਕੰਪਨੀ ਕਰਨੀ ਹੋਊਗੀ, ਜੇ ਮੈਂ ਉਹਨੂੰ ਕਹੂੰਗਾ ਯਾਰ ਤੂੰ ਬੰਦਾ ਬਣ ਜਾ ਯਾਰ ਇਹ ਤੇਰੇ ਲਈ, ਉਹ ਸ਼ਾਇਦ ਮੈਨੂੰ ਛੱਡ ਜੂਗਾ ਜਾਂ ਮੇਰੇ ਤੋਂ ਚਿੜ ਜੂਗਾ ਜਾਂ ਮੈਨੂੰ ਮਾਰੂਗਾ। ਜੇ ਮੈਂ ਉਹਨੂੰ ਕਹੂੰਗਾ ਮੈਂ ਨਸ਼ਾ ਕਰਦਾ ਯਾਰ ਜਾਂ ਮੈਂ ਨਸ਼ੇ ਦਾ ਸਿਗਰਟ ਫੜਿਆ ਤਾਂ ਉਹ ਸ਼ਾਇਦ ਮੇਰੇ ਵੱਲ ਆਊਗਾ, ਸ਼ਾਇਦ ਮੈਂ ਉਹਨੂੰ ਲਿਆ ਕੇ ਸੁਧਾਰ ਸਕਾਂ ਅੰਦਰ ਵਾੜ ਕੇ ਸਿਨਮੇ ਦੇ ਕਿ ਯਾਰ ਸਿਨਮੇ 'ਚ ਹੁਣ ਤੂੰ ਆ ਜਾ ਦੇਖ ਕੀ ਮੈਸੇਜ ਹੈ। ਸ਼ਾਇਦ ਸਾਡੀ ਇਹ ਮਾਨਸਿਕਤਾ ਸੀ ਉਹਦੇ ਪਿੱਛੇ, ਤਾਂ ਮੈਂ ਖੁਦ ਕਦੇ ਲਾਈਫ ਦੇ ਵਿੱਚ ਸਿਗਰਟ ਟੱਚ ਨਹੀਂ ਕੀਤੀ। ਫਿਰ ਉਹਦੇ ਵਿੱਚ ਵੀ ਕਈ ਸਵਾਲ ਉੱਠੇ ਸੀ ਕਿ ਸਾਡੇ ਬੱਚੇ ਵਿਗਾੜ ਦੂੰਗੇ, ਕਿ ਤੁਹਾਡੀ ਪਰਵਰਿਸ਼ ਇੰਨੀ ਕਮਜ਼ੋਰ ਆ ਕਿ ਬੱਚੇ ਸਿਰਫ ਸਿਗਰਟ ਦੇਖ ਕੇ ਵਿਗੜ ਜਾਣਗੇ। ਸਾਡੇ ਲੱਖਾਂ ਮੈਨੂੰ ਲੱਗਦਾ ਕਿੰਨੇ ਲੋਕਾਂ ਨੇ ਸ਼ਰਾਬ ਦੇ ਥਾਂ ਤਾਂ ਹੋਰਡਿੰਗ ਲੱਗੇ ਨੇ, ਉਹਨਾਂ ਨੂੰ ਦੇਖ ਕੇ ਕੋਈ ਸ਼ਰਾਬ ਨਹੀਂ ਪੀਂਦਾ। ਹਮੇਸ਼ਾ ਜਿਹੜੀ ਸਾਡੀ ਆਲੇ ਦੁਆਲੇ ਕੰਪਨੀ ਹੁੰਦੀ ਹੈ ਨਾ, ਸੰਗਤ ਹੁੰਦੀ ਆ, ਉਹਨੂੰ ਦੇਖ ਕੇ ਬੰਦਾ ਵਿਗੜਦਾ। ਜਦੋਂ ਨੇੜੇ ਦੇ ਲੋਕ ਉਹਨੂੰ ਵਿਗਾੜਨਾ ਸ਼ੁਰੂ ਕਰਦੇ ਨੇ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ, ਮੈਂ ਬਹੁਤ ਛੋਟਾ ਸੀਗਾ, ਸੋ ਮੇਰਾ ਗੁਆਂਢੀ ਸਾਡਾ ਜੱਟ ਭਾਈ ਅਤੇ ਮੈਂ ਬਹੁਤ ਛੋਟਾ ਸੀ ਅਤੇ ਮੇਰੇ ਕੋਲ ਆ ਗਏ ਘਰ ਚੰਗੇ ਵੱਡੀ ਉਮਰ ਦੇ ਦਾੜੀ ਵਾਲੇ, ਮੈਨੂੰ ਕਹਿਣ ਲੱਗ ਗਏ ਛੋਟੇ ਬੱਚੇ ਨੂੰ ਕੀ ਸਿਕਸ਼ਾ ਦਿੱਤੀ ਜਾ ਰਹੀ ਹੈ, ਜ਼ਮੀਨਾਂ ਜ਼ਮੂਨਾਂ 'ਚ ਕੁਛ ਨਹੀਂ ਰੱਖਿਆ, ਇੰਨੀ ਜ਼ਮੀਨ ਹੈਗੀ ਵੇਚ, ਇੰਨੀ ਇੰਨਾ ਵਿਆਜ ਆਉਂਦਾ, ਇੰਨਾ ਸਾਰਾ ਕੁਛ ਆਉਂਦਾ, ਐਸ਼ ਦੀ ਜ਼ਿੰਦਗੀ 'ਚ, ਮਤਲਬ ਉਹ ਬੰਦਾ ਮੈਨੂੰ ਇਸ ਚੀਜ਼ ਲਈ ਕਹਿ ਰਿਹਾ ਸੀ ਕਿ ਤੂੰ ਆਪਣੀ ਜ਼ਮੀਨ ਵੇਚ ਦੇ। ਸੋ ਆਹ ਚੀਜ਼ਾਂ ਹੁੰਦੀਆਂ ਸੀਗੀਆਂ, ਖੜੀਆਂ ਕਣਕਾਂ ਨੂੰ ਅੱਗ ਲਾ ਜਾਣੀ, ਪਤਾ ਲੱਗਦਾ ਸੀ ਕਿਸੇ ਨੇ ਲਾਤੀ, ਜਾਂ ਤੁਹਾਡੇ ਕਿਸੇ ਚੀਜ਼ ਦੇ ਉੱਤੇ ਕੁਛ ਕਰ ਜਾਣਾ। ਸੋ ਇਹ ਚੀਜ਼ਾਂ ਸਮਾਜ ਦੇ ਲੋਕ ਹੀ ਕਰਦੇ ਨੇ।
ਅਤੇ ਆਈ ਵਾਜ਼ ਵੈਰੀ ਕਿਊਰੀਅਸ ਕਿ ਨਸ਼ਿਆਂ 'ਤੇ ਲਾਉਂਦਾ ਕੌਣ ਆ, ਮੈਨੂੰ ਬੰਦਾ ਦੱਸੋ ਤੁਹਾਨੂੰ ਲਾਇਆ ਕਿੰਨੇ ਆ, ਆਈ ਵਾਂਟ ਟੂ ਮੀਟ ਦੈਟ ਪਰਸਨ, ਕਿਹੜਾ ਆ ਜਿਹੜਾ ਗਲਤ ਰਸਤਿਆਂ 'ਤੇ ਤੋਰਦਾ ਔਰ ਤੁਹਾਨੂੰ ਕਿੰਨੇ ਤੋਰਿਆ। ਮੈਂ ਬਹੁਤ ਕਿਊਰੀਅਸ ਸੀ, ਮੈਂ ਉਹਨਾਂ ਨੂੰ ਕੁਐਸਚਨ ਕੀਤਾ, ਉਹ ਕਹਿੰਦੇ ਕਿ ਕੋਈ ਨਹੀਂ ਨਸ਼ਿਆਂ 'ਤੇ ਲਾਉਂਦਾ, ਕੋਈ ਜ਼ਬਰਦਸਤੀ ਨਹੀਂ ਤੁਹਾਨੂੰ ਤੁਹਾਡੇ ਮੂੰਹ 'ਚ ਪਾਉਂਦਾ, ਤੁਹਾਡੀ ਆਪਣੀ ਚੋਇਸ ਆ। ਸੋ ਹੁਣ ਜੇ ਪੋਸਟਰ ਦੇਖ ਕੇ ਤੁਸੀਂ ਸਮੋਕ ਕਰਦੇ ਹੋ, ਦੈਟ ਇਜ਼ ਯੋਰ ਚੋਇਸ। ਕੀ ਰੱਬ ਨੇ ਤੁਹਾਨੂੰ ਅਕਲ ਨਹੀਂ ਦਿੱਤੀ ਕੀ ਸਹੀ ਆ ਅਤੇ ਕੀ ਗਲਤ ਆ? ਨਹੀਂ ਦਿੱਤੀ ਤਾਂ ਫਿਰ ਫਿਲਮ ਦੇਖੋ ਆਣ ਕੇ, ਉਹਦੇ 'ਚ ਤਾਂ ਤੁਹਾਨੂੰ ਬਿਲਕੁਲ ਹਸ਼ਰ ਪਤਾ ਚੱਲੇਗਾ ਕੀ ਹੁੰਦਾ ਜੇ ਤੁਸੀਂ ਗਲਤ ਰਸਤਿਆਂ 'ਤੇ ਤੁਰਦੇ ਹੋ। ਬਿਲਕੁਲ, ਯੂ ਨੋ ਵਾਟ ਆਈ ਮੀਨ। ਸੋ ਇਹ ਪੋਸਟਰ ਇੱਕ ਵੇ ਟੂ ਅਟਰੈਕਟ ਪੀਪਲ ਕਿ ਆਓ ਦੇਖੋ ਜੇ ਤੁਸੀਂ ਆਹ ਕੰਮ ਕਰਦੇ ਤਾਂ ਤੁਹਾਡਾ ਇਹ ਹਸ਼ਰ ਹੁੰਦਾ। ਸੋ ਮੰਗਾ ਜੀ ਖੁਦ ਕਹਿੰਦੇ ਨੇ, ਜਿੱਦਾਂ ਮੈਂ ਕਿਹਾ ਕਿ ਇਹ ਤੁਹਾਡੀ ਆਪਣੀ ਚੋਇਸ ਆ, ਕੋਈ ਫੜ ਫੜ ਕੇ ਨਹੀਂ ਲਾਉਂਦਾ। ਕਿਉਂਕਿ ਮੈਂ ਬਹੁਤ ਕਿਊਰੀਅਸ ਸੀ ਜਾਣ ਲਈ ਕਿ ਇਹਨਾਂ ਨੂੰ ਕਿੰਨੇ ਨਸ਼ੇ 'ਤੇ ਲਾਇਆ, ਕੋਈ ਤਾਂ ਬੰਦਾ ਹੋਊਗਾ, ਕੋਈ ਪੀਅਰ ਪ੍ਰੈਸ਼ਰ ਹੋਊਗਾ, ਬਟ ਇਟਸ ਲਾਈਕ ਆਪਣੀ ਚੋਇਸ ਸੀਗੀ। ਬਿਲਕੁਲ, 14-15 ਸਾਲ ਦਾ ਮੇਰਾ ਭਰਾ ਸੀਗਾ ਉਸ ਟਾਈਮ, ਅਤੇ ਸਾਡਾ ਇੱਕ ਚਾਚਾ ਉਹਨੂੰ ਸਮਝਾ ਰਿਹਾ ਸੀ ਵੀ ਨਾ ਫੀਮ ਖਾ ਲੈਣੀ ਚਾਹੀਦੀ ਆ, ਕਿ ਖੂਨ 14-15 ਸਾਲ ਦੇ ਬੱਚੇ ਨੂੰ ਤੁਸੀਂ ਦੇਖੋ ਉਦੋਂ ਨਹੀਂ ਪਤਾ ਹੁੰਦਾ ਹੈਗਾ। ਅਤੇ ਉਹਨੇ ਘਰੇ ਆ ਕੇ ਗੱਲ ਸ਼ੇਅਰ ਕੀਤੀ ਕਿ ਮੈਨੂੰ ਵੀ, ਉਹ ਕਹਿੰਦੇ ਵੀ ਫੀਮ ਮਾੜੀ ਨਹੀਂ ਹੁੰਦੀ, ਇਹ ਵੀ ਖਾ ਲੈਣੀ ਚਾਹੀਦੀ, ਉਹਦੇ ਨਾਲ ਨਾ ਹਾਰਟ ਅਟੈਕ ਨਹੀਂ ਆਉਂਦਾ ਕਦੇ ਲਾਈਫ 'ਚ। ਉਹ ਬੱਚੇ ਨੂੰ ਕੀ ਹਾਰਟ ਅਟੈਕ ਆਉਣਾ, ਦੱਸੋ ਤੁਸੀਂ ਇਹ ਦੇਖੋ। ਮਤਲਬ ਵੀ ਕਈ ਵਾਰੀ ਅਸੀਂ ਗੱਲ ਕਰਨ ਲੱਗੇ ਹਾਂ ਵੀ ਜਾਂ ਉਹਨਾਂ ਨੇ ਜਾਣ ਬੁੱਝ ਕੇ ਕੀਤੀ ਵੀ ਫਾਦਰ ਨਹੀਂ ਹੈਗੇ, ਤਾਂ ਹੋ ਸਕਦਾ ਮਿਸ ਗਾਈਡ ਹੋ ਜਾਵੇ। ਫਿਲਮ ਦਿਖਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਮੈਨੂੰ ਲੱਗਦਾ, ਜਿੱਦਾਂ ਹੁਣ ਤੁਸੀਂ ਇਹ ਗੱਲ ਕਰ ਰਹੇ ਹੋ ਨਾ, ਖਾਸ ਕਰਕੇ ਸਰਟਨ ਏਜ ਜਿਹੜੀ ਹੁੰਦੀ ਆ, ਹੈ ਨਾ, ਕਿਉਂਕਿ ਉਦੋਂ ਬੱਚੇ ਬਹੁਤ ਨਾਈਵ ਹੁੰਦੇ, ਬਹੁਤ ਸੈਂਸਿਟਿਵ ਹੁੰਦੇ ਆ, ਭੋਲੇ ਹੁੰਦੇ ਆ। ਸੋ ਕਿਸੇ ਵੀ ਗੱਲ 'ਤੇ, ਜਿੱਦਾਂ ਤੁਸੀਂ ਹੁਣ ਜੇ ਬੱਚਾ ਲੱਗ ਜਾਂਦਾ, ਆਈ ਹੋਪ ਉਹ ਲੱਗਿਆ ਨਹੀਂ, ਬਿਲਕੁਲ, ਹੈ ਨਾ, ਬਿਲਕੁਲ। ਸੋ ਮੈਂ ਇਹੀ ਰਿਕੁਐਸਟ ਕਰਾਂਗੀ ਸਾਰੇ ਪੇਰੈਂਟਸ ਨੂੰ ਕਿ ਜੇ ਤੁਹਾਡੇ ਬੱਚੇ ਸਰਟਨ ਏਜ, ਆਈ ਥਿੰਕ ਮੇ ਬੀ ਅਬਵ ਟੀਨੇਜ ਜਾਂ ਓਵਰਲੀ ਏਜ ਦੇ ਵਿੱਚ ਹੈਗੇ, ਜਿੱਥੇ ਉਹਨਾਂ ਨੂੰ ਪਤਾ ਕਿ ਇਹ ਗਲਤ ਰਸਤਿਆਂ 'ਤੇ ਤੋਰ ਸਕਦੇ, ਜਦੋਂ ਆਪਾਂ ਘਰੇ ਬੈਠ ਕੇ ਬੱਚਿਆਂ ਨੂੰ ਸਮਝਾਉਂਦੇ ਨਹੀਂ ਸਮਝਦੇ, ਸਾਡੇ ਮੰਮੀ ਪਾਪਾ ਸਮਝਾਉਂਦੇ ਸੀ, ਅਸੀਂ ਸਮਝਦੇ ਸੀ, ਚਲੋ ਲੱਕੀਲੀ ਵਾਹਿਗੁਰੂ ਦੀ ਮਿਹਰ ਅਸੀਂ ਗਲਤ ਕੰਮਾਂ 'ਚ ਨਹੀਂ ਪਏ, ਹੈ ਨਾ। ਬਟ ਜਿੱਦਾਂ ਦਾ ਹੁਣ ਮਾਹੌਲ ਚੱਲ ਰਿਹਾ, ਬਹੁਤ ਸੌਖਾ ਹੈ ਬੱਚਿਆਂ ਨੂੰ ਕਨਵਿੰਸ ਕਰਨਾ। ਬਿਲਕੁਲ। ਸੋ ਅਗਰ ਇਹ ਫਿਲਮ ਆਪਾਂ ਦਿਖਾ ਦੇਵਾਂਗੇ, ਕਿਉਂਕਿ ਬੱਚੇ ਕਈ ਵਾਰੀ ਆਪਣੀ ਗੱਲ ਨਹੀਂ ਸਮਝਦੇ, ਪਰ ਜੇ ਫਿਲਮ ਦਿਖਾਵਾਂਗੇ ਤਾਂ ਪਤਾ ਚੱਲੇਗਾ ਕਿ ਨਹੀਂ, ਸੇ ਨੋ ਟੂ ਡਰੱਗਸ, ਆਹ ਕੰਮ ਹੋਣਾ ਸਾਡੇ ਨਾਲ ਨਹੀਂ ਤਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਇੰਟਰਵਿਊ 'ਚ ਮੈਂ ਬੋਲਿਆ ਕਿ ਮੇਰੇ ਫਾਦਰ ਨਹੀਂ ਸੀਗੇ, ਮਦਰ ਨੇ ਪਾਲਣ ਪੋਸ਼ਣ ਕੀਤਾ, ਅਤੇ ਮੇਰੇ ਮਦਰ ਨੇ, ਹੁਣ ਜਿਵੇਂ ਪਿੰਡਾਂ ਤੋਂ ਹੈਗਾ ਮੈਂ, ਤਾਂ ਸਾਡੇ ਨੌਕਰ ਜਿਹੜੇ ਸੀਰੀ ਆਪਾਂ ਕਹਿੰਦੇ ਉਹਨਾਂ, ਉਹ ਹਰ ਜਗ੍ਹਾ ਉਹਨਾਂ ਦੀਆਂ ਬੀੜੀਆਂ ਸਿਗਰਟਾਂ ਪਈਆਂ ਰਹਿੰਦੀਆਂ ਸੀ, ਸਾਡੇ ਬਾਹਰਲਾ ਘਰ ਜਿਹੜਾ ਡੰਗਰ ਵਾਲਾ ਹੁੰਦਾ ਬਾਗਲ, ਉਹਦੇ ਵਿੱਚ ਟਰਾਲੀ 'ਚ ਟਰੈਕਟਰ 'ਚ ਕਿਤੇ ਨਾ ਕਿਤੋਂ ਰੱਖੀ ਦਿੰਦੇ ਸੀਗੇ। ਸੋ ਅਸੀਂ ਬੱਚੇ ਸੀਗੇ, ਮੇਰੇ ਮਦਰ ਨੇ ਇੱਕ ਚੀਜ਼ ਸਾਨੂੰ ਸ਼ੁਰੂ ਤੋਂ ਮਾਇੰਡ ਦੇ ਵਿੱਚ ਪਾਤਾ ਸੀ ਕਿ ਪੁੱਤ ਸਿਗਰਟ ਬੀੜੀ ਨਸ਼ਾ, ਕਿਸੇ ਦੀ ਚੀਜ਼ ਡਿੱਗੀ ਸੋਨੇ ਦੀ ਉਹ ਵੀ ਵਾਪਸ ਕਰਨੀ ਆ, ਕਿਸੇ ਨਾਲ ਈਰਖਾ ਨਹੀਂ ਕਰਨੀ ਕਦੇ, ਸ਼ੁਰੂ ਤੋਂ ਮਤਲਬ ਉਹ ਸਾਨੂੰ ਇੱਦਾਂ ਹੀ ਫੀਡ ਕਰਦੇ ਰਹੇ। ਤਾਂ ਜੇ ਸਾਡਾ ਅੱਧਾ ਪਿੰਡ ਬੀੜੀਆਂ ਪਰ ਸਿਗਰਟਾਂ ਵਾਲਾ ਸੀਗਾ, ਮੇਰਾ ਪਿੰਡ, ਅੱਜ ਵੀ ਸ਼ਾਇਦ ਬਹੁਤ ਸਾਰੇ ਲੋਕ ਪੀਂਦੇ ਆ, ਤਾਂ ਜੇ ਕੋਈ ਧੂੰਆਂ ਵੀ ਆਉਂਦਾ ਉਹ ਤੋਂ ਵੀ ਦੂਰ, ਉਹੀ ਗੱਲ ਹੁੰਦੀ ਸੀ, ਜੇ ਸਾਡੀ ਮਦਰ ਨੇ ਸਾਨੂੰ ਇੰਨਾ ਭਰਤਾ ਦਿਮਾਗ ਦੇ ਵਿੱਚ, ਜੇ ਕੋਈ ਧੂੰਆਂ ਵੀ ਕਰਦਾ ਤਾਂ ਮੈਂ ਉੱਠ ਕੇ ਉੱਧਰ ਚਲਾ ਜਾਂਦਾ ਸੀਗਾ। ਬਿਲਕੁਲ, ਉਹ ਸਿਕਸ਼ਾ ਸੀਗੀ ਮੇਰੀ ਮਾਂ ਦੀ, ਹੈ ਨਾ, ਤਾਂ ਉਹ ਮੇਰੇ ਨਾਲ ਅੱਜ ਵੀ ਚੱਲ ਰਹੀ ਹੈ। ਸੋ ਤੁਸੀਂ ਆਪਣੇ ਬੱਚਿਆਂ ਨੂੰ ਸਿਖਾ ਕੀ ਰਹੇ ਹੋ? ਪੇਰੈਂਟਸ ਨੇ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਕਿਤੇ ਨਾ ਮੂੰਹ ਮੋੜ ਲਿਆ, ਹੈ ਨਾ। ਅੱਜ ਮੋਬਾਈਲ ਸਭ ਤੋਂ ਮਾੜੀ ਚੀਜ਼ ਹੈ, ਬੁਰੀ ਚੀਜ਼ ਹੈ, ਉਹ ਸਭ ਤੋਂ ਪਹਿਲਾਂ ਬੱਚੇ ਦੇ ਹੱਥ 'ਚ ਧਮਾ ਦਿੱਤੀ ਜਾਂਦੀ ਹੈ ਕਿ ਲੈ ਤੂੰ ਇੱਧਰ ਲੱਗ, ਮੈਂ ਆਪਣੇ ਕੰਮ 'ਚ ਬਿਜ਼ੀ ਹੋਵਾਂ, ਬਿਲਕੁਲ, ਤਾਂ ਉਹਨੂੰ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ 'ਚ ਬਿਜ਼ੀ ਕਰਕੇ ਰੱਖਤਾ। ਸੋ ਮੈਨੂੰ ਲੱਗਦਾ ਕਿ ਸਾਨੂੰ ਖੁਦ ਨੂੰ ਹੀ ਇੱਦਾਂ ਆਪਣੇ ਬੱਚਿਆਂ ਨੂੰ ਟੀਚ ਕਰਨਾ ਚਾਹੀਦਾ ਕਿ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣ, ਔਰ ਜਿਵੇਂ ਤੁਸੀਂ ਕਿਹਾ ਕਿ ਜੇ ਛੋਟੇ ਬੱਚੇ ਦੇ ਦਿਮਾਗ 'ਚ ਜੋ ਤੁਸੀਂ ਫੀਡ ਕਰ ਦੋਗੇ ਨਾ, ਉਹੀ ਚੱਲੂਗਾ, ਬਿਲਕੁਲ, ਉਹ ਨਾਲ ਨਾਲ ਲੈ ਕੇ ਚੱਲਦਾ ਉਹ। ਇੱਕ ਹੋਰ ਚੀਜ਼ ਆ, ਪਹਿਲੀ ਗੱਲ ਤਾਂ ਮੈਨੂੰ ਇਹ ਵੀ ਸੁਣਨ 'ਚ ਆਈ ਸੀਗੀ ਕਿ ਬਿਨਾਂ ਕਿਸੇ ਕੱਟ ਤੋਂ ਇਹ ਫਿਲਮ ਨੂੰ ਸੈਂਸਰ ਮਿਲਿਆ। ਬਹੁਤ ਵਧੀਆ ਜੀ, ਇਹ ਸਾਨੂੰ UA ਮਿਲਿਆ ਨਾਲੇ, ਔਰ ਸੈਂਸਰ ਵਾਲੇ ਨੇ ਤਾਰੀਫ ਕੀਤੀ ਮੈਨੂੰ, ਮਨਦੀਪ ਬਾਈ ਨੇ ਕਿਹਾ, ਮਨਦੀਪ ਕਹਿੰਦੇ ਉਹਨਾਂ ਨੇ ਬਕਾਇਦਾ ਮਨਦੀਪ ਬਾਈ ਨੂੰ ਕਹਿੰਦੇ ਬਹੁਤ ਇਮੋਸ਼ਨਲ ਫਿਲਮ ਬਣਾਈ ਹੈ ਯਾਰ, ਬਹੁਤ ਵੱਡਾ ਮੈਸੇਜ ਲੈ ਕੇ ਆ ਰਹੇ ਹੋ ਤੁਸੀਂ, ਸੈਂਸਰ ਨਹੀਂ ਇਹ ਗੱਲ ਨਹੀਂ ਕਰਦਾ ਹੁੰਦਾ ਕਿਸੇ ਕੋਲ। ਸੋ ਮਨਦੀਪ ਬਾਈ ਨੇ ਜਦੋਂ ਇਹ ਗੱਲ ਕਹੀ ਤਾਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਯਾਰ ਅਸੀਂ ਕੁਝ ਚੰਗਾ ਲੈ ਕੇ ਆ ਰਹੇ ਹਾਂ ਲੋਕਾਂ ਲਈ। ਬਿਲਕੁਲ। ਇੱਕ ਚੀਜ਼ ਹੋਰ, ਜਿਵੇਂ ਜਿਨ੍ਹਾਂ ਨੇ ਮੰਗੇ ਦੀ ਇੱਕ ਕਿਤਾਬ ਵੀ ਪੜ੍ਹੀ ਜਾਂ ਥੋੜ੍ਹਾ ਬਹੁਤਾ ਉਹਨਾਂ ਨੂੰ ਜਾਣਦੇ ਨੇਗੇ, ਤਾਂ ਫਿਲਮ ਦੇ ਟ੍ਰੇਲਰ ਦੇਖਣ ਤੋਂ ਬਾਅਦ, ਸਿਰਫ ਟ੍ਰੇਲਰ ਦੇਖਣ ਤੋਂ ਬਾਅਦ ਉਹਨਾਂ ਦਾ ਇਹ ਫੀਡਬੈਕ ਆ, ਉਹ ਕਹਿੰਦੇ ਵੀ ਮੰਗਾ ਗੈਂਗਸਟਰ ਨਹੀਂ ਸੀਗਾ, ਮੰਗਾ ਡਰੱਗ ਐਡਿਕਟਿਡ ਸੀਗਾ। ਨਹੀਂ, ਮੈਂ ਤੁਹਾਨੂੰ ਦੱਸਦਾ ਕਿ ਜਿਵੇਂ ਮੇਰੀ ਇਮੇਜ ਬਣੀ ਹੋਈ ਹੈ ਲੋਕਾਂ 'ਚ, ਮੈਂ ਹਰ ਉਹ 'ਚ ਕਹਿ ਕੇ ਅਸੀਂ 30% ਇਹਦੇ ਵਿੱਚ ਫਿਕਸ਼ਨ ਕੀਤੀ ਹੈ, ਉਹ ਜਿਹੜਾ ਕਾਲਜ ਲਾਈਫ, ਉਹ ਜਿਹੜਾ ਐਕਸ਼ਨ ਮੇਰੇ ਨਾਲ ਜੁੜਿਆ ਹੋਇਆ ਤਾਂ ਅਸੀਂ ਉਸ ਐਕਸ਼ਨ ਐਡ ਕੀਤਾ। ਇਹ ਨਹੀਂ ਹੈ ਕਿ ਮੰਗੇ ਨੇ ਲੜਾਈਆਂ ਨਹੀਂ ਕੀਤੀਆਂ, ਮੰਗੇ ਨੇ ਲੜਾਈਆਂ ਵੀ ਕੀਤੀਆਂ ਨੇ, ਇੱਕ ਕਿਤਾਬ ਦੇ ਵਿੱਚ ਜ਼ਿਕਰ ਹੈਗਾ ਉਹਨਾਂ ਚੀਜ਼ਾਂ ਦਾ, ਬਟ ਉਹਨਾਂ ਲੜਾਈਆਂ ਨੂੰ ਅਸੀਂ ਥੋੜ੍ਹਾ ਜਿਹਾ ਫਿਲਮੀ ਹਿਸਾਬ ਨਾਲ ਪੇਸ਼ ਕੀਤਾ, ਉਹ ਇਸ ਕਰਕੇ ਲੱਗ ਰਿਹਾ, ਅਦਰਵਾਈਜ਼ ਉਹ ਸਾਰਾ
ਟੀਚਰ ਬਣਨਾ, ਸਾਰਾ ਕੁਛ ਨਿਕਲ ਕੇ ਆਉਣਾ, ਯਾਰੀ ਦੋਸਤੀ, ਕੁਛ ਚੀਜ਼ਾਂ ਮੈਂ 30% ਅਸੀਂ ਆਪ ਕਹਿ ਰਹੇ ਹਾਂ ਸਾਰੀ ਔਡੀਅੰਸ ਨੂੰ ਕਿ ਅਸੀਂ ਫਿਕਸ਼ਨਲੀ ਉਹ ਚੀਜ਼ਾਂ ਪਾਈਆਂ ਨੇ ਵਿੱਚ, ਕਿਉਂਕਿ ਇਹ ਬਾਇਓਪਿਕ ਆ, ਜਿਵੇਂ 30% ਤੁਸੀਂ ਕਹਿ ਰਹੇ ਹੋ ਕਿ ਫਿਕਸ਼ਨ ਐਡ ਕੀਤੀ ਆ, ਜਿਵੇਂ ਅੰਮ੍ਰਿਤ ਨਾਲ ਜੁੜੀਆਂ ਹੋਈਆਂ ਚੀਜ਼ਾਂ ਕਈ ਵਾਰੀ ਉਹ ਇੰਟਰਵਿਊ 'ਚ ਕਹਿਣ ਤੋਂ ਵੀ ਗੁਰੇਜ਼ ਕਰਦੇ ਨੇ ਵੀ ਉਹਨਾਂ ਦੀ ਲਵ ਸਟੋਰੀ ਅਤੇ ਉਹਨਾਂ ਦੇ ਵਿਆਹ ਵਾਲੇ ਦਿਨ ਦਾ ਜਿਹੜਾ ਲਾਵਾਂ ਵਾਲਾ ਪਾਰਟ ਉਹ ਇਸ ਕਿਤਾਬ 'ਚ ਵੀ ਉਹਨਾਂ ਨੇ ਨਹੀਂ ਲਿਖਿਆ ਹੈਗਾ ਕਿਉਂਕਿ ਅੰਮ੍ਰਿਤ ਨਹੀਂ ਸੀ ਚਾਹੁੰਦੀ। ਤਾਂ ਅੰਮ੍ਰਿਤ ਨਾਲ ਜੁੜੇ ਹੋਏ ਕੁਛ ਇੱਦਾਂ ਦੇ ਸੀਨ ਤਾਂ ਨਹੀਂ ਹੋਣਗੇ ਉਹ 30% ਫਿਕਸ਼ਨਲ ਦੇ ਵਿੱਚ ਜਿਹੜੇ ਕਿ ਲੋਕਾਂ ਨੂੰ ਫਿਲਮ ਦੇਖਣ ਤੋਂ ਬਾਅਦ ਕਿਤੇ ਉਹ ਸੱਚੇ ਲੱਗਣ ਲੱਗ ਜਾਣ, ਫਿਲਮ ਦੇ ਲਈ ਸਿਰਫ ਇੱਕ ਫਿਕਸ਼ਨ ਹੋਵੇ ਪਰ ਉਹਨਾਂ ਦੀ ਅਸਲ ਜ਼ਿੰਦਗੀ ਦੇ ਲਈ ਉਹ ਪ੍ਰੋਬਲਮ ਨਹੀਂ। ਅਸੀਂ ਵਿਆਹ ਵਾਲਾ ਪਾਰਟ ਅਸੀਂ ਛੱਡ ਹੀ ਦਿੱਤਾ ਸੀਗਾ ਕਿਉਂਕਿ ਅਸੀਂ ਸਿੱਧਾ ਉਹ ਜਿਹੜਾ ਇੱਕ ਪਾਸੇ ਕਾਲਜ ਦੀ ਲਾਈਫ ਚੱਲ ਰਹੀ ਆ ਅਤੇ ਫਿਰ ਸਿੱਧਾ ਅਸੀਂ ਨਾਲ ਨਾਲ ਜਿਹੜੀ ਇਹਨਾਂ ਦੀ ਫੈਮਿਲੀ ਲਾਈਫ ਹੈਗੀ ਉਹ ਵਾਲੀ ਲਾਈਫ ਅਸੀਂ ਫਿਲਮ ਦੇ ਵਿੱਚ ਦਿਖਾਈ ਹੈ ਜਿੱਥੇ ਉਹ ਨਸ਼ੇ ਕਰਨੇ ਕਾਲਜ ਤੋਂ ਸ਼ੁਰੂ ਕਰਕੇ ਆਪਣੇ ਜੀਵਨ ਦੇ ਵਿੱਚ ਆ ਗਿਆ ਸੀ ਜਿੱਥੇ ਹੌਲੀ ਹੌਲੀ ਅੰਮ੍ਰਿਤ ਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ, ਡਾਊਟ ਹੋਣਾ ਸ਼ੁਰੂ ਹੁੰਦਾ ਕਿ ਇਹ ਬੰਦਾ ਨਸ਼ੇ ਕਰਦਾ ਕਿਤੇ ਨਾ ਕਿਤੇ, ਝੂਠ ਬੋਲਦਾ, ਬਹਾਨੇ ਮਾਰਦਾ। ਉਹ ਵਾਲਾ ਪਾਰਟ ਅਸੀਂ ਰੱਖਿਆ ਸੀ, ਕੋਈ ਵੀ ਇੱਦਾਂ ਦਾ ਪਾਰਟ ਨਹੀਂ ਰੱਖਿਆ ਜਿਹਦੇ ਨਾਲ ਫੈਮਿਲੀ ਨੂੰ ਓਬਜੈਕਸ਼ਨ ਹੋਵੇ। ਜਿਹੜਾ ਪਾਰਟ ਉਹੀ ਨਹੀਂ ਦਿਖਾਉਣਾ ਚਾਹੁੰਦੇ ਉਹ ਸਾਡੇ, ਜੇ ਅਸੀਂ ਦਿਖਾਵਾਂਗੇ ਤਾਂ ਫਿਰ ਸਾਡੇ ਲਈ ਚੰਗੀ ਗੱਲ। ਐਬਸੋਲਿਊਟਲੀ, ਬਟ ਮੈਂ ਇੱਕ ਗੱਲ ਦੇਖੀ, ਬਹੁਤ ਓਪਨ ਮਾਈਂਡਡ ਆ। ਜਿਸ ਟਾਈਮ 'ਤੇ ਕਿਤਾਬ ਲਿਖੀ ਗਈ ਆ ਉਹ ਪਹਿਲਾਂ ਦਾ ਟਾਈਮ ਸੀ, ਜਦੋਂ ਹੁਣ ਮੇਰੀ ਰੀਸੈਂਟ ਮੁਲਾਕਾਤ ਉਹਨਾਂ ਨਾਲ ਹੋਈ ਆ ਐਂਡ ਗੱਲਬਾਤ ਕੈਮਰਾਜ਼ ਔਨ ਸੀਗੇ, ਔਨ ਰੈਕੋਰਡ ਗੱਲਬਾਤ ਹੋਈ ਆ। ਤਾਂ ਮੈਂ ਉਹਨਾਂ ਨੂੰ ਪਹਿਲਾਂ ਪੁੱਛਿਆ ਮੈਂ ਕਿ ਕੋਈ ਇੱਦਾਂ ਦਾ ਸਵਾਲ ਮੈਂ ਤੁਹਾਨੂੰ ਨਹੀਂ ਕਰਨਾ ਚਾਹਾਂਗੀ ਜਿਹਦੇ ਨਾਲ ਤੁਸੀਂ ਹਰਟ ਹੋਵੋ ਜਾਂ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਨਹੀਂ ਕਰਨਾ, ਜਿਹੜਾ ਪਰਸਨਲ। ਕਹਿੰਦੇ ਨਹੀਂ, ਤੁਸੀਂ ਮੈਨੂੰ ਕੁਛ ਵੀ ਪੁੱਛ ਸਕਦੇ ਹੋ, ਹੈ ਨਾ। ਐਂਡ ਇਹ ਰਿਕਾਰਡ ਹੋਇਆ ਔਰ ਹਾਂਜੀ, ਐਂਡ ਉਹਨਾਂ ਨੇ ਖੁਦ ਆਪਣੀ ਲਾਈਫ ਬਾਰੇ ਦੱਸਿਆ ਕਿ ਮੈਂ ਇਹ ਆਈ ਐਮ ਸ਼ੋਰ ਇਹ ਪਾਉਣਗੇ ਵੀ ਜਲਦੀ ਨੈੱਟ 'ਤੇ, ਕਿ 20 ਦਿਨਾਂ ਤੋਂ ਬਾਅਦ ਮੈਨੂੰ ਪਤਾ ਚੱਲ ਗਿਆ ਸੀ ਕਿ ਕੁਛ ਗੜਬੜ ਹੈਗਾ ਮੂਡ ਔਰ ਪਰਸਨੈਲਿਟੀ ਦੇ ਵਿੱਚ, ਕਿ ਮੇਰਾ ਹਸਬੈਂਡ ਡਿਫਰੈਂਟ ਬਿਹੇਵ ਕਰ ਰਿਹਾ। ਸੋ ਆਈ ਵਾਜ਼ ਵੈਰੀ ਰਿਲਕਟੈਂਟ ਕਿ ਮੈਂ ਕੁਛ ਇੱਦਾਂ ਨਾ ਨਾ ਪੁੱਛ ਲਾਂ, ਬਟ ਸ਼ੀ ਵਾਜ਼ ਲਾਈਕ ਨੋ, ਯੂ ਕੈਨ ਆਸਕ ਮੀ ਐਨੀਥਿੰਗ, ਬਿਕੋਜ਼ ਉਹ ਚਾਹੁੰਦੇ ਆ, ਕਿਉਂਕਿ ਜੇ ਐਡੀ ਵੱਡੀ ਫਿਲਮ ਬਣ ਗਈ ਉਹ ਚਾਹੁੰਦੇ ਆ ਕਿ ਲੋਕ ਜਿਹੜੇ ਸੰਘਰਸ਼ 'ਚੋਂ ਮੈਂ ਨਿਕਲੀ ਹਾਂ ਕਿਸੇ ਲੇਡੀ ਨੂੰ ਇਹ ਚੀਜ਼ ਸਫ਼ਰ ਨਾ ਕਰਨੀ ਪਵੇ। ਸੋ ਸ਼ੀ ਇਜ਼ ਵੈਰੀ ਓਪਨ ਮਾਈਂਡਡ ਇਨ ਟਰਮਸ ਆਫ ਦੈਟ। ਉਸ ਟਾਈਮ 'ਤੇ ਜਦੋਂ ਸ਼ਾਇਦ ਨਾ ਹੋਵੇ ਉਸ ਤਰ੍ਹਾਂ ਦਾ ਮਾਹੌਲ, ਬੰਦੇ ਦਾ ਚੇਂਜ ਹੋ ਜਾਂਦਾ, ਹੈ ਨਾ ਮਾਈਂਡ ਸੈੱਟ। ਅਤੇ ਹੁਣ ਜਦੋਂ ਫਿਲਮ ਬਣ ਰਹੀ ਆ ਉਹ ਕਹਿੰਦੇ ਕਿ ਨਹੀਂ, ਐਨੀਥਿੰਗ ਯੂ ਕੈਨ ਆਸਕ। ਇੱਕ ਚੀਜ਼ ਮੈਨੂੰ ਹੋਰ ਦੱਸੋ ਭਾਜੀ, ਕਿ ਜਦੋਂ ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਤੇ ਫਿਲਮ ਬਣਾਉਂਦੇ ਹਾਂ, ਕਈ ਵਾਰ ਫਿਲਮ ਦੇਖਦਿਆਂ ਹੋਇਆ, ਸੀਨ ਫਿਲਮਾਉਂਦਿਆਂ ਹੋਇਆ ਜਾਂ ਮੇਕਿੰਗ ਕਰਦਿਆਂ ਹੋਇਆ, ਉਹ ਇੰਨੇ ਜ਼ਿਆਦਾ ਫਿਲਮੀ ਕਰ ਦਿੱਤੇ ਜਾਂਦੇ ਆ ਕਿ ਆਡੀਅੰਸ ਨੂੰ ਦੇਖਦਿਆਂ ਹੋਇਆ ਲੱਗਦਾ ਵੀ ਇਹ ਫਿਲਮ 'ਚ ਹੀ ਹੋ ਸਕਦਾ, ਅਸਲ ਜ਼ਿੰਦਗੀ 'ਚ ਨਹੀਂ ਹੋ ਸਕਦਾ। ਪਰ ਉਹੀ ਕਹਾਣੀ ਜਦੋਂ ਮੰਨ ਲਓ ਵੀ ਤੁਹਾਡੀ ਉਹ ਕਹਾਣੀ ਆ, ਤੁਸੀਂ ਮੈਨੂੰ ਆਹਮੋ ਸਾਹਮਣੇ ਬੈਠ ਕੇ ਸੁਣਾ ਰਹੇ ਹੋ, ਤਾਂ ਉਹ ਚੀਜ਼ ਮੈਨੂੰ ਫਿਰ ਹੈਰਾਨ ਕਰੂ ਕਿ ਵੀ ਇੱਦਾਂ ਵੀ ਹੋ ਸਕਦਾ ਆ। ਤਾਂ ਲੱਗਦਾ ਹੈ ਕਿ ਜਦੋਂ ਆਪਾਂ ਕਿਸੇ ਦੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਫਿਲਮ ਦੇ ਵਿੱਚ ਤਬਦੀਲ ਕਰ ਦਿੰਦੇ ਹਾਂ ਤਾਂ ਅਸੀਂ ਉਹਦੀ ਸਾਦਗੀ ਨੂੰ ਖਤਮ ਕਰ ਦਿੰਦੇ ਹਾਂ। ਅਸਲ 'ਚ ਮੈਂ ਤੁਹਾਨੂੰ ਉਹੀ ਕਹੂੰਗਾ ਨਾ, ਜਿਹੜੀ ਹੁਣ 30% ਫਿਕਸ਼ਨਲ ਦੀ ਗੱਲ ਕਰਦਾ ਮੈਂ, ਫਿਕਸ਼ਨ ਕੀਤੀ ਹੈ, ਅਸਲ 'ਚ ਸਾਡਾ ਸਿਨੇਮਾ ਜੇ ਅਸੀਂ ਬਿਲਕੁਲ ਰਿਐਲਿਟੀ ਦੇ ਨੇੜੇ ਤੇੜੇ ਉੱਦਾਂ ਦਾ ਸਿਨੇਮਾ ਕਰਨਾ ਚਾਹਵਾਂਗੇ, ਕੁਛ ਲੋਕ ਕਰਦੇ ਵੀ ਨੇ ਬਟ ਕਾਮਯਾਬ ਨਹੀਂ ਹੋ ਸਕੇ, ਤਾਂ ਇਹ ਸਾਡੀ ਤ੍ਰਾਸਦੀ ਹੈ। ਮੈਂ ਖੁਦ ਚਾਹੁੰਦਾ ਕਿ ਯਾਰ ਸਾਰੀਆਂ ਚੀਜ਼ਾਂ ਰੀਅਲ ਦੇ ਵਿੱਚ ਨੇ, ਉੱਦਾਂ ਹੀ ਪੇਸ਼ ਕੀਤੀਆਂ ਜਾਣ। ਸੋ ਜ਼ਰੂਰੀ ਨਹੀਂ ਕਿ ਪਿੱਛੇ ਬਹੁਤ ਬੈਕਗ੍ਰਾਉਂਡ ਮਿਊਜ਼ਿਕ ਵੱਜੇ, ਉਹ ਫਿਲਮੀ ਕੰਮ ਹੈ ਕਿ ਮਿਊਜ਼ਿਕ ਵੱਜੇ, ਜ਼ਰੂਰੀ ਨਹੀਂ ਹੈ ਕਿ ਉੱਦਾਂ ਦੇ ਗਾਣੇ ਹੋਣ ਜਾਂ ਸਾਰਾ ਕੁਛ ਹੋਵੇ, ਬਟ ਆਡੀਅੰਸ ਡਿਮਾਂਡ ਕਰਦੀ ਹੈ ਕੀ ਕਰੂਗਾ ਪ੍ਰੋਡਿਊਸਰ ਜਾਂ ਮੇਕਰਸ ਕੀ ਕਰਨਗੇ। ਹੁਣ ਜੇ ਕਿਸੇ ਬੰਦੇ ਨੇ ਇੰਨਾ ਇਨਵੈਸਟ ਕੀਤਾ ਤਾਂ ਉਹ ਚਾਹੁੰਦਾ ਵੀ ਹੈ ਕਿ ਯਾਰ ਮੈਂ ਪੈਸੇ ਵੀ ਕਮਾਵਾਂ ਅਤੇ ਮੇਰਾ ਇਹ ਇੱਕ ਸ਼ੌਕ ਵੀ ਹੈ ਫਿਲਮਾਂ ਬਣਾਉਣਾ ਅਤੇ ਮੈਂ ਅੱਗੇ ਵੀ ਕੰਮ ਕਰਾਂ, ਤਾਂ ਉਹ ਚੀਜ਼ ਕਿਤੇ ਨਾ ਕਿਤੇ ਮਜਬੂਰ ਕਰ ਦਿੰਦੀ ਹੈ ਬੰਦੇ ਨੂੰ ਥੋੜ੍ਹਾ ਬਹੁਤ ਆਹ ਚੀਜ਼ਾਂ ਕਰਨ ਲਈ। ਅਦਰਵਾਈਜ਼ ਜੇ ਸਾਡਾ ਸਿਨੇਮਾ ਲੋਕ ਇੱਦਾਂ ਦਾ, ਇੱਦਾਂ ਦੀ ਸਾਡੀ ਆਡੀਅੰਸ ਦਾ ਦਾਇਰਾ ਹੋਵੇ, ਵੱਡਾ ਦਾਇਰਾ, ਜਿਹੜੀ ਇੱਦਾਂ ਦੀਆਂ ਫਿਲਮਾਂ ਵੀ ਦੇਖਣੀਆਂ ਪਸੰਦ ਕਰੇ, ਤਾਂ ਫਿਰ ਕਿਉਂ ਨਾ ਅਸੀਂ ਬਿਲਕੁਲ ਹੀ ਰਿਐਲਿਟੀ ਦੇ ਨੇੜੇ ਫਿਲਮਾਂ ਕਰਾਂਗੇ, ਐਂਟਰਟੇਨਮੈਂਟ ਲਈ ਹੁੰਦਾ, ਹੈ ਨਾ। ਲੋਕ ਆਉਂਦੇ, ਦੇਖੋ ਫਸਟ ਜਿਹੜਾ ਪਰਪਸ ਆਪਾਂ ਕਹਿ ਸਕਦੇ ਹਾਂ ਸਿਨੇਮੇ ਦਾ ਤਾਂ ਉਹ ਐਂਟਰਟੇਨਮੈਂਟ ਹੈ, ਐਂਟਰਟੇਨਮੈਂਟ ਲਈ ਲੋਕ ਆਉਂਦੇ ਨੇ। ਹੁਣ ਜੇ ਉਹ ਚੀਜ਼ ਨੂੰ ਆਪਾਂ ਮਿਸ ਕਰ ਦਾਂਗੇ ਤਾਂ ਲੋਕ ਸ਼ਾਇਦ ਨਹੀਂ ਆਉਣਗੇ। ਮੇਰੇ ਖਿਆਲ 'ਚ ਮੈਂ ਹੁਣ ਨਾਮ ਨਹੀਂ ਲਊਂਗਾ, ਕਾਫੀ ਬੰਦਿਆਂ ਨੇ ਟਰਾਈ ਕੀਤਾ ਉੱਦਾਂ ਦਾ ਸਿਨੇਮਾ ਜਿੱਦਾਂ ਹੀ ਤੁਸੀਂ ਗੱਲ ਕਰ ਰਹੇ ਹੋ, ਬਟ ਉਹ ਬੰਦੇ ਅੱਜ ਵਿਚਾਰੇ ਪਿਛਲੀ ਲਾਈਨ 'ਚ ਨੇ, ਮੈਂ ਉਹਨਾਂ ਨਾਲ ਕੰਮ ਕਰਨਾ ਚਾਹੂੰਗਾ, ਬਟ ਹੁਣ ਸਾਡੀ ਆਡੀਅੰਸ ਹੀ ਨਹੀਂ ਹੈਗੀ ਉੱਦਾਂ ਦੀ। ਜਾਂ ਤਾਂ ਫਿਰ ਕੋਈ ਇੱਦਾਂ ਦਾ ਪ੍ਰੋਡਿਊਸਰ ਹੋਵੇ ਜਿਹੜਾ ਕਹੇ ਯਾਰ ਕੋਈ ਚੱਕਰ ਨਹੀਂ, ਜੇ ਮੇਰੇ ਡੁੱਬ ਗਏ ਤਾਂ ਡੁੱਬ ਗਏ, ਤੁਸੀਂ ਕਰੋ ਯਾਰ, ਮੈਂ ਤਿਆਰ ਬੈਠਾ ਇਹਦੇ ਲਈ, ਫਿਰ ਅਸੀਂ ਕਰ ਸਕਦੇ ਹਾਂ। ਉਹ ਤਾਂ ਕੋਈ ਐਂਜਲ ਇਨਵੈਸਟਰ ਹੀ ਫਿਰ ਉਹੀ ਹੈ ਨਾ ਸਿਨੇਮਾ, ਦੇਖੋ ਇੱਦਾਂ ਦਾ ਹੋ ਸਕੇ ਕੋਈ ਬੰਦਾ ਰਿਸਕ ਲਵੇ ਉੱਦਾਂ ਦਾ ਕਰੇ, ਫਿਰ ਹੋ ਸਕਦਾ ਜੇ ਉੱਦਾਂ ਦੀ ਆਡੀਅੰਸ ਦਾ ਦਾਇਰਾ ਬਹੁਤ ਛੋਟਾ ਹੈ। ਔਰ ਸਾਡੇ ਤਾਂ ਕਿਤੇ ਨਾ ਕਿਤੇ ਮਸਾਲਾ ਪੰਜਾਬੀ ਸਾਰੇ ਦੇਖਣਾ ਚਾਹੁੰਦੇ ਨੇ, ਅੱਜ ਸਾਡੇ ਸਾਊਥ ਦੇ ਸਿਨੇਮੇ ਨੂੰ ਕਿੰਨਾ ਐਪਰੀਸ਼ੀਏਟ ਕਰ ਰਹੇ ਨੇ, ਮਸਾਲਾ ਫਿਲਮਾਂ ਨੇ ਬਿਲਕੁਲ, ਹੈ ਨਾ। ਉਹ ਬੱਲੇ ਬੱਲੇ ਕਰਾ ਰਹੀਆਂ ਨੇ ਪੰਜਾਬ 'ਚ, ਕਦੇ ਤੁਸੀਂ ਸੋਚਿਆ ਸੀਗਾ ਕਿ ਇੱਕ KGF ਵਰਗੀ ਫਿਲਮ ਆਊਗੀ ਅਤੇ ਉਹ ਇੰਨਾ ਬਿਜ਼ਨਸ ਪੰਜਾਬ 'ਚੋਂ ਕਰਕੇ ਜਾਊਗੀ, ਪਰ ਉਹ ਟੋਟਲੀ ਮਸਾਲਾ ਫਿਲਮ ਹੈ ਜੇ ਤੁਸੀਂ ਦੇਖੋ ਤਾਂ, ਬਿਲਕੁਲ। ਸੋ ਇਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ,
ਅਸਲ ਟਾਈਟਲ ਆਪਾਂ ਉਹਨਾਂ ਟਾਈਮ ਤੱਕ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦੇ ਵੀ ਤਾਂ ਕਿ ਲੋਕ ਜਾ ਕੇ ਉਹ ਕਹਾਣੀ ਨਾ ਪੜ੍ਹ ਲੈਣ, ਤਾਂ ਕਿ ਉਹ ਫਿਲਮ 'ਤੇ ਇਫੈਕਟ ਨਾ ਪਵੇ। ਸੋ ਤੁਹਾਡੇ ਮਨ 'ਚ ਕੋਈ ਡਾਊਟ ਹੈ ਇਸ ਚੀਜ਼ ਨੂੰ? ਨਹੀਂ, ਅਸੀਂ ਤਾਂ ਪ੍ਰਮੋਟ ਕੀਤੀ ਕਿਤਾਬ ਦੱਬ ਕੇ, ਅਸੀਂ ਕਿਹਾ ਜੇ ਲੋਕ ਇਹ ਚੀਜ਼ ਨੂੰ ਪੜ੍ਹਨਗੇ ਅਤੇ ਉਹਨੂੰ ਪਰਦੇ 'ਤੇ ਜਦੋਂ ਦੇਖਣਗੇ ਤਾਂ ਮੈਨੂੰ ਲੱਗਦਾ ਇਹ ਡਬਲ ਇੰਪੈਕਟ ਕਰ ਰਹੀਆਂ ਚੀਜ਼ਾਂ। ਇੱਕ ਚੀਜ਼ ਅਸੀਂ ਪੜ੍ਹੀ, ਸਾਨੂੰ ਪਤਾ ਇਹ ਚੀਜ਼ ਪੜ੍ਹਨ 'ਚ ਬਹੁਤ ਖੂਬਸੂਰਤ ਹੈ ਯਾਰ, ਬਟ ਜੇ ਇਹ ਫਿਲਮਾ ਕੇ ਮੇਰੇ ਸਾਹਮਣੇ ਆਊਗੀ ਤਾਂ ਇਹ ਕਿਵੇਂ ਦੀ ਹੋਊਗੀ? ਤਾਂ ਮੈਨੂੰ ਅੱਜ ਉਹ ਸੀਨ ਤੁਸੀਂ ਦੇਖ ਲਓ, ਹੁਣ ਅਸੀਂ ਪ੍ਰੋਮੋ ਛੱਡਿਆ ਸੀਗਾ, ਮਾਂ ਨੂੰ ਕਹਿੰਦਾ ਕੀ ਖਾਧਾ ਕੀ ਖਾਧਾ, ਉਹ ਇੰਨਾ ਚੱਲ ਗਿਆ, ਇੰਨਾ ਐਪਰੀਸ਼ੀਏਟ ਕੀਤਾ ਲੋਕਾਂ ਨੇ ਉਹ, ਤਾਂ ਉਹ ਮੇਰੇ ਖਿਆਲ 'ਚ ਕਿਤਾਬ 'ਚ ਉਹਨਾਂ ਮਜ਼ਾ ਲੋਕਾਂ ਨੂੰ ਨਹੀਂ ਆਇਆ ਹੋਊਗਾ ਜਿੰਨਾ ਉਹ ਸਾਹਮਣੇ ਦੇਖ ਕੇ ਕਿਰਦਾਰ ਨੂੰ ਵਿਜੂਅਲੀ ਦੇਖ ਕੇ ਉਹਨਾਂ ਨੇ ਉਹਨੂੰ ਇੰਜੋਏ ਕੀਤਾ। ਹੁਣ ਕੱਲ੍ਹ ਪਰਫੈਕਟ ਪ੍ਰੋਮੋ ਛੱਡਿਆ, ਉਹ ਕਿੰਨਾ ਟੱਚੀ ਹੈ, ਮਾਂ ਦੀ ਗੋਦੀ 'ਚ ਪਿਆ। ਉਹਦੇ ਪਹਿਲਾਂ ਦਾ ਪਾਰਟ ਇਹ ਸੀਗਾ, ਉਹ ਸ਼ਾਇਦ ਪ੍ਰੋਮੋ 'ਚ ਨਹੀਂ ਦਿਖਾਇਆ, ਕਹਿੰਦਾ ਮਾਂ ਤੈਨੂੰ ਪਤਾ ਜਦ ਮੈਂ ਨਸ਼ੇ ਕਰਨ ਲੱਗ ਗਿਆ ਸੀ ਨਾ ਇੱਕ ਮੋਟਾ ਜਿਹਾ ਡੰਡਾ ਲੈਂਦੀ ਅਤੇ ਮੈਨੂੰ ਕੁੱਟਦੀ ਉਹਦੇ ਨਾਲ, ਅਤੇ ਫਿਰ ਤੂੰ ਮੈਨੂੰ ਰੋਕਿਆ ਕਿਉਂ ਨਹੀਂ ਜਦੋਂ ਤੈਨੂੰ ਪਤਾ ਸੀ ਮੈਂ ਨਸ਼ੇ ਕਰਦਾ? ਫਿਰ ਮਾਂ ਦਾ ਡਾਇਲੋਗ ਆਉਂਦਾ ਕਿ ਪੁੱਤ ਮੈਂ ਕੀ ਕਰਦੀ, ਹੁਣ ਤਾਂ ਬਸ ਆਹੀ ਰਹਿ ਗਿਆ ਕਿ ਤੇਰੀ ਮਾਂ ਨੂੰ ਵੀ ਚਰਾਹੇ 'ਚ ਖੜ ਕੇ ਤੇਰੇ ਨਸ਼ਿਆਂ ਲਈ ਉਹ ਵੀ ਵਿਕਣ ਨੂੰ ਤਿਆਰ ਹੈ ਹੁਣ ਤਾਂ। ਉਹ ਚੀਜ਼ਾਂ ਨੇ, ਉਹ ਚੀਜ਼ਾਂ ਹੁਣ ਉਹ ਇੰਨੀਆਂ ਟੱਚੀ ਨੇ ਕਿ ਉਹ ਜਦੋਂ ਮੈਂ ਪੜ੍ਹੀ ਵੀ ਹੈ ਕਿਤਾਬ ਅਤੇ ਜਦੋਂ ਮੈਂ ਖੁਦ ਡੱਬ ਕਰ ਰਿਹਾ ਸੀ ਔਰ ਮੈਂ ਐਕਟ ਵੀ ਕੀਤਾ, ਮੈਂ ਮੇਰੇ ਅੱਖਾਂ 'ਚ ਪਾਣੀ ਆ ਗਿਆ। ਜਦੋਂ ਸੀਨ ਨੂੰ ਮੈਂ ਡਬਿੰਗ ਕਰ ਰਿਹਾ ਸੀਗਾ ਤਾਂ ਮੈਂ ਮਨਦੀਪ ਬਾਈ ਨੂੰ ਕਿਹਾ ਬਾਈ ਮੈਂ ਇਮੋਸ਼ਨਲ ਹੋ ਗਿਆ ਸੀਨ ਦੇਖ ਕੇ, ਅਤੇ ਵੀ ਆਡੀਅੰਸ ਕਿਵੇਂ ਰਿਐਕਟ ਕਰੂਗੀ, ਲੋਕਾਂ ਦੇ ਦਰਦ ਤਾਂ ਇੱਥੇ ਹੀ ਪਏ ਨੇ, ਅੱਖਾਂ 'ਤੇ ਪਏ ਨੇ, ਸਾਹਮਣੇ ਪਏ ਨੇ, ਅਤੇ ਜਦੋਂ ਅਸੀਂ ਉਹ ਚੀਜ਼ ਆਡੀਅੰਸ ਲਈ ਲੈ ਕੇ ਜਾਵਾਂਗੇ ਤਾਂ ਓਬਵੀਅਸਲੀ ਉਹਨਾਂ 'ਤੇ ਕੁਛ ਨਾ ਕੁਛ ਇੰਪੈਕਟ ਆਊ। ਬਿਲਕੁਲ, ਕਿਤਾਬ 'ਚੋਂ ਪਹਿਲਾ ਅਫਸੋਸ ਉੱਥੇ ਜਤਾਉਂਦੇ ਨੇ, ਕਹਿੰਦੇ ਮੈਨੂੰ ਅਫਸੋਸ ਆ ਵੀ ਮੇਰੀ ਮਾਂ ਨੇ ਉਦੋਂ ਮੈਨੂੰ ਕੁਛ ਕਿਹਾ ਕਿ ਉਹਨੇ ਜਦੋਂ ਮੈਂ ਵਾਲ ਕਟਾਏ ਸੀ, ਵਾਲ ਕਟਾਏ, ਉਹਨੂੰ ਕਹਿਣਾ ਚਾਹੀਦਾ ਸੀਗਾ, ਰਾਈਟ, ਸ਼ਾਇਦ ਮੈਂ ਉੱਥੋਂ ਹੀ ਮੁੜ ਪੈਂਦਾ, ਉੱਥੋਂ ਹੀ ਮੁੜ ਜਾਂਦਾ ਮੈਂ, ਹੈ ਨਾ। ਸੋ ਗੁੱਡ ਵਿਸ਼ੇਸ ਨੇ ਤੁਹਾਨੂੰ, ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ, ਹੋਪਫੁਲੀ ਸਕਸੈਸਫੁਲ ਰਹੇ, ਰਹਿਣੀ ਚਾਹੀਦੀ ਆ, ਅਤੇ ਤੁਹਾਡੀ ਦੋਵਾਂ ਦੀ ਇਕੱਠਿਆਂ ਦੀ ਪਹਿਲੀ ਫਿਲਮ ਆ, ਆਈ ਗੈਸ, ਹੈ ਨਾ। ਸੋ ਤੁਹਾਡੀ ਜੋੜੀ ਦੇ ਵਿੱਚ ਹੋਰ ਫਿਲਮਾਂ ਆਉਣਗੇ ਅਤੇ ਚੰਗਾ ਸਿਨੇਮਾ ਤੁਸੀਂ ਲੈ ਕੇ ਆਓ, ਅਤੇ ਆਖਿਰ 'ਤੇ ਕੁਛ ਕਹਿਣਾ ਚਾਹੋਗੇ ਜਾਂ ਕੋਈ ਓਬਵੀਅਸ ਕੁਐਸਚਨ ਤੁਹਾਨੂੰ ਲੱਗਿਆ ਹੋਵੇ ਕਿ ਪੂਰੀ ਪ੍ਰਮੋਸ਼ਨ ਦੌਰਾਨ ਸਾਨੂੰ ਕਿਸੇ ਨੇ ਨਹੀਂ ਪੁੱਛਿਆ? ਆਈ ਥਿੰਕ ਮੈਂ ਇੰਨਾ ਹੀ ਕਹੂੰਗਾ ਜੀ, ਆ ਜਿਹੜੇ ਜਿਵੇਂ ਤੁਸੀਂ ਕੁਐਸਚਨ ਪੁੱਟ ਕੀਤਾ ਸੀਗਾ ਕਿ ਯਾਰ ਕਦੇ ਵੀ ਕਿਸੇ 'ਤੇ ਨਾ ਕਿੰਤੂ ਪਰੰਤੂ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਗਿਰੇਵਾਨ 'ਚ ਜ਼ਰੂਰ ਝਾਕ ਲੈਣਾ ਚਾਹੀਦਾ। ਸੋ ਇੱਕ ਹੈਗਾ ਕਿ ਪਹਿਲਾ ਪੱਥਰ ਉਹ ਮਾਰੇ ਜਿਸਨੇ ਪਾਪ ਨਾ ਕੀਆ ਹੋ ਜੋ ਪਾਪੀ ਨਾ ਹੋ। ਜੇ ਤੁਸੀਂ ਚੰਗੇ ਇਨਸਾਨ ਹੋ ਜਾਂ ਵਧੀਆ ਇਨਸਾਨ ਹੋ ਫਿਰ ਤੁਸੀਂ ਕਿਸੇ ਬਾਰੇ ਬੋਲ ਸਕਦੇ ਹੋ, ਵੈਸੇ ਚੰਗਾ ਇਨਸਾਨ ਤਾਂ ਕਿਸੇ ਬਾਰੇ ਬੋਲਦਾ ਹੀ ਨਹੀਂ, ਹੈ ਨਾ। ਜੇ ਉਹ ਕੁਐਸਚਨ ਵੀ ਪੁੱਟ ਕਰੂਗਾ, ਸਾਨੂੰ ਵੀ ਹੁੰਦੇ, ਇੰਟਲੈਕਚੁਅਲ ਲੋਕਾਂ ਦੇ ਆਉਂਦੇ ਨੇ, ਉਹ ਕੁਐਸਚਨ ਪੁੱਟ ਕਰਦੇ, ਬਟ ਉਹਨਾਂ ਦੀ ਜਿਹੜੀ ਇੱਕ ਗੱਲ ਕਰਨ ਦਾ ਤਰੀਕਾ ਹੁੰਦਾ, ਵੇ ਆਫ ਟਾਕ ਹੁੰਦਾ ਹੈ, ਜਾਂ ਉਹ ਮੈਸੇਜ ਛੱਡਦੇ, ਤਾਂ ਪਤਾ ਲੱਗਦਾ ਕਿ ਕਿਸੇ ਪੜ੍ਹੇ ਲਿਖੇ ਬੰਦੇ ਦਾ ਔਰ ਚੰਗੀ ਸੋਚ ਵਾਲੇ ਬੰਦੇ ਦਾ ਮੈਸੇਜ ਆ। ਉਹਨੇ ਆਪਣੀ ਗੱਲ ਵੀ ਕਹਿਤੀ, ਉਹਨੇ ਸਾਡੇ ਨਾਲ ਆਪਣਾ ਗਿਲਾ ਸ਼ਿਕਵਾ ਵੀ ਜ਼ਾਹਿਰ ਕੀਤਾ ਬਿਨਾਂ ਕਿਸੇ ਇਹੋ ਜਿਹੀ ਸ਼ਬਦਾਵਲੀ ਦੇ, ਤਾਂ ਉਹ ਬੰਦੇ ਦਾ ਰਿਪਲਾਈ ਕਰਨ ਦਾ ਵੀ ਦਿਲ ਕਰਦਾ, ਸਾਰੇ ਬੰਦੇ ਨਾਲ ਜਵਾਬ ਦੇਈਏ। ਕਈ ਬੰਦੇ ਇੰਨਾ ਗਿਰ ਕੇ ਰਿਪਲਾਈ ਕਰਦੇ ਨੇ, ਇੰਨਾ ਮਤਲਬ, ਹੁਣ ਤਾਂ ਇਸੇ ਕਰਕੇ ਫਿਰ ਜਿਹੜਾ ਆਰਟਿਸਟ ਹੈਗਾ ਉਹ ਕਮੈਂਟ ਵੀ ਪੜ੍ਹਨੇ ਛੱਡ ਦਿੰਦਾ ਕਿ ਨਹੀਂ ਯਾਰ ਪਤਾ ਨਹੀਂ ਇਹਦੇ ਵਿੱਚ ਲੋਕ ਕੀ ਗੱਲ ਕਰਨਗੇ ਕੀ ਨਹੀਂ। ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਯਾਰ ਪਹਿਲਾਂ ਕਿਸੇ ਬਾਰੇ ਬੋਲਣ ਤੋਂ ਪਹਿਲਾਂ ਸਾਨੂੰ ਆਪਣੇ ਬਾਰੇ ਜ਼ਰੂਰ ਸੋਚ ਲੈਣਾ ਚਾਹੀਦਾ, ਔਰ ਹੋ ਸਕਦਾ ਕਿ ਜਿਹੜੀ ਚੀਜ਼ ਅਸੀਂ ਲੈ ਕੇ ਆ ਰਹੇ ਹਾਂ ਉਹ ਪਤਾ ਨਹੀਂ ਤੁਹਾਡਾ ਹੀ ਬੱਚੇ ਦਾ ਜਾਂ ਤੁਹਾਡੇ ਹੀ ਕਿਸੇ ਰਿਸ਼ਤੇਦਾਰ ਦਾ ਕੋਈ ਜੀਵਨ ਬਣਾ ਦੇ। ਬਿਲਕੁਲ ਸਹੀ। ਸੋ ਇਹ ਚੀਜ਼ ਥੋੜ੍ਹਾ ਜਿਹਾ ਮੌਕਾ ਜ਼ਰੂਰ ਦੇਣਾ ਚਾਹੀਦਾ। ਸਿਨੇਮੇ ਤੱਕ ਆ ਜਾਓ, ਉੱਥੇ ਅਸੀਂ ਕੋਈ ਮਾੜੀ ਚੀਜ਼ ਕੀਤੀ ਆ, ਬੁਰੀ ਚੀਜ਼ ਕੀਤੀ ਆ, ਫਿਰ ਅਸੀਂ ਗਾਲਾਂ ਖਾਣ ਦੇ ਹੱਕਦਾਰ ਹੈਗੇ ਹਾਂ। ਤੁਸੀਂ ਆਪਣੀ ਮਦਰ ਨੂੰ ਕੀ ਕਹਿੰਦੇ ਹੋ? ਮੈਂ ਬੀਬੀ, ਬੀਬੀ ਕਹਿੰਦੇ, ਬੀਬੀ ਕਹਿ ਕੇ ਬੁਲਾਉਣਾ। ਪਰ ਜਿਵੇਂ ਮੋਸਟ ਆਫ ਸਾਡੀਆਂ ਪੰਜਾਬੀ ਫਿਲਮਾਂ 'ਚ ਜਦੋਂ ਮਦਰ ਨੂੰ ਅਸੀਂ ਬੁਲਾਉਣਾ ਹੁੰਦਾ ਸੀ, ਇੱਥੇ ਜਿਵੇਂ ਇਸ ਫਿਲਮ 'ਚ ਵੀ ਮਾਂ ਕਹਿ ਰਹੇ ਸੀ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਹੋਈ ਹੋ 1% ਆਡੀਅੰਸ ਜਿਹੜੀ ਮਾਂ ਕਹਿ ਕੇ ਗੱਲ ਕਰਦੀ। ਮੈਂ ਕਹਿੰਦੀ ਆ ਮਾਂ ਤੂੰ ਮੈਨੂੰ ਰੋਕਿਆ, ਮੈਂ ਕਿਹਾ ਨਾ ਕੁਛ ਪਰਸੈਂਟ ਹੋਗੇ, ਆਈ ਪਰ ਆਈ ਫੀਲ ਸੋ ਕਨੈਕਟਡ ਵਿਦ ਦੈਟ। ਮੈਜੋਰਿਟੀ ਲੋਕੀ ਕਨੈਕਟ ਨਹੀਂ ਕਰਦੇ, ਮੋਡੀਫਾਈ ਕਰਦੇ। ਬੀਬੀ ਬੀਬੀ ਜੀ, ਬੀਬੀ ਸਾਡੇ ਆਮ ਵਰਤਿਆ ਜਾਂਦਾ ਮਾਲ ਵਿੱਚ ਬੀਬੀ, ਹੈਨਾ। ਸੋ ਮੈਂ ਬੀਬੀ ਕਹਿੰਦਾ ਮਾਤਾ ਨੂੰ, ਹੈਨਾ, ਜਾਂ ਕਦੇ ਪਿਆਰ ਨਾਲ ਬੀਬੀ ਕਹਿ ਸੀ ਲਾਡ ਵਾਲਾ ਜਿਹੜਾ ਹੈਗਾ, ਬਟ ਮਾਂ ਸ਼ਬਦ ਮੈਨੂੰ ਲੱਗਦਾ ਫਿਲਮ ਹੀ ਸ਼ਬਦ ਹੈ। ਅੱਜ ਜਦੋਂ ਫਿਲਮਾਂ 'ਚ ਪਾਓ ਫਿਲਮ ਹੀ ਲੱਗਦਾ, ਬਟ ਦੈਨ ਆਈ ਲਾਈਕ ਕਾਲਿੰਗ ਮਾਈ ਮਮ, ਮਾਂ ਮਾਂ ਇੱਧਰ ਆਇਓ, ਮਾਤਾ ਕਹਿਣਾ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਠੀਕ ਹੈ, ਉਹ ਜਸਟੀਫਾਈ ਕਰਦਾ, ਬਟ ਮਾਂ ਮੈਨੂੰ ਲੱਗਦਾ ਅਸੀਂ ਹਿੰਦੀ ਫਿਲਮਾਂ ਤੋਂ ਕਿਤੇ ਨਾ ਕਿਤੇ ਉਹ ਵਾਲੇ ਇਨਫਲੂਐਂਸ 'ਚੋਂ ਨਿਕਲੇ ਨਹੀਂ ਹੈਗੇ। ਵੀ ਜਿਵੇਂ ਉੱਥੇ ਸਾਡੇ ਦਿਮਾਗ 'ਚ ਕਿਤੇ ਨਾ ਕਿਤੇ ਹੁੰਦਾ ਕਿ ਇਹ ਫਿਲਮ ਲਈ ਫਿਲਮ ਵਾਲਾ ਤਾਂ ਮਾਂ, ਇਹ ਫਿਲਮ ਵਾਲਾ ਵਾ, ਫਿਲਮੀ ਮਾਂ। ਮੈਂ ਤੁਹਾਡੀ ਗੱਲ, ਆਪਾਂ ਅਗਲੀਆਂ ਫਿਲਮਾਂ 'ਚ, ਮੈਂ ਹੁਣ ਫਿਲਮੀ ਮਾਂ, ਤੁਸੀਂ ਬੀਬੀ ਕਹਿ ਕਰਨਾ, ਮੈਨੂੰ ਤਾਂ ਮਾਂ ਨਹੀਂ, ਮੈਂ ਤਾਂ ਬੀਬੀ, ਇਹਨਾਂ ਦੇ ਮੰਮਾ ਨੂੰ ਫਿਲਮ ਦੇ ਵਿੱਚ ਕੁਛ ਇੱਦਾਂ ਕਹਿ ਰਹੀ ਹਾਂ, ਬੀਬੀ ਕਹਿ ਰਹੀ ਹਾਂ, ਬੀਬੀ ਆ ਗਿਆ, ਹਾਂ ਬੀਬੀ, ਬੀਬੀ ਵੀ ਸਾਡਾ ਬੀਜ਼ੀ ਵੀ ਹੈ, ਈਵਨ ਕਿ ਜੇ ਆਪਾਂ ਇਧਰੋਂ ਦੁਆਬੇ ਜਾਂ ਮਾਝੇ ਝਾਈ ਵੀ ਕਹਿ ਦਿੰਦੇ ਆ, ਹਾਂਜੀ, ਅਲੱਗ ਅਲੱਗ ਖਿੱਤੇ ਦੇ ਹਿਸਾਬ ਨਾਲ, ਹੈ ਨਾ, ਤੇ ਏਰੀਆ ਦੇ
ਬਟ ਕਿਤੇ ਨਾ ਕਿਤੇ ਫਿਲਮਾਂ 'ਚੋਂ ਆਇਆ ਹੋਇਆ ਜੇ ਮਾਂ ਦੇ ਵਿੱਚ ਸਾਨੂੰ ਰਿਐਲਿਟੀ ਦੇ ਨੇੜੇ ਤੇੜੇ ਜੋ ਅਸੀਂ ਅਸਲ 'ਚ ਘਰ ਦੇ ਵਿੱਚ ਬੁਲਾਉਂਦੇ ਹਾਂ ਮੈਨੂੰ ਲੱਗਦਾ ਉੱਦਾਂ ਬੁਲਾਉਣਾ ਚਾਹੀਦਾ ਫਿਲਮਾਂ 'ਚ ਬਹੁਤ ਲੋਕ ਮਾਤਾ ਕਿੱਥੇ ਆ ਸਹੀ ਹੈ ਗੱਲ ਤੁਹਾਡੀ ਹੈ ਨਾ ਸੋ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇੰਨਾ ਸਮਾਂ ਦਿੱਤਾ ਫਿਲਮ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਆਪਣੇ ਕਿਰਦਾਰਾਂ 'ਤੇ ਗੱਲਬਾਤ ਕੀਤੀ ਤੁਹਾਡੇ ਲਈ ਮੈਨੂੰ ਲੱਗਦਾ ਪਹਿਲੀ ਬਾਇਓਪਿਕ ਕਰ ਰਹੇ ਹੋ ਨਾ ਤੁਸੀਂ ਜੇ ਮੈਂ ਗਲਤ ਨਹੀਂ ਆ ਤਾਂ ਹਾਂਜੀ ਪਹਿਲੀ ਆ ਅਤੇ ਮੈਂ ਐਡ ਕਰਨਾ ਚਾਹਾਂਗੀ ਕਿ ਜੇ ਤੁਸੀਂ ਕ੍ਰਿਟੀਸਿਜ਼ਮ ਕਰਨਾ ਆ ਤਾਂ ਕੰਸਟਰਕਟਿਵ ਕ੍ਰਿਟੀਸਿਜ਼ਮ ਕਰੋ ਜਿਹਦੇ ਨਾਲ ਜੋ ਅਸੀਂ ਕੰਮ ਕਰ ਰਹੇ ਉਹਦੇ 'ਚ ਸੁਧਾਰ ਆਵੇ ਠੀਕ ਆ ਨਾ ਫੀਡਬੈਕ ਦਿਓ ਤੁਸੀਂ ਜਿਹਦੇ ਨਾਲ ਜੇ ਅਸੀਂ ਕਿਤੇ ਗਲਤ ਹਾਂ ਤਾਂ ਉਹ ਦੱਸੋ ਬਜਾਏ ਕਿ ਆਪਣੀ ਫਰਸਟ੍ਰੇਸ਼ਨ ਕੱਢਣ ਲਈ ਤੁਸੀਂ ਡਿਸਟਰਕਟਿਵ ਕ੍ਰਿਟੀਸਿਜ਼ਮ ਕਰੋ ਉਹ ਚੀਜ਼ ਗਲਤ ਆ ਸੋ ਉਹਦੇ ਨਾਲ ਹਾਂ ਸੋ ਦੈਟਸ ਵਾਟ ਆਮ ਟਰਾਇੰਗ ਟੂ ਸੇ ਕਿ ਕੰਸਟਰਕਟਿਵ ਕ੍ਰਿਟੀਸਿਜ਼ਮ ਸਾਨੂੰ ਵੀ ਚਾਹੀਦਾ ਇਟਸ ਇੰਪੋਰਟੈਂਟ ਬਿਕੋਜ਼ ਉਹਦੇ ਨਾਲ ਸਾਡੀ ਗਰੋਥ ਹੋਏਗੀ ਐਜ਼ ਐਨ ਐਕਟਰ ਜਾਂ ਕਿਤੇ ਅਸੀਂ ਲੈਕ ਕਰਦੇ ਹਾਂ ਪ੍ਰੋਡਕਟ ਬਣਾਉਣ ਦੇ ਵਿੱਚ ਫਿਲਮ ਬਣਾਉਣ ਦੇ ਵਿੱਚ ਰਾਈਟ ਅਤੇ ਉਹ ਜ਼ਰੂਰ ਅਸੀਂ ਉਸ ਚੀਜ਼ ਨੂੰ ਅਸੈਪਟ ਕਰਾਂਗੇ ਬਟ ਇੱਦਾਂ ਆਪਣੀ ਫਰਸਟ੍ਰੇਸ਼ਨ ਕੱਢਣ ਲਈ ਤੁਸੀਂ ਕਿਸੇ ਨੂੰ ਪੋਕ ਨਹੀਂ ਕਰ ਸਕਦੇ ਬਿਨਾਂ ਫਿਲਮ ਦੇਖੇ ਇੱਕ ਚੀਜ਼ ਮੈਂ ਹੋਰ ਦੇਖਦਾ ਹੁੰਦਾ ਜਿੰਨੇ ਵੀ ਸਾਡੇ ਸਿੰਗਰ ਭਰਾ ਨੇ ਉਹਨਾਂ ਨੂੰ ਜ਼ਿਆਦਾਤਰ ਨਾ ਕਈ ਵਾਰ ਲਿਖਿਆ ਜਾਂਦਾ ਨਚਾਰ ਮਰਾਸੀ ਚੰਗੇ ਘਰਾਂ ਦੇ ਮੁੰਡੇ ਨੇ ਇੰਟੈਲੀਜੈਂਟ ਨੇ ਪੜ੍ਹ ਲਿਖ ਕੇ ਆਏ ਨੇ ਇਹ ਜਿਹੜੀ ਕਲਾ ਹੈ ਕਿਸੇ ਦੇ ਦਿਲ 'ਚ ਘਰ ਬਣਾਉਣਾ ਸੌਖਾ ਕੰਮ ਨਹੀਂ ਹੈ ਇਹ ਪਰਮਾਤਮਾ ਮਿਹਰ ਕਰਦਾ ਗੋਡ ਗਿਫਟਡ ਹੁੰਦਾ ਤਾਂ ਬੰਦਾ ਇਹਨੇ ਲੋਕਾਂ ਦੇ ਦਿਲਾਂ 'ਚ ਘਰ ਕਰਦਾ ਆਪਣਾ ਨਾਮ ਬਣਾਉਂਦੇ ਨੇ ਔਰ ਜੇ ਕੋਈ ਮੈਸੇਜ ਵੀ ਕਿਤੇ ਸਟੇਜ ਕਰਦੇ ਨੇ ਤਾਂ ਬਹੁਤ ਸੋਹਣੇ ਸੋਹਣੇ ਮੈਸੇਜ ਕਨਵੇ ਕਰਦੇ ਨੇ ਸੋ ਇੱਦਾਂ ਕਿਸੇ ਨੂੰ ਸੰਬੋਧਨ ਕਰਨਾ ਹੈ ਨਾ ਇੱਕ ਤਾਂ ਪਹਿਲਾਂ ਤੁਸੀਂ ਕਹਿ ਦਿੰਦੇ ਹੋ ਚਲੋ ਨਚਾਰ ਮਰਾਸੀ ਮਰਾਸੀ ਵੀ ਇੱਕ ਕਾਸਟ ਹੈ ਉਹ ਵੀ ਬੰਦੇ ਨੇ ਉਹ ਵੀ ਇਨਸਾਨ ਨੇ ਪਹਿਲਾਂ ਤਾਂ ਤੁਸੀਂ ਕਿਸੇ ਦੀ ਜਾਤ ਨੂੰ ਗਾਲ ਕਿਵੇਂ ਕੱਢ ਸਕਦੇ ਹੋ ਹੈ ਨਾ ਫਿਰ ਇਹਦਾ ਮਤਲਬ ਤੁਹਾਡੇ ਅੰਦਰੋਂ ਇਨਸਾਨੀਅਤ ਇਨਸਾਨੀਅਤ ਖਤਮ ਹੋਈ ਹੋਈ ਹੈ ਸੋ ਇੱਦਾਂ ਦੇ ਲੋਕ ਮੈਨੂੰ ਲੱਗਦਾ ਹੁਣ ਕੀ ਕਰ ਸਕੀਏ ਨਹੀਂ ਤੁਸੀਂ ਕੁਛ ਕਰ ਸਕਦੇ ਬਸ ਆਪਾਂ ਬੋਲ ਹੀ ਸਕਦੇ ਇੱਥੇ ਗੱਲ ਹੀ ਕਰ ਸਕਦੇ ਆਈ ਥਿੰਕ ਸੋ ਇੱਦਾਂ ਕਰੋ ਨਾ ਉਹਨਾਂ ਨੂੰ ਆਪਣਾ ਕੰਮ ਕਰਨ ਦੋ ਅਸੀਂ ਆਪਣਾ ਕੰਮ ਕਰਦੇ ਹਾਂ ਹੈ ਨਾ ਇਹ ਬੈਟਰ ਵੀ ਹੈ ਨਹੀਂ ਇਹ ਵੈਸੇ ਇੱਕ ਕਮੀ ਜ਼ਰੂਰ ਹੈਗੀ ਆ ਕਿ ਅਸੀਂ ਹੈਲਦੀ ਕਨਵਰਸੇਸ਼ਨ ਨਹੀਂ ਕਦੇ ਵੀ ਕਰਦੇ ਹੈਗੇ ਸਾਨੂੰ ਇਹ ਲੱਗਦਾ ਕਿ ਜੇ ਮੈਂ ਤੁਹਾਡੇ ਤੋਂ ਕੋਈ ਡਿਫਰੈਂਟ ਪੁਆਇੰਟ ਆਫ ਵਿਊ ਰੱਖ ਰਹੀ ਹਾਂ ਜਾਂ ਮੇਰਾ ਓਪੀਨੀਅਨ ਤੁਹਾਡੇ ਨਾਲੋਂ ਅਲੱਗ ਵਾ ਤਾਂ ਸਾਡੇ 'ਚ ਡਿਬੇਟ ਹੀ ਹੋਣੀ ਚਾਹੀਦੀ ਹੈ ਜਾਂ ਜੇ ਮੈਂ ਹੈਲਦੀ ਡਿਬੇਟ ਕਰੋ ਹੈਲਦੀ ਡਿਬੇਟ ਕਰੋ ਤੁਸੀਂ ਇਹ ਨਹੀਂ ਹੈ ਕਿ ਗਾਲੀ ਗਲੋਚ ਤੇ ਉਤਰੇ ਆ ਹਾਂ ਜਾਂ ਜੇ ਮੈਂ ਇਹ ਸੋਚਾਂ ਕਿ ਮੈਂ ਸਹੀ ਉਦੋਂ ਹੀ ਲੱਗੂੰਗੀ ਜੇ ਮੈਂ ਬੇਹੂਰਾ ਨੂੰ ਆਪਣਾ ਪੁਆਇੰਟ ਮੂਵ ਕਰਦਾ ਨਹੀਂ ਆ ਡੋਮੀਨੇਟ ਕਰੂੰਗੀ ਉਹਨੂੰ ਤਾਂ ਮੈਂ ਸਹੀ ਲੱਗੂੰ ਅਦਰਵਾਇਜ਼ ਨਹੀਂ ਲੱਗ ਸਕਦਾ ਇਹ ਹੈ ਤਰਾਸਦੀ ਸਾਡੀ ਹੈ ਜੀ ਸੋ ਇੱਕ ਵਾਰ ਫਿਰ ਤੋਂ ਤੁਹਾਡਾ ਦੋਵਾਂ ਦਾ ਬਹੁਤ ਸ਼ੁਕਰੀਆ ਇਹਨਾਂ ਖੁੱਲਾ ਸਮਾਂ ਦੇਣ ਲਈ ਤੁਹਾਡੇ ਨਾਲ ਗੱਲ ਕਰਕੇ ਆਲਵੇਜ਼ ਬਹੁਤ ਵਧੀਆ ਫੀਲ ਹੁੰਦਾ ਮੈਂ ਜਪਜੀ ਜੀ ਨਾਲ ਪਹਿਲਾਂ ਹੀ ਗੱਲ ਕਰ ਰਿਹਾ ਸੀਗਾ ਕੱਲ ਗੱਲ ਹੋਈ ਸੀ ਆਪਣੀ ਇਹਨਾਂ ਦੀ ਇੰਟਰਵਿਊਜ਼ ਬਹੁਤ ਇੰਟੈਲੈਕਚੁਅਲ ਹੁੰਦੀਆਂ ਸੋ ਦੇ ਯੂ ਗੋ ਇਟਸ ਅ ਕੰਪਲੀਮੈਂਟ ਫॉर ਯੂ ਔਰ ਪੂਰਾ ਹੋਮਵਰਕ ਕਰਕੇ ਆਉਂਦੇ ਨੇ ਇਹਨਾਂ ਨੇ ਕਿਤਾਬ ਦਾ ਮੈਨੂੰ ਲੱਗਦਾ ਇੱਕ ਇੱਕ ਪੰਨਾ ਪੜਿਆ ਜਿਹੜਾ ਹਾਰਡਲੀ ਹੁਣ ਤੱਕ ਮੈਨੂੰ ਲੱਗਦਾ ਕਿਸੇ ਨੇ ਜਦੋਂ ਕੁਐਸਚਨ ਕਰ ਰਹੇ ਨੇ ਤੁਹਾਨੂੰ ਪਤਾ ਸੀ ਤੁਸੀਂ ਇਹਦੇ ਚੋਂ ਰੈਫਰੈਂਸ ਲੈ ਕੇ ਕੁਐਸਚਨਸ ਕਰ ਰਹੇ ਸੀਗੇ ਸੋ ਦੈਟ ਇਜ਼ ਵੈਰੀ ਨਾਈਸ ਨਹੀਂ ਜਿਵੇਂ ਤੁਸੀਂ ਆਪਣਾ ਹੋਮਵਰਕ ਕਰਦੇ ਹੋ ਇੱਕ ਫਿਲਮ ਦੇ ਸੈੱਟ 'ਤੇ ਉਤਰਨ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਚਾਹੇ ਤੁਸੀਂ ਕਿਸੇ ਵੀ ਕਿਤੇ ਮੈਂ ਇਹ ਕਹਿੰਦੀ ਕਿ ਅਸੀਂ ਬਹੁਤ ਵਧੀਆ ਕਰਦੇ ਹਾਂ ਪਰ ਮੈਨੂੰ ਲੱਗਦਾ ਹੈ ਕਿ ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ ਹੈ ਕਿ ਵਧੀਆ ਕੰਮ ਨਹੀਂ ਸਾਨੂੰ ਖੁਸ਼ੀ ਹੋਈ ਸੋ ਥੈਂਕ ਯੂ ਸੋ ਮਚ ਸੋ ਇੱਕ ਵਾਰ ਫਿਰ ਤੋਂ ਤੁਹਾਡਾ ਸ਼ੁਕਰੀਆ ਸੋ ਇਸ ਸਨ ਸਾਡੇ ਨਾਲ ਦੇਵ ਖਰੌੜ ਅਤੇ ਜਪਜੀ ਖਹਿਰਾ ਗੱਲਬਾਤ ਕਰ ਰਹੇ ਸਨ ਆਪਣੀ 27 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ ਡਾਕੂਆਂ ਦਾ ਮੁੰਡਾ 2 ਬਾਰੇ ਉਮੀਦ ਹੈ ਕਿ ਤੁਸੀਂ ਸਮਾਂ ਕੱਢ ਕੇ ਸਿਨੇਮਾਘਰਾਂ ਦੇ ਵਿੱਚ ਜ਼ਰੂਰ ਪਹੁੰਚੋਗੇ ਅਤੇ ਫਿਲਮ ਨੂੰ US ਸਰਟੀਫਿਕੇਟ ਮਿਲਿਆ ਤੁਸੀਂ ਆਪਣੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰੇ ਜਾਣੇ ਇਕੱਠੇ ਹੋ ਕੇ ਫਿਲਮ ਨੂੰ ਦੇਖਣ ਜਾ ਸਕਦੇ ਹੋ ਮੈਨੂੰ ਗੁਰਦੀਪ ਗਰੇਵਾਲ ਨੂੰ ਇਜਾਜ਼ਤ ਦੇ ਦਿਓ ਆਪਾਂ ਫਿਰ ਮਿਲਦੇ ਹਾਂ ਸਤਿ ਸ਼੍ਰੀ ਅਕਾਲ